ਖੁਦਾਵੰਦ ਦਾ ਵਚਨ ਦਿਲਾਂ ਨੂੰ ਬਦਲ ਦਿੰਦਾ ਕਿੰਨੇ ਵਿਸ਼ਵਾਸ ਕਰਦੇ। ਪਰਮੇਸ਼ਵਰ ਦਾ ਵਚਨ ਜ਼ਿੰਦਗੀਆਂ ਨੂੰ ਬਦਲ ਦਿੰਦਾ ਆ ਕਿੰਨੇ ਵਿਸ਼ਵਾਸ ਕਰਦੇ। ਸਾਰੇ ਵਿਸ਼ਵਾਸ ਕਰਦੇ, ਸਾਰੇ ਵਿਸ਼ਵਾਸ ਕਰਦੇ, ਕਿਉਂਕਿ ਬਾਈਬਲ ਕਹਿੰਦਾ ਬਿਨਾਂ ਵਿਸ਼ਵਾਸ ਦੇ ਰੱਬ ਨੂੰ ਖੁਸ਼ ਕਰਨਾ ਅਣਹੋਣਾ ਆ। ਅਸੀਂ ਬਿਨਾਂ ਵਿਸ਼ਵਾਸ ਦੇ ਖੁਦਾ ਨੂੰ ਖੁਸ਼ ਕਰ ਸਕਦੇ। ਅੱਗੇ ਅੱਗੇ ਹੋ ਜਾਓ, ਪਿੱਛੇ ਬੈਠਣ ਦਿਓ ਉਹਨਾਂ ਨੂੰ, ਅੱਗੇ ਅੱਗੇ ਹੋ ਜਾਓ ਸਾਰੇ। ਬਿਨਾਂ ਵਿਸ਼ਵਾਸ ਦੇ ਖੁਦਾ ਨੂੰ ਖੁਸ਼ ਕਰਨਾ ਅਣਹੋਣਾ ਆ, ਔਰ ਖੁਦਾ ਨੂੰ ਖੁਸ਼ ਕਰਨ ਦੇ ਲਈ ਸਾਨੂੰ ਆਪਣੇ ਵਿਸ਼ਵਾਸ ਦੇ ਵਿੱਚ ਵਾਧਾ ਕਰਨਾ ਪੈਣਾ। ਕੀ ਕਰਨਾ ਪੈਣਾ? ਵਿਸ਼ਵਾਸ ਦੇ ਵਿੱਚ ਵਾਧਾ ਕਰਨਾ ਪੈਣਾ ਆ, ਤਦ ਅਸੀਂ ਖੁਦਾ ਨੂੰ ਖੁਸ਼ ਕਰ ਸਕਦੇ ਹਾਂ, ਉਹਦੀ ਨਜ਼ਰਾਂ ਦੇ ਵਿੱਚ ਅਸੀਂ ਮੁਬਾਰਕ ਕਹਿਲਾ ਸਕਦੇ ਹਾਂ। ਬੋਲੋ ਹਾਲੇਲੂਯਾ, ਹਾਲੇਲੂਯਾ। ਬਾਈਬਲ ਕਹਿੰਦਾ ਮੁਬਾਰਕ ਉਹ ਬੰਦਾ ਆ ਜਿਹੜਾ ਭਵਿੱਖ ਬਾਣੀ ਦੀਆਂ ਯਾਨੀ ਕਿ ਵਚਨ ਦੀਆਂ ਗੱਲਾਂ ਨੂੰ ਪੜ੍ਹਦਾ ਸੁਣਦਾ ਤੇ ਉਹਦੇ ਅਨੁਸਾਰ ਗੱਲਾਂ ਪੜ੍ਹਦਾ ਨਹੀਂ ਆ, ਨਾ ਗੱਲਾਂ ਸੁਣਦਾ ਆ, ਬਲਕਿ ਇਹਦੇ ਅਨੁਸਾਰ ਕੀ ਕਰਦਾ? ਚੱਲਦਾ ਆ। ਉਹ ਪੁਰਾਣੀ ਖੁਦਾ ਦੀ ਨਜ਼ਰਾਂ ਦੇ ਵਿੱਚ ਮੁਬਾਰਕ ਆ ਔਰ ਬਲੈਸ ਆ ਸਾਰੀ ਕਲੀਸਿਆ। ਬੋਲੇ ਹਾਲੇਲੂਯਾ, ਹਾਲੇਲੂਯਾ। ਸਭ ਤਿਆਰ ਹੈ? ਸਾਰੇ ਤਿਆਰ ਹੈ? ਵਚਨ ਦਾ ਛਿੱਟਾ ਪੈਣਾ ਹੈ, ਡਿੱਗਣ ਨਹੀਂ ਦੇਣਾ, ਜ਼ਮੀਨ ਤੇ ਨਹੀਂ ਡਿੱਗਣ ਦੇਣਾ, ਦਿਲ ਚ ਡਿੱਗਣ ਦੇਣਾ। ਕਿੰਨੇ ਸਮਝ ਪਾ ਰਹੇ? ਬੋਲੋ ਹਾਲੇਲੂਯਾ, ਹਾਲੇਲੂਯਾ। ਤੁਸੀਂ ਮੇਰੀ ਗੱਲ ਦੇ ਨਾਲ ਐਗਰੀ ਕਰੋਗੇ ਕਿ ਜਿਹੜਾ ਪਾਪ ਆ ਉਹ ਬੜੇ ਪਿਆਰ ਦੇ ਨਾਲ ਜੱਫੀ ਪਾ ਲੈਂਦਾ, ਬੜੇ ਪਿਆਰ ਦੇ ਨਾਲ ਫਸਲਾ ਲੈਂਦਾ, ਬੰਦੇ ਨੂੰ ਆਪਣੇ ਵੱਲ ਖਿੱਚ ਲੈਂਦਾ, ਆਕਰਸ਼ਿਤ ਕਰਦਾ, ਅਟਰੈਕਟਿਵ ਕਰਦਾ ਆਪਣੇ ਵੱਲ। ਇਹ ਬੰਦਾ ਖੁਦਾ ਦੇ ਕੰਮ ਕਿੱਦਾਂ ਕਰਨ ਲੱਗ ਗਿਆ? ਤੁਹਾਡਾ ਕਦੀ ਕਦੀ ਟੈਸਟ ਹੁੰਦਾ, ਪਾਦਰੀ ਦਾ ਰੋਜ਼ ਹੁੰਦਾ ਹੈ। ਕਿੰਨੇ ਸਮਝ ਪਾ ਰਹੇ? ਤੁਸੀਂ ਕਦੀ ਅਭਿਲਾਸ਼ਾਵਾਂ ਦੇ ਵਿੱਚ ਪੈਂਦੇ ਆ, ਕਦੀ ਦੁੱਖਾਂ ਚ ਪੈਂਦੇ ਆ, ਕਦੀ ਪਰੇਸ਼ਾਨੀਆਂ ਚ ਪੈਂਦੇ ਆ, ਪਾਦਰੀ ਦੇ ਨਾਲ ਰੋਜ਼ ਹੁੰਦਾ ਹੈ, ਪਾਦਰੀ ਦੇ ਰੋਜ਼ ਟੈਸਟ ਹੁੰਦੇ ਆ। ਜੇ ਖੁਦਾ ਨੇ ਤੁਹਾਨੂੰ ਇੱਥੇ ਲੈ ਕੇ ਆਇਆ ਤੇ ਉਹਦੀ ਕੋਈ ਮਰਜ਼ੀ ਆ, ਉਹਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਮੇਰੇ ਹਿਲਦਾ। ਅਸੀਂ ਫਿਰ ਇਨਸਾਨ ਆ, ਕਿੰਨਾ ਹਿਲਜੁਲ ਕਰਦੇ, ਕਦੀ ਪਾਪ ਤੇ ਡਿੱਗ ਜਾਂਦੇ, ਕਦੀ ਖੜੇ ਹੋ ਜਾਂਦੇ, ਕਦੀ ਡਿੱਗ ਜਾਂਦੇ, ਕਦੀ ਖੜੇ ਹੋ ਜਾਂਦੇ। ਪਾਪ ਜਿਹੜਾ ਸਹਿਜ ਦੇ ਨਾਲ ਫਸਾ ਲੈਂਦਾ, ਮੈਂ ਕੁਝ ਉਦਾਹਰਣਾਂ ਤੁਹਾਨੂੰ ਦੇਣੀਆਂ ਅੱਜ। ਬਾਈਬਲ ਕਹਿੰਦਾ ਆਕਾਸ਼ ਦੇ ਉੱਪਰ ਤੇ ਧਰਤੀ ਦੇ ਉੱਪਰ, ਆਕਾਸ਼ ਦੇ ਹੇਠਾਂ ਤੇ ਧਰਤੀ ਦੇ ਉੱਪਰ ਔਰ ਮਨੁੱਖਾਂ ਦੇ ਵਿੱਚ ਕੋਈ ਦੂਸਰਾ ਨਾਮ, ਕੋਈ ਦੂਸਰਾ ਨਾਮ ਤੇ ਨਾ ਹੀ ਕੋਈ ਦੂਜਾ ਯਸੂ ਆ, ਤੇ ਨਾ ਹੀ ਕੋਈ ਦੂਸਰਾ ਨਾਮ, ਇੱਕੋ ਨਾਮ ਆ ਯਸੂ ਨਾਮ ਆ, ਜਿੱਥੋਂ ਸਾਡੀ ਗੱਦੀ ਆ, ਜਿੱਥੋਂ ਸਾਡੀ ਮੁਕਤੀ ਆ, ਜਿੱਥੋਂ ਸਾਡਾ ਉਧਾਰ ਆ। ਬੋਲੋ ਹਾਲੇਲੂਯਾ, ਹਾਲੇਲੂਯਾ। ਆਈਏ ਮੇਰੇ ਨਾਲ ਆਪਣਾ ਬਾਈਬਲ ਓਪਨ ਕਰੀਏ, ਮੈਂ ਟੋਟਲ 4 ਵਰਸਿਸ ਤੁਹਾਨੂੰ ਪੜ੍ਹਾਉਣੀਆਂ ਆ ਔਰ ਅੱਜ ਦੇ ਵਚਨ ਦਾ ਜਿਹੜਾ ਟਾਈਟਲ ਆ, ਜਿਹੜਾ ਪਾਪ ਸਹਿਜ ਦੇ ਨਾਲ ਬੰਦੇ ਨੂੰ ਫਸਾ ਲੈਂਦਾ, ਅਸੀਂ ਕਿੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਖਾਸ ਕਰਕੇ ਜਵਾਨੀ ਦੇ ਦਿਨਾਂ 'ਚ। ਜਵਾਨ ਬੰਦੇ ਦੇ ਦੋਨੇ ਪੈਰ ਕੇਲੇ ਦੇ ਛਿਲਕੇ ਦੇ ਉੱਤੇ ਹੁੰਦੇ ਆ, ਬੜੇ ਧਿਆਨ ਦੇ ਨਾਲ ਰੱਖਣੇ ਪੈਂਦੇ ਨੇ ਜੋ ਅੱਜ ਸਿਚੁਏਸ਼ਨ ਆ। ਬਾਅਦ ਜਵਾਨ ਬੰਦੇ ਨੂੰ ਸ਼ੈਤਾਨ ਵੀ ਚਾਹੁੰਦਾ, ਜਵਾਨ ਬੰਦੇ ਨੂੰ ਖੁਦਾ ਵੀ ਚਾਹੁੰਦਾ। ਬੁੱਢੇ ਹੋ ਕੇ ਤਾਂ ਹਰ ਨੇ ਕਹਿਣਾ ਰੱਬ ਰੱਬ, ਹਾਂ ਉਹਨੂੰ ਜਵਾਨ ਚਾਹੀਦੇ ਔਰ ਜਵਾਨ ਬੰਦੇ ਦੇ ਦੋਨੇ ਪੈਰ ਕੇਲੇ ਦੇ ਛਿਲਕੇ ਦੇ ਉੱਤੇ। ਸਮਝਣਾ ਆਤਮਾ ਦੇ ਵਿੱਚ ਕਿੰਨਾ ਚੌਕਸੀ ਦੇ ਨਾਲ ਚੱਲਣ ਦੀ ਜ਼ਰੂਰਤ, ਪਵਿੱਤਰਤਾ ਦੇ ਵਿੱਚ, ਸਪਿਰਚੁਅਲਿਟੀ ਦੇ ਵਿੱਚ ਸਾਨੂੰ ਕਿੰਨਾ ਇੱਕ ਇੱਕ ਕਦਮ ਸੋਚ ਵਿਚਾਰ ਕੇ ਰੱਖਣ ਦੀ ਜ਼ਰੂਰਤ ਆ। ਔਰ ਜਿਹੜਾ ਸੋਚ ਵਿਚਾਰ ਕੇ ਰੱਖਦਾ ਆ ਉਹ ਕਦੀ ਗਿਰਦਾ ਨਹੀਂ, ਉਹ ਕਦੀ ਕਮਜ਼ੋਰ ਨਹੀਂ ਹੁੰਦਾ, ਉਹ ਕਦੀ ਸਰੀਰ ਦੀਆਂ ਅਭਿਲਾਸ਼ਾਵਾਂ ਦੇ ਵਿੱਚ ਫਸਦਾ ਨਹੀਂ। ਬੋਲੋ ਹਾਲੇਲੂਯਾ, ਹਾਲੇਲੂਯਾ। ਪੜ੍ਹੀਏ ਮੇਰੇ ਨਾਲ ਇਬਰਾਨੀਆਂ ਦਾ ਪੁਸਤਕ, ਅੱਛੀ ਭਲੀ ਦੌੜ ਬੰਦਾ ਦੌੜਦਾ, ਜੋ ਆਤਮਕ ਦੌੜਿਆ, ਜੋ ਖੁਦਾ ਸਾਨੂੰ ਦੌੜਨ ਦੇ ਲਈ ਕਹਿੰਦਾ, ਜਿਹਦੇ ਵਿੱਚ ਉਹਨੇ ਸਾਨੂੰ ਲਗਾਇਆ ਆ। ਕਹਿੰਦਾ ਕਿਹਨੇ ਤੁਹਾਨੂੰ ਡੱਕ ਦਿੱਤਾ? ਅੱਛਾ ਭਲਾ ਦੌੜਦੇ ਪਏ ਸੀਗੇ, ਅੱਛੀ ਦੁਆ ਕਰਦੇ ਸੀਗੇ, ਅੱਛਾ ਬਾਈਬਲ ਪੜ੍ਹਦੇ ਸੀਗੇ, ਅੱਛੇ ਲੋਕਾਂ ਦੇ ਨਾਲ ਸੰਗਤੀ ਸੀਗੀ, ਕਿਹਨੇ ਤੁਹਾਨੂੰ ਰੋਕ ਦਿੱਤਾ?
अच्छा वध रहे सके स्टेप बाय स्टेप ਤੁਸੀਂ ਖੁਦਾ ਜੋ ਵਧ ਰਹੇ ਸੀਗੇ ਅੱਛੀ ਪਿਆਸ ਰੱਖੀ ਸੀ ਅੱਛੇ ਅਨੁਗ੍ਰਹਿ ਦੇ ਹੇਠ ਸੀਗੇ ਕਿਨੇ ਤੁਹਾਨੂੰ ਰੋਕ ਦਿੱਤਾ ਕਿਨੇ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕ ਦਿੱਤਾ ਕਿਨੇ ਤੁਹਾਨੂੰ ਚਰਚ ਆਉਣ ਤੋਂ ਰੋਕ ਦਿੱਤਾ ਕਿਨੇ ਤੁਹਾਨੂੰ ਬਾਈਬਲ ਪੜ੍ਹਨ ਤੋਂ ਰੋਕ ਦਿੱਤਾ ਕਿਨੇ ਤੁਹਾਨੂੰ ਗੁੰਮਰਾਹ ਕਰ ਦਿੱਤਾ ਕਿਨੇ ਤੁਹਾਨੂੰ ਉਦਾਸ ਕਰ ਦਿੱਤਾ ਕਿਨੇ ਤੁਹਾਨੂੰ ਨਿਰਾਸ਼ ਕਰ ਦਿੱਤਾ ਕਹਿੰਦਾ ਬੜੀ ਅੱਛੀ ਦੌੜ ਦੌੜਦੇ ਪਏ ਸੀ ਕਿਨੇ ਤੁਹਾਨੂੰ ਡੱਕ ਦਿੱਤਾ ਕਹਿੰਦਾ ਯਾਨੀ ਕਿ ਰੋਕ ਦਿੱਤਾ ਦੌੜ ਦੇ ਵਿੱਚ ਸਾਰੇ ਦੌੜਦੇ ਆ ਔਰ ਜਿੱਤਣ ਵਾਲੇ ਨੂੰ ਕੀ ਮਿਲਦਾ ਕੀ ਮਿਲਦਾ ਜਿੱਤਣ ਵਾਲੇ ਨੂੰ ਇਨਾਮ ਮਿਲਦਾ ਹਾਰਨ ਵਾਲੇ ਨੂੰ ਨਹੀਂ ਤੇ ਅਸੀਂ ਜਿੱਤੇ ਹੋਏ ਲੋਕ ਆ ਔਰ ਜਿੱਤਣ ਵਾਲੇ ਲੋਕ ਆ ਸਾਰੀ ਕਲੀਸਿਆ ਬੋਲੇ ਕਿਉਂਕਿ ਜਿਸ ਦੌੜ ਦੇ ਵਿੱਚ ਅਸੀਂ ਦੌੜਦੇ ਹਾਂ ਉਹਨੇ ਸਾਨੂੰ ਸਹਾਇਕ ਵੀ ਦਿੱਤਾ ਇਕੱਲੇ ਦੌੜਾਂਗੇ ਤਾਂ ਗਿਰ ਜਾਵਾਂਗੇ ਇਕੱਲੇ ਦੌੜਾਂਗੇ ਤਾਂ ਕਮਜ਼ੋਰ ਪੈ ਜਾਵਾਂਗੇ ਥੱਕ ਜਾਵਾਂਗੇ ਕਹਿੰਦਾ ਜਵਾਨ ਥੱਕ ਜਾਊਗਾ ਪਰ ਯਹੋਵਾ ਨੂੰ ਉਡੀਕਣ ਵਾਲੇ ਨਵੇਂ ਸਿਰੇ ਤੋਂ ਬਲ ਪਾਉਣਗੇ ਬੋਲੋ ਹਾਲੇਲੂਇਆ ਯਹੋਵਾ ਨੂੰ ਉਡੀਕਣ ਵਾਲੇ ਰੋਜ਼ ਉਡੀਕੂਗੇ ਤਾਂ ਨਵਾਂ ਬਲ ਮਿਲੇਗਾ ਰੋਜ਼ ਉਹਦੇ ਬਚਨ ਦੇ ਉੱਪਰ ਧਿਆਨ ਕਰੂੰਗੇ ਨਵਾਂ ਬਲ ਮਿਲੇਗਾ ਰੋਜ਼ ਪ੍ਰਾਰਥਨਾ ਦੇ ਵਿੱਚ ਜਾਊਂਗੇ ਤਾਂ ਨਵਾਂ ਅਭਿਸ਼ੇਕ ਮਿਲੇਗਾ ਸਾਰੀ ਕਲੀਸਿਆ ਬੋਲੇ ਹਾਲੇਲੂਇਆ ਹਾਲੇਲੂਇਆ ਨਵਾਂ ਬਲ ਨਵਾਂ ਮਸਾ ਕਿੱਦਾਂ ਮਿਲੇਗਾ ਜਦ ਜਾਣਾ ਹੀ ਹਫਤੇ ਬਾਅਦ ਚਰਚਾ ਮੁੜ ਕੇ ਦੁਆ ਨਹੀਂ ਕਰਨੀ ਮੁੜ ਕੇ ਬਾਈਬਲ ਨਹੀਂ ਪੜ੍ਹਨੀ ਕਿੱਦਾਂ ਤੁਹਾਨੂੰ ਬਲ ਮਿਲ ਜਾਏਗਾ ਕਿੱਦਾਂ ਲੜਾਈ ਜਿੱਤ ਪਾਓਗੇ ਤੁਸੀਂ ਬਾਈਬਲ ਕਹਿੰਦਾ ਸਪਿਰਚੁਅਲ ਪਾਰਟਨਰ ਸਾਡੀ ਆਤਮਿਕ ਲੜਾਈ ਹੈ ਸਾਡੀ ਇਹ ਲੜਨਾ ਹੈ ਔਰ ਤੇ ਜਿੱਤ ਵੀ ਪ੍ਰਾਪਤ ਕਰਨੀ ਹੈ ਕਿੱਦਾਂ ਜਿੱਤਾਂਗੇ ਜਦੋਂ ਅਸੀਂ ਬਲ ਪਾਵਾਂਗੇ ਔਰ ਕਹਿੰਦਾ ਯਹੋਵਾ ਨੂੰ ਉਡੀਕਣ ਵਾਲੇ ਨਵੇਂ ਸਿਰੇ ਤੋਂ ਬਲ ਪਾਉਣਗੇ ਪੁਰਾਣੇ ਬਲ ਦੇ ਨਾਲ ਕੁਝ ਨਹੀਂ ਹੋਣਾ ਹੋ ਜਾਣਾ ਪਾਸਾ ਹੋ ਜਾਣਾ ਆ ਜਦੋਂ ਮਨ ਉਤਰਦਾ ਸੀਗਾ ਸਵਰਗ ਤੋਂ ਔਰ ਉਹ ਜਦੋਂ ਤਾਜ਼ਾ ਹੁੰਦਾ ਸੀ ਉਦੋਂ ਲੋਕਾਂ ਨੂੰ ਦਿੱਤਾ ਜਾਂਦਾ ਸੀ ਉਦੋਂ ਲੋਕ ਖਾਂਦੇ ਸੀਗੇ ਔਰ ਇਹ ਆਗਿਆ ਮਿਲੀ ਸੀਗੀ ਕਿ ਇਹਨੂੰ ਰੱਖਣਾ ਨਹੀਂ ਹੈ ਤੁਸੀਂ ਨਾਲ ਦੀ ਨਾਲ ਖਤਮ ਕਰਨਾ ਹੈ ਔਰ ਸਾਡੇ ਕੋਲ ਕਿੰਨਾ ਮਸਾ ਪੁਰਾਣਾ ਹੁੰਦਾ ਹਾਂ ਕਿੰਨਾ ਅਭਿਸ਼ੇਕ ਪੁਰਾਣਾ ਹੋ ਗਿਆ ਨਵਾਂ ਕੁਝ ਮਿਲਿਆ ਨਹੀਂ ਆ ਗਿਆ ਕਦੇ ਸ਼ਬਦ ਨਹੀਂ ਮਿਲੇ ਪਾਤਰੂ ਨਹੀਂ ਮਿਲਿਆ ਅੱਗੇ ਮਸਾ ਨਹੀਂ ਮਿਲਿਆ ਅੱਗੇ ਅਭਿਸ਼ੇਕ ਨਹੀਂ ਮਿਲਿਆ ਪ੍ਰਾਰਥਨਾ ਚ ਵਾਧਾ ਨਹੀਂ ਹੋਇਆ ਆ ਪੁਰਾਣੇ ਦੇ ਵਿੱਚ ਕੀੜੇ ਪੈ ਜਾਂਦੇ ਆ ਜਦੋਂ ਤੁਸੀਂ ਬਾਈਬਲ ਨੂੰ ਪੜ੍ਹੋ ਤੁਹਾਨੂੰ ਪਤਾ ਲੱਗੇ ਪੁਰਾਣਾ ਮਨ ਜਿਹੜਾ ਅਗਲੇ ਦਿਨ ਕੋਈ ਰੱਖਦਾ ਸੀਗਾ ਚਨਾਕੀ ਦੇ ਨਾਲ ਤੇ ਉਹਦੇ ਵਿੱਚ ਕੀੜੇ ਪੈ ਜਾਂਦੇ ਸੀ ਔਰ ਤੁਸੀਂ ਦੇਖੋ ਤੁਹਾਡਾ ਪੁਰਾਣਾ ਮਸਾ ਕਦੋਂ ਤੱਕ ਤੁਸੀਂ ਲਈ ਕਰਦੇ ਨਾਲ ਔਰ ਜ਼ਿੰਦਗੀਆਂ ਇਸੇ ਲਈ ਕਰਪਟ ਆ ਇਸੇ ਲਈ ਪਾਪ ਵੀ ਕਰੀ ਜਾ ਰਹੇ ਇਸੇ ਲਈ ਬਾਈਬਲ ਵੀ ਪੜ੍ਹੀ ਜਾ ਰਹੀ ਆ ਇਸ ਲਈ ਜਦੋਂ ਦਿਲ ਕਰਦਾ ਗਾਲ ਵੀ ਕੱਢ ਦਿੱਤੀ ਜਦੋਂ ਦਿਲ ਕਰਦਾ ਨਿਰਾਸ਼ ਵੀ ਹੋ ਗਏ ਦਿਲ ਕਰਦਾ ਕਿਸੇ ਦਾ ਦਿਲ ਵੀ ਦੁਖਾ ਦਿੱਤਾ ਔਰ ਜਦੋਂ ਦਿਲ ਕੀਤਾ ਚਰਚ ਵੀ ਆ ਗਏ ਪ੍ਰੋਬਲਮ ਇਹੀ ਆ ਦਿੱਕਤ ਇਹੀ ਆ ਕਿ ਅਸੀਂ ਜਿਹੜਾ ਮਸਾ ਜਿਹੜਾ ਸਾਡੇ ਉੱਪਰ ਆ ਉਹਦੇ ਵਿੱਚ ਵਾਧਾ ਨਹੀਂ ਹੋ ਰਿਹਾ ਰੋਜ਼ ਦੀ ਰੋਜ਼ ਅਸੀਂ ਮਸਾ ਨਹੀਂ ਲੈਂਦੇ ਰੋਟੀ ਅਸੀਂ ਰੋਜ਼ ਦੀ ਰੋਜ਼ ਖਾ ਰਹੇ ਹਾਂ ਸਰੀਰ ਨੂੰ ਤੰਦਰੁਸਤ ਕਰਨ ਦੇ ਲਈ ਤਾਕਤ ਲੈਣ ਦੇ ਲਈ ਪਰ ਆਤਮਾ ਨੂੰ ਦਰੁਸਤ ਕਰਨ ਦੇ ਲਈ ਸਾਡੀ ਕੋਈ ਤਾਕਤ ਨਹੀਂ ਆਤਮਾ ਸਾਡਾ ਕਮਜ਼ੋਰ ਹੈ ਔਰ ਸਰੀਰ ਸਾਡੇ ਹੱਡੇ ਗੱਟੇ ਆ ਬਲਕਿ ਇਹਦੇ ਉਲਟ ਚਾਹੀਦਾ ਹੈ ਅਗਰ ਸਵਰਗ ਦੀ ਦੌੜ ਰੱਖੀ ਆ ਅਗਰ ਖੁਦਾ ਨੂੰ ਖੁਸ਼ ਕਰਨ ਦੀ ਇੱਛਾ ਰੱਖੀ ਆ ਤੁਹਾਡਾ ਆਤਮਾ ਦਰੁਸਤ ਹੋਣਾ ਚਾਹੀਦਾ ਬਾਈਬਲ ਕਹਿੰਦਾ ਆਤਮਾ ਦੀ ਅਗਵਾਈ ਦੇ ਨਾਲ ਚੱਲੋਗੇ ਤੇ ਸਰੀਰ ਦੇ ਵਿਸ਼ਿਆਂ ਨੂੰ ਕਦੀ ਵੀ ਪੂਰਾ ਨਹੀਂ ਕਰ ਪਾਓਗੇ ਅੱਜ ਦਿਲ ਕਰਦਾ ਆ ਬੁਰਾ ਦੇਖਣ ਨੂੰ ਗੰਦੀਆਂ ਵੀਡੀਓ ਦੇਖਣ ਨੂੰ ਬੰਦਾ ਦੇਖ ਲੈਂਦਾ ਆ ਕਿਉਂ ਕਿਉਂਕਿ ਆਤਮਾ ਦੀ ਅਗਵਾਈ ਨਹੀਂ ਆ ਜਿਸ ਦਿਨ ਆਤਮਾ ਦੀ ਅਗਵਾਈ ਹੋਗੀ ਉਸ ਦਿਨ ਸਰੀਰ ਦੇ ਵਿਸ਼ਿਆਂ ਨੂੰ ਕਦੀ ਪੂਰਾ ਨਹੀਂ ਕਰ ਪਾਓਗੇ ਅੱਜ ਨਸ਼ਾ ਕਰਨ ਨੂੰ ਦਿਲ ਕਰਦਾ ਨਸ਼ਾ ਕਰਦੇ ਕੋਈ ਕੁਲੀਪਾ ਲਾਈ ਜਾਂਦਾ ਆ ਕੋਈ ਤਮਾਕੂ ਮਲੀ ਜਾਂਦਾ ਕੋਈ ਕੁਛ ਕਰੀ ਜਾਂਦਾ ਕੋਈ ਚੈਂਡੀ ਕੈਂਡੀ ਖਾਈ ਜਾਂਦਾ ਪਿਆ ਕਿਉਂ ਕਿਉਂਕਿ ਆਤਮਾ ਦੀ ਅਗਵਾਈ ਨਹੀਂ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਤੇ ਚਰਚ ਵੀ ਆ ਰਿਹਾ ਔਰ ਇਹ ਕੰਮ ਵੀ ਕਰਦੇ ਪਏ ਬਾਕੀ ਹਮ ਤਾਂ ਜਿਹਨਾਂ ਨਹੀਂ ਪਤਾ ਉਹਨਾਂ ਨੂੰ ਮਾਫੀ ਵੀ ਹੈਗੀ ਆ ਔਰ ਜਿਹਨਾਂ ਨੂੰ ਪਤਾ ਆ ਉਹ ਫਿਰ ਵੀ ਕਰਦੇ ਆ ਉਹਦੇ ਨਿਮਿਤ ਕੋਈ ਬਲੀਦਾਨ ਨਹੀਂ ਬਾਈਬਲ ਕਹਿੰਦਾ ਉਹਦੇ ਨਿਮਿਤ ਕੋਈ ਬਲੀਦਾਨ ਨਹੀਂ ਅੱਜ ਹੀ ਛੱਡਣਾ ਪੈਣਾ ਖੁਦਾ ਨੂੰ ਜੀਵਨ ਦੇਣਾ ਪੈਣਾ ਉਹ ਛੁਡਾਏਗਾ ਤੁਹਾਡੇ ਕੋਲੋਂ ਸਾਰੀ ਕਲੀਸਿਆ ਬੋਲੇ ਹਾਲੇਲੂਇਆ ਪਾਪ ਜਿਹੜਾ ਸਿਆਸ ਦੇ ਨਾਲ ਫਸਾ ਲੈ ਲਾਲਚ ਮੂਰਤੀ ਪੂਜਾ ਦੇ ਬਰਾਬਰ ਆ ਬਾਈਬਲ ਕਹਿੰਦਾ ਇਹ ਨਹੀਂ ਵੀ ਤੁਸੀਂ ਮੂਰਤੀ ਦੀ ਪੂਜਾ ਨਹੀਂ ਕਰਦੇ ਪਏ ਤੁਹਾਨੂੰ ਲੱਗਦਾ ਕਿ ਚਲੋ ਠੀਕ ਹੈ ਜੀ ਅਸੀਂ ਮੂਰਤੀ ਪੂਜਾ ਨਹੀਂ ਕਰਦੇ ਬਾਈਬਲ ਕਹਿੰਦਾ ਕਿਸੇ ਵੀ ਵਸਤੂ ਦਾ ਤੁਸੀਂ ਅਗਰ ਲਾਲਚ ਕਰਦੇ ਆ ਚਾਹੇ ਪੈਸੇ ਦਾ ਚਾਹੇ ਕਿਸੇ ਚੀਜ਼ ਦਾ ਚਾਹੇ ਕਿਸੇ ਵੀ ਵਸਤੂ ਦਾ ਬਾਈਬਲ ਕਹਿੰਦਾ ਤੁਹਾਡੇ ਵਿੱਚ ਔਰ ਮੂਰਤੀ ਪੂਜਾ ਕਰਨ ਵਾਲੇ 'ਚ ਕੋਈ ਫਰਕ ਨਹੀਂ ਹੈ ਜਿੰਨਾ ਉਹ ਸਜ਼ਾ ਦਾ ਹੱਕਦਾਰ ਉਹਨਾਂ ਤੁਸੀਂ ਵੀ ਸਜ਼ਾ ਦਾ ਹੱਕਦਾਰ
ਇਸ ਲਈ ਲਾਲਚ ਆਪਣੀ ਜ਼ਿੰਦਗੀ ਚ ਆਣ ਨਹੀਂ ਦੇਣਾ ਪੈਸੇ ਦਾ, ਖਾਸ ਕਰਕੇ ਮਸੀਹ ਲੋਕਾਂ ਦੇ ਵਿੱਚ ਲਾਲਚ ਪਾਇਆ ਜਾਂਦਾ, ਕਿਉਂਕਿ ਐਤਵਾਰ ਨੂੰ ਡਬਲ ਦਿਹਾੜੀ ਮਿਲਦੀ ਆ ਔਰ ਮਾਲਕ ਸੰਡੇ ਨੂੰ ਛੁੱਟੀ ਨਹੀਂ ਦਿੰਦਾ ਆ ਔਰ ਉਦਣ ਮਾਲਕ ਜ਼ੋਰ ਪਾਉਂਦਾ ਕੰਮ ਦਾ, ਇਹ ਚੀਜ਼ਾਂ ਜਿਹੜੀਆਂ ਲਾਲਚ ਨੂੰ ਉਤਪੰਨ ਕਰਦੀਆਂ। ਆਪਣੀ ਸਮਝ ਦਾ ਸਹਾਰਾ ਲੈਣਾ ਬੰਦ ਕਰ ਦਿਓ। ਅਗਰ ਤਰੱਕੀ ਕਰਨੀ, ਅਗਰ ਦੌੜ ਚ ਦੌੜ ਕੇ ਜਿੱਤ ਪ੍ਰਾਪਤਨੀ ਆ ਤੇ ਆਪਣੀ ਸਮਝ ਦਾ ਸਹਾਰਾ ਲੈਣਾ ਬੰਦ ਕਰ ਦਿਓ। ਇਬਰਾਹਿਮ ਨੇ ਆਪਣੀ ਸਮਝ ਦਾ ਸਹਾਰਾ ਲਿਆ, ਖੁਦਾ ਨੇ ਕਿਹਾ ਮੈਂ ਤੇਰੇ ਤੁਖਮ ਤੋਂ ਤੈਨੂੰ ਇੱਕ ਬੇਟਾ ਦਵਾਂਗਾ ਔਰ ਉਹਦੇ ਤੋਂ ਕੌਮਾਂ ਬਰਕਤ ਪਾਣਗੀ, ਸਾਰੀ ਸ੍ਰਿਸ਼ਟੀ ਬਰਕਤ ਪਾਊਗੀ। ਔਰ ਜਦੋਂ ਨਹੀਂ ਮਿਲਿਆ, ਕਿਉਂਕਿ ਉਹ ਤਿਆਰ ਹੋ ਰਿਹਾ ਸੀਗਾ, ਉਹ ਚ ਕਮੀਆਂ ਸੀਗੀਆਂ, ਕਮੀਆਂ ਨਿਕਲਣ ਦੇ ਲਈ, ਕਮੀਆਂ ਤੋਂ ਬਾਹਰ ਆਉਣ ਦੇ ਲਈ, ਪਰਫੈਕਸ਼ਨ ਦੇ ਵਿੱਚ ਆਉਣ ਦੇ ਲਈ ਉਹਨੂੰ ਲਗਭਗ 25 ਸਾਲ ਲੱਗ ਗਏ, ਕਿਉਂਕਿ ਉਹਦੇ ਔਲਾਦ ਕੋਈ ਨਹੀਂ ਸੀ। 100 ਸਾਲ ਦੀ ਉਮਰ ਉਹਦੀ ਹੋ ਗਈ ਸੀਗੀ। ਪਰਮੇਸ਼ਵਰ ਨੇ ਉਹਨਾਂ ਵਾਅਦਾ ਕੀਤਾ, ਉਹਨਾਂ ਗੱਲਬਾਤ ਕੀਤੀ, ਕਹਿੰਦੇ ਮੈਂ ਤੈਨੂੰ ਬੇਟੇ ਦੀ ਆਸ਼ੀਸ਼ ਦਵਾਂਗਾ। ਜਦੋਂ ਪਤਾ ਲੱਗਾ ਕਿ ਉਹਨੂੰ ਬਹੁਤ ਟਾਈਮ ਹੋ ਗਿਆ ਆ, ਮੈਨੂੰ ਲੱਗਦਾ ਨਹੀਂ ਮਿਲਣੀ ਆ, ਫਿਰ ਆਪਣੀ ਸਮਝ ਦਾ ਉਹਨੇ ਸਹਾਰਾ ਲਿਆ, ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ, ਆਪਣੀ ਸਮਝ ਦਾ ਸਹਾਰਾ ਲਿਆ। ਕਹਿੰਦਾ ਮੈਂ ਆਪਣੀ ਨੌਕਰਾਨੀ ਦੇ ਕੋਲ ਜਾਵਾਂ, ਉਹਦੇ ਨਾਲ ਲੇਟਾਂ, ਉਹ ਤੋਂ ਬੱਚਾ ਪੈਦਾ ਹੋਊਗਾ ਤੇ ਉਹਦੇ ਨਾਲ ਖੁਦਾ ਆਪਣੇ ਵਾਅਦੇ ਪੂਰੇ ਕਰੂਗਾ। ਇਹ ਉਹਦੀ ਆਪਣੀ ਦਿਮਾਗ ਦੀ ਆਪਣੀ ਸੋਚ ਸੀਗੀ ਉਹਦੀ, ਜਾਂ ਆਪਣੇ ਦਿਮਾਗ ਦੀ ਉਪਜ ਸੀਗੀ ਉਹਦੀ, ਕਿ ਮੈਂ ਇੱਦਾਂ ਕਰਾਂ ਕਿ ਆਪਣੀ ਨੌਕਰਾਨੀ ਦੇ ਨਾਲ ਲੇਟਾਂ ਜਾ ਕੇ ਔਰ ਉਹ ਪ੍ਰੈਗਨੈਂਟ ਹੋਊਗੀ, ਉਹਦੇ ਦੁਆਰਾ ਬੱਚਾ ਆਊਗਾ, ਕਿਉਂਕਿ ਮੇਰੀ ਵਾਈਫ ਤੋਂ ਤਾਂ ਹੋ ਨਹੀਂ ਰਿਹਾ। ਫਿਰ ਬਾਈਬਲ ਕਹਿੰਦਾ ਆਪਣੀ ਗੋਲੀ ਦੇ ਕੋਲ ਗਿਆ, ਨੌਕਰਾਨੀ ਕੋਲ ਗਿਆ, ਉਹਨਾਂ ਲੇਟਿਆ, ਉਹਨਾਂ ਸੰਗ ਕੀਤਾ ਔਰ ਉਹ ਤੋਂ ਬੱਚਾ ਪੈਦਾ ਹੋਇਆ ਇਸਮਾਇਲ। ਔਰ ਖੁਦਾ ਦੇ ਲੈ ਕੇ ਗਿਆ, ਖੁਦਾ ਕਹਿੰਦਾ ਇਹਦੇ ਨਾਲ, ਇਹਦੇ ਦੁਆਰਾ ਨਹੀਂ, ਤੇਰੀ ਆਪਣੀ ਸਮਝ ਦਾ ਸਹਾਰਾ, ਤੇਰੀ ਆਪਣਾ ਬ੍ਰੇਨ, ਤੇਰੀ ਆਪਣੀ ਉਪਜ ਆ ਕਿ ਖੁਦਾ ਸ਼ਾਇਦ ਏਦਾਂ ਵਾਅਦੇ ਨੂੰ ਪੂਰਾ ਕਰੂਗਾ। ਕਹਿੰਦੇ ਨਹੀਂ, ਮੈਂ ਤੇਰੀ ਪਤਨੀ ਸਾਰਾ ਤੋਂ ਹੀ ਤੈਨੂੰ ਬੱਚਾ ਦੇਵਾਂਗਾ। ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਬਾਈਬਲ ਕਹਿੰਦਾ ਫਿਰ ਜਦੋਂ ਖੁਦਾ ਨੇ ਬਰਕਤ ਦਿੱਤੀ, ਉਹ ਲਗਭਗ 90 ਸਾਲਾਂ ਦੀ ਸੀਗੀ ਔਰ ਇਬਰਾਹਿਮ ਲਗਭਗ 100 ਸਾਲ ਦਾ ਸੀਗਾ, ਜਦੋਂ ਉਹਨਾਂ ਨੂੰ 25 ਸਾਲਾਂ ਬਾਅਦ ਇਹ ਆਸ਼ੀਸ਼ ਉਹਨਾਂ ਦੇ ਉੱਪਰ ਰਿਲੀਜ਼ ਹੋਈ। ਉਹਦਾ ਡਿਲੇ ਦਾ ਕਾਰਨ ਸਮਝਦੇ ਹੋ, ਕਾਰਨ ਕੀ ਸੀਗਾ ਡਿਲੇ ਦਾ? ਇਬਰਾਹਿਮ 'ਚ ਥੋੜੀਆਂ ਕਮੀਆਂ ਪਾਈਆਂ ਜਾਂਦੀਆਂ ਸੀਗੀਆਂ, ਇਬਰਾਹਿਮ ਦੇ ਵਿੱਚ ਜੋ ਥੋੜੀਆਂ ਕਮੀਆਂ ਪਾਈਆਂ ਜਾਂਦੀਆਂ ਸੀ, ਉਹਨਾਂ ਕਮੀਆਂ ਨੂੰ ਕਲੀਅਰ ਕਰਨ ਦੇ ਲਈ, ਉਹਨਾਂ ਕਮੀਆਂ ਨੂੰ ਆਪਣੀ ਜ਼ਿੰਦਗੀ 'ਚੋਂ ਦੂਰ ਕਰਨ ਦੇ ਲਈ 25 ਸਾਲ ਲੱਗ ਗਏ। ਔਰ ਜਦੋਂ ਪਰਫੈਕਸ਼ਨ ਦੇ ਵਿੱਚ ਆਇਆ, ਜਦੋਂ ਕੰਪਲੀਟ ਮੈਨ ਹੋਇਆ ਖੁਦਾ ਦੀ ਨਜ਼ਰ 'ਚ, ਤੈਨ ਬਰਕਤ ਜਿਹੜੀ ਉਹਦੀ ਜ਼ਿੰਦਗੀ ਦੇ ਵਿੱਚ ਉਤਰੀ, ਸਾਰੀ ਕਲੀਸਿਯਾ ਬੋਲੇ ਹਾਲੇਲੂਇਆ। ਆਪਣੀ ਸਮਝ ਦਾ ਸਹਾਰਾ ਲੈਣਾ ਬੰਦ ਕਰ ਦੇ। ਮੈਂ ਫਿਰ ਰੋਜ਼ੇ ਰੱਖ ਲਵਾਂਗਾ, ਹਾਂ ਮੈਂ ਫਿਰ ਪ੍ਰਾਰਥਨਾ ਦੇ ਵਿੱਚ ਅੱਗੇ ਵਧਾਂਗਾ, ਜਾਂ ਮੈਂ ਫਿਰ ਨਾਈਟ ਪ੍ਰੇਅਰ ਦੇ ਵਿੱਚ ਜਾਵਾਂਗਾ, ਮੈਂ ਹਲੇ ਬਪਤਿਸਮਾ ਨਹੀਂ ਲੈਣਾ, ਮੈਂ ਹਲੇ ਆ ਵੀ ਕੰਮ ਕਰਨੇ, ਮੈਂ ਉਹ ਵੀ ਕੰਮ ਕਰਨੇ। ਇਹ ਤੁਹਾਡੀ ਆਪਣੀ ਸਮਝ ਹੈ, ਕਿੰਨੇ ਸਮਝ ਪਾ ਰਹੇ? ਖੁਦਾ ਦੀ ਸਮਝ ਦੇ ਉੱਪਰ ਇਤਬਾਰ ਕਰੋ, ਉਹ ਕਦੀ ਸ਼ਰਮਿੰਦਾ ਨਹੀਂ ਹੋਣ ਦਿੰਦਾ। ਬੋਲੋ ਹਾਲੇਲੂਇਆ। ਕਹਿੰਦਾ ਉਹਨੇ ਤੁਹਾਨੂੰ ਸਿਰ ਬਣਾਇਆ, ਪੂਛ ਨਹੀਂ, ਤੇ ਪੂਛ ਦੇ ਉੱਪਰ ਤਾਜ ਨਹੀਂ ਪੈਂਦਾ, ਕਿੱਥੇ ਪੈਂਦਾ, ਕਿੱਥੇ ਪੈਂਦਾ? ਕਹਿੰਦਾ ਉਹਨੇ ਤੁਹਾਨੂੰ ਪੂਛ ਨਹੀਂ, ਉਹਨੇ ਤੁਹਾਨੂੰ ਸਿਰ ਬਣਾਇਆ, ਔਰ ਸਿਰ ਤਾਜ ਦਾ ਹੱਕਦਾਰ ਆ ਸਾਰੀ ਕਲੀਸਿਯਾ। ਬੋਲੇ ਕਹਿੰਦਾ ਜਿੰਨਿਆਂ ਨੇ ਉਹਦੇ ਉੱਪਰ ਭਰੋਸਾ ਰੱਖਿਆ ਕਦੀ ਸ਼ਰਮਿੰਦੇ ਨਹੀਂ ਹੋਏ, ਉਹਨਾਂ ਦੇ ਮੂੰਹ ਕਦੀ ਕਾਲੇ ਨਹੀਂ ਹੋਏ। ਉਹ ਮੁਬਾਰਕ ਕਹਿਲਾਏ, ਉਹ ਮੁਬਾਰਕ ਕਹਿਲਾਏ। ਪੜ੍ਹੀਏ ਜ਼ਰਾ ਮੇਰੇ ਨਾਲ ਇਬਰਾਨੀਆਂ ਦਾ ਪੁਸਤਕ, ਉਹਦਾ 12 ਨੰਬਰ ਅਧਿਆਇ ਔਰ ਉਹਦਾ 1 ਨੰਬਰ ਪੰਕਤੀ ਨੂੰ ਪੜ੍ਹਨਾ ਜ਼ਰਾ ਮੇਰੇ ਨਾਲ, ਔਰ ਸੁਣਨਾ ਤੁਸੀਂ ਬੜੇ ਧਿਆਨ ਦੇ ਨਾਲ। ਵਚਨ ਦਾ ਟਾਈਟਲ ਆ, ਪਾਪ ਜਿਹੜਾ ਪਿਆਰ ਦੇ ਨਾਲ ਫਸਾ ਲੈਂਦਾ, ਸਹਿਜ ਦੇ ਨਾਲ ਫਸਾ ਲੈਂਦਾ, ਇਹਦੇ ਬਾਰੇ ਅੱਜ ਅਸੀਂ ਚਰਚਾ ਕਰਨੀ ਹੈ। ਖੁਦਾ ਦਾ ਰੂਹ ਮੇਰੀ ਬੋਲਣ 'ਚ ਤੁਹਾਡੇ ਸਾਰਿਆਂ ਦੀ ਸੁਣਨ ਸਮਝਣ 'ਚ ਮਦਦ ਕਰੇ, ਸਾਰੀ ਕਲੀਸਿਯਾ ਬੋਲੇ। ਹਾਂਜੀ ਪੜ੍ਹੀਏ ਜੀ। ਉਪਰੰਤ ਜਦੋਂ ਗਵਾਹਾਂ ਨੇ ਇੰਨੇ ਵੱਡੇ ਪੱਧਰ ਲਈ ਸਾਨੂੰ ਘੇਰਿਆ ਹੋਇਆ ਸੀ, ਬਾਈਬਲ ਕਹਿੰਦਾ, ਸੋ ਜਦੋਂ ਕਿਹੜਾ ਪੜ੍ਹਦੇ ਪਏ ਸੀ? ਇਬਰਾਨੀਆਂ ਦਾ ਪੁਸਤਕ। ਹਾਂਜੀ ਪੜ੍ਹੀਏ ਜੀ। ਉਪਰੰਤ ਜਦੋਂ ਗਵਾਹਾਂ ਨੇ ਇੰਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ, ਗਵਾਹਾਂ ਦੇ ਇੰਨੇ ਵੱਡੇ ਬੱਦਲ ਨੇ ਸਾਨੂੰ ਕੀ ਕੀਤਾ ਪਿਆ ਆ? ਕੀ ਕੀਤਾ ਆ? ਚਾਰੋਂ ਪਾਸੇ ਘੇਰਿਆ ਹੋਇਆ, ਕਿੱਦਾਂ ਪਾਪ ਕਰਾਂਗੇ? ਕਿਉਂਕਿ ਜਦ ਤੱਕ ਇਹ ਸਮਝਾਂਗੇ, ਬਾਈਬਲ ਦੇ ਅੰਦਰ ਜਿੰਨੇ ਖੁਦਾ ਦੇ ਦਾਸ ਹੋਏ, ਕੋਈ ਡਿੱਗ ਕੇ ਖੜਾ ਹੋਇਆ, ਕੋਈ ਖੜਾ ਹੋ ਕੇ ਡਿੱਗਿਆ, ਕੋਈ ਕਮਜ਼ੋਰ ਪਿਆ, ਕੋਈ ਕਿੱਦਾਂ ਡਿੱਗਿਆ, ਕਿੱਦਾਂ ਪਾਪ ਦੇ ਵਿੱਚ ਪਿਆ, ਇਹ ਸਾਰੀਆਂ ਗਵਾਹੀਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਹੋਈਆਂ। ਔਰ ਕਿਹੜੇ ਗਲਤ ਕੰਮ ਕੀਤੇ ਜਿਹਨਾਂ ਦਾ ਰਿਜ਼ਲਟ ਉਹਨਾਂ ਨੂੰ ਮਿਲਿਆ, ਕਿਹੜੇ ਚੰਗੇ ਕੰਮ ਕੀਤੇ ਉਹਨਾਂ ਦਾ ਰਿਜ਼ਲਟ ਉਹਨਾਂ ਨੂੰ ਮਿਲਿਆ, ਇਹਨਾਂ ਗਵਾਹਾਂ ਦੇ ਬੱਦਲ ਨੇ ਸਾਨੂੰ ਚਾਰੇ ਪਾਸੇ ਘੇਰਿਆ ਹੋਇਆ। ਕਿਸ ਪਰਸਨ ਨੂੰ ਘੇਰਿਆ ਹੋਇਆ ਪਤਾ?
ਕਿਹੜੇ ਬੰਦੇ ਨੂੰ ਗਵਾਹਾਂ ਦੇ ਪਿੱਪਲ ਨੇ ਘੇਰਿਆ ਪਿਆ ਆਲੇ ਦੁਆਲੇ? ਜਿਹੜਾ ਬੰਦਾ ਬਾਈਬਲ ਨੂੰ ਪੜ੍ਹਦਾ ਔਰ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦਾ, ਜਿਹਦਾ ਰਿਸ਼ਤਾ ਹੀ ਬਾਈਬਲ ਨੂੰ ਬਾਈਬਲ ਦੇ ਨਾਲ ਹੈ ਹੀ ਨਹੀਂ ਆ, ਉਹ ਕਿੱਦਾਂ ਗਵਾਹੀਆਂ ਨੂੰ ਸਮਝ ਪਾਏਗਾ? ਉਹ ਕਿੱਦਾਂ ਖੁਦਾ ਦੇ ਅਦਭੁਤ ਕੰਮਾਂ ਨੂੰ ਸਮਝ ਪਾਏਗਾ? ਕਿਹਨੇ ਸਮਝ ਮਾਰੇ ਮੇਰੀ ਗੱਲ? ਬਾਈਬਲ ਕਹਿੰਦਾ ਸੋ ਜਦੋਂ ਗਵਾਹਾਂ ਦੇ ਐਡੇ ਵੱਡੇ ਬੱਦਲ ਨੂੰ ਚਾਰੋਂ ਪਾਸਿਓਂ ਘੇਰ ਲਿਆ ਆ, ਹਾਂਜੀ ਪਿਆਰ ਦੇ ਨਾਲ ਗੱਲ ਬੱਕੜੀ ਪਾ ਲੈਂਦਾ, ਤੁਹਾਨੂੰ ਪਤਾ ਨੀ ਹੁੰਦਾ, ਕਈਆਂ ਨੂੰ ਲੱਗਦਾ ਇਹ ਪਰਮੇਸ਼ਵਰ ਦੀ ਆਵਾਜ਼ ਆ, ਇਹ ਪਰਮੇਸ਼ਵਰ ਵੱਲੋਂ ਇਨਸਾਨ ਆ ਜਿਹੜਾ ਮੇਰੀ ਜ਼ਿੰਦਗੀ ਚ ਕੱਲਿਆ, ਇਹੀ ਮੇਰਾ ਫਿਊਚਰ ਆ। ਕਿੰਨੇ ਮੇਰੀ ਗੱਲ ਸਮਝ ਪਾ ਰਹੇ ਜਵਾਨ? ਕਹਿੰਦਾ ਪਾਪ ਸਹਿਜ ਦੇ ਨਾਲ ਤੁਹਾਨੂੰ ਫਸਾ ਲੈਂਦਾ ਔਰ ਜਦੋਂ ਤੁਹਾਨੂੰ ਲੱਗਦਾ ਉਹ ਅੱਛਾ ਅੱਛਾ ਆਹੀ ਮੇਰੇ ਲਾਈਫ ਪਾਰਟਨਰ ਆ, ਇਹ ਖੁਦਾ ਵੱਲੋਂ, ਇਹਦੇ ਨਾਲ ਮੇਰੀ ਚੈਟਿੰਗ ਸ਼ੁਰੂ ਹੋਈ ਸੀ, ਇਹ ਖੁਦਾ ਵੱਲੋਂ ਨੰਬਰ ਸਾਡਾ ਐਕਸਚੇਂਜ ਹੋਇਆ, ਇਹ ਖੁਦਾ ਵੱਲੋਂ ਗਲਤੀ ਨਾਲ ਮੈਸੇਜ ਭੇਜ ਹੋਇਆ ਤਾਂ ਕਿ ਗੱਲ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਮੇਰੀਆਂ ਗੱਲਾਂ ਸੱਚੀਆਂ ਹੁੰਦੀਆਂ, ਕਈ ਵਾਰ ਲੱਗ ਜਾਂਦੀਆਂ, ਕਈ ਵਾਰ ਕੰਮ ਕਰ ਜਾਂਦੀਆਂ। ਬੋਲੋ ਹਾਲੇਲੂਇਆ। ਕਹਿੰਦਾ ਪਾਪ ਤੁਹਾਨੂੰ ਸਹਿਜ ਦੇ ਨਾਲ ਫਸਾ ਲੈਂਦਾ ਔਰ ਜਦੋਂ ਇਹ ਉਪਜ ਹੋ ਜਾਂਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿ ਇਹ ਲਾਈਫ ਪਾਰਟਨਰ ਮੇਰੀ ਜ਼ਿੰਦਗੀ ਜੋ ਖੁਦਾ ਨੇ ਭੇਜਿਆ ਖੁਦਾ ਵੱਲੋਂ, ਫਿਰ ਉਸ ਤੋਂ ਬਾਅਦ ਪ੍ਰਾਰਥਨਾ ਕਿਉਂ ਘਟਦੀ? ਉਸ ਤੋਂ ਬਾਅਦ ਬਾਈਬਲ ਕਿਉਂ ਘਟਦਾ? ਉਸ ਤੋਂ ਬਾਅਦ ਰਾਤ ਨੂੰ ਸੌਂਦਾ ਕਿਉਂ ਨਹੀਂ ਆ ਬੰਦਾ? ਹਾਂ, ਖੁਦਾ ਕੀ ਕਹਿੰਦਾ ਨੀਂਦੇ ਰਹੋ? ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਕਹਿੰਦਾ ਪਾਪ ਤੁਹਾਨੂੰ ਸਹਿਜ ਦੇ ਨਾਲ ਫਸਾ ਲੈਂਦਾ ਕਿ ਤੁਹਾਡੀ ਦੁਆ ਚ ਕਮੀ ਲੈ ਕੇ ਆਵੇ, ਪਰਮੇਸ਼ਵਰ ਦੇ ਨਾਲ ਤੁਹਾਡੇ ਸੰਬੰਧਾਂ ਨੂੰ ਕਮਜ਼ੋਰ ਕਰੇ, ਪਰਮੇਸ਼ਵਰ ਦਾ ਜੋ ਰੁਤਬਾ ਆ ਉਹ ਉਸ ਇਨਸਾਨ ਨੂੰ ਮਿਲੇ ਤੁਹਾਡੀ ਜ਼ਿੰਦਗੀ ਚ, ਇਹ ਸ਼ੈਤਾਨ ਏਦਾਂ ਫਸਾਉਂਦਾ। ਕਿੰਨੇ ਮੇਰੀ ਗੱਲ ਨੂੰ ਸਮਝ ਪਾ ਰਹੇ? ਕੋਈ ਜਵਾਨ ਬੱਚਾ ਜਾਂ ਲੜਕੀ ਜਾਂ ਲੜਕਾ ਕੋਈ ਹਾਰਮੋਨੀਅਮ ਦੇ ਨਾਲ ਵਰਸ਼ਿਪ ਕਰ ਰਿਹਾ, ਕੋਈ ਗਾ ਰਿਹਾ, ਕੋਈ ਦੁਆ ਚ ਵਾਦਾ, ਕਿਹਨੂੰ ਚੰਗਾ ਨਹੀਂ ਲੱਗੂਗਾ ਦੱਸੋ? ਕਿਹਨੂੰ ਚੰਗਾ ਨਹੀਂ ਲੱਗੂਗਾ? ਕਿਸੇ ਨੂੰ ਮਾੜਾ ਲੱਗੂਗਾ ਉਹ? ਹਾਂ, ਤੇ ਫਿਰ ਪ੍ਰਪੋਜ਼ਲ ਉਹਦੇ ਲਈ ਆਉਣੇ ਆ, ਸ਼ੈਤਾਨ ਦੇ ਵੱਲੋਂ, ਖੁਦਾ ਵੱਲੋਂ ਨਹੀਂ। ਕਿ ਤੁਹਾਨੂੰ ਲੱਗੇ ਲਓ ਜੀ ਹੁਣ ਮੈਂ ਖੁਦਾ ਚ ਪਰਫੈਕਟ ਹੋ ਗਿਆ, ਮੈਂ ਗਾਉਂਦਾ ਤੇ ਰੂਹ ਉਤਰਦਾ ਤਾਂ ਖੁਦਾ ਫਿਰ ਮੈਨੂੰ ਪ੍ਰਪੋਜ਼ਲ ਭੇਜਦਾ ਪਿਆ, ਇਹ ਖੁਦਾ ਦੀ ਬਰਕਤ ਆ। ਫਿਰ ਹਾਰਮੋਨੀਅਮ ਕਿੱਥੇ ਜਾਂਦਾ? ਫਿਰ ਗਾਉਣਾ ਕਿੱਥੇ ਜਾਂਦਾ? ਫਿਰ ਉਹਦਾ ਪਹਿਲਾ ਸਥਾਨ ਕਿੱਥੇ ਜਾਂਦਾ? ਉਹਦੀ ਵਰਸ਼ਿਪ ਕਿੱਥੇ ਜਾਂਦੀ? ਫਿਰ ਪਹਿਲਾਂ ਰਾਤ ਨੂੰ ਦੁਆਵਾਂ ਹੁੰਦੀਆਂ ਸੀ, ਹੁਣ ਰਾਤ ਨੂੰ ਚੈਟਿੰਗਾਂ ਹੁੰਦੀਆਂ, ਗੱਲਾਂ ਹੁੰਦੀਆਂ, ਇਹ ਖੁਦਾ ਵੱਲੋਂ। ਮੈਂ ਤੁਹਾਡੇ ਦਿਮਾਗ ਦੇ ਵਿੱਚ ਪਾਉਣਾ ਚਾਹੁੰਦਾ ਕਿ ਪਾਪ ਕਿੱਦਾਂ ਸਹਿਜ ਨਾਲ ਫਸਾ ਲੈਂਦਾ। ਕਦੀ ਰਾਤ ਨੂੰ ਦੁਆਵਾਂ ਹੁੰਦੀਆਂ ਸੀ, ਅੱਜ ਰਾਤ ਨੂੰ ਸੁੱਤੇ ਹੁੰਦੇ ਨੇ, ਕਿੱਥੇ ਗਈ ਉਹ ਕਿਰਪਾ? ਕਿੱਥੇ ਗਿਆ ਉਹ ਅਭਿਸ਼ੇਕ? ਕਿੱਥੇ ਗਿਆ ਉਹ ਸਾਮਰਥ? ਕਿੱਥੇ ਗਿਆ ਖੁਦਾ ਦੇ ਨਾਲ ਪਿਆਰ ਜਦੋਂ ਦੁਆਵਾਂ ਚ ਬੋਲਿਆ ਜਾਂਦਾ ਸੀ ਪ੍ਰਭੂ ਤੂੰ ਤੇ ਮੈਂ ਤੇ ਤੂੰ, ਪ੍ਰਭੂ ਤੇਰੀਆਂ ਗੱਲਾਂ ਮੇਰੇ ਚ ਤੇ ਮੇਰੀਆਂ ਗੱਲਾਂ ਤੇਰੇ ਚ, ਪ੍ਰਭੂ ਤੇਰੇ ਤੋਂ ਵੱਧ ਕੇ ਕੋਈ? ਅੱਜ ਉਹ ਕਿੱਥੇ ਗਏ ਸ਼ਬਦ? ਅੱਜ ਉਹ ਕਿੱਥੇ ਗਈ ਅਨੋਇੰਟਿੰਗ? ਖੋ ਲਈਆ ਸ਼ੈਤਾਨ ਨੇ, ਛਿਨ ਲਈਆ ਸ਼ੈਤਾਨ ਨੇ, ਕਿਉਂਕਿ ਉਹਨੇ ਸਹਿਜ ਦੇ ਨਾਲ ਤੁਹਾਨੂੰ ਫਸਾ ਲਿਆ। ਜਿਹਦਾ ਇਸ ਸਰੀਰ ਦੇ ਉੱਪਰ ਕੰਟਰੋਲ ਨਹੀਂ ਆ, ਉਹ ਸਪਿਰਚੁਅਲਿਟੀ ਦੇ ਵਿੱਚ ਨਹੀਂ ਵੱਧ ਸਕਦਾ, ਉਹ ਖੁਦਾ ਦੇ ਕੰਮ ਨਹੀਂ ਕਰ ਸਕਦਾ, ਜਿਹੜਾ ਇਸ ਦੇਹ ਨੂੰ ਆਪਣੇ ਕੰਟਰੋਲ ਦੇ ਵਿੱਚ ਨਹੀਂ ਕਰ ਸਕਦਾ, ਜਿਹੜਾ ਪ੍ਰਾਣੀ ਆਪਣੇ ਗੁੱਸੇ ਨੂੰ ਆਪਣੇ ਕੰਟਰੋਲ 'ਚ ਨਹੀਂ ਕਰ ਸਕਦਾ, ਜਿਹੜਾ ਇਹਨਾਂ ਇੰਦਰੀਆਂ ਨੂੰ ਆਪਣੇ ਕੰਟਰੋਲ ਦੇ ਵਿੱਚ ਨਹੀਂ ਕਰ ਸਕਦਾ, ਉਹ ਖੁਦਾ ਦਾ ਕੰਮ ਨਹੀਂ ਕਰ ਸਕਦਾ, ਉਹ ਅੱਜ ਵੀ ਡਿੱਗਾ ਤੇ ਕੱਲ੍ਹ ਵੀ ਡਿੱਗਾ। ਉਹ ਉਸ ਪ੍ਰਾਣੀ ਦੀ ਜ਼ਿੰਦਗੀ 'ਚ ਪਤਾ ਕੀ ਹੁੰਦਾ? ਉਹਦੇ 3 ਦਿਨ ਦੁਆ ਦੇ ਹੁੰਦੇ, ਚੌਥਾ ਦਿਨ ਪਾਪ ਦਾ ਹੁੰਦਾ, 3 ਦਿਨ ਦੁਆ ਦੇ ਹੁੰਦੇ, ਚੌਥਾ ਦਿਨ ਪਾਪ ਦਾ ਹੁੰਦਾ। ਉਸ ਪ੍ਰਾਣੀ ਦੀ ਮੈਂ ਗੱਲ ਕਰਦਾ ਜਿਹੜੀਆਂ ਇੰਦਰੀਆਂ ਉਹਦੇ ਕੰਟਰੋਲ 'ਚ ਨਹੀਂ ਆ, ਕਿਉਂਕਿ ਚੌਥੇ ਦਿਨ ਪਾਪ ਕਰਕੇ 5ਵੇਂ ਦਿਨ ਉਹਨੇ ਤੌਬਾ ਕਰਨੀ ਹੁੰਦੀ ਹੈ, ਫਿਰ 3ਵੇਂ ਦਿਨ ਬਾਅਦ ਪਾਪ ਕਰਦਾ, ਫਿਰ ਤੌਬਾ ਕਰਦਾ, ਫਿਰ ਖੜਦਾ। ਉਹ ਹੰਝੂ ਵੀ ਬਹੁਤ ਬਹਾਨੇ ਹੈ, ਕਹਿੰਦੇ ਬਾਈਬਲ ਕਹਿੰਦਾ ਉਹ ਕੁੱਪੀ 'ਚ ਇਕੱਠਾ ਕਰਦਾ, ਬਾਰ ਬਾਰ ਤੌਬਾ ਕਰਕੇ ਥੋੜੀ। ਕਹਿੰਦਾ ਟੁੱਟੇ ਹਿਰਦੇ ਦੇ ਨਾਲ ਜਿਹੜੀ ਪ੍ਰਾਰਥਨਾ ਹੁੰਦੀ ਉਹਨੂੰ ਉਹ ਤੁੱਛ ਨਹੀਂ ਜਾਣਦਾ, ਉਹਦੀ ਰਿਸਪੈਕਟ ਕਰਦਾ, ਉਹਦੀ ਕਦਰ ਕਰਦਾ ਆ। ਟੁੱਟੇ ਹਿਰਦੇ ਦੇ ਨਾਲ ਜਿਹੜੀ ਸੱਚੇ ਮਨੋਂ ਤੌਬਾ ਹੁੰਦੀ, ਬਾਰ ਬਾਰ ਨਹੀਂ, ਜਿਹੜੀ ਇੱਕ ਵਾਰ ਤੌਬਾ ਕਰ ਲਈ ਸੱਚੇ ਮਨੋਂ, ਔਰ ਉਹਦੇ ਵਿੱਚ ਤੁਸੀਂ ਹੰਝੂ ਬਹਾਓ, ਉਹ ਦੂਤ ਨੂੰ ਕੱਲੇਗਾ, ਤੁਹਾਡੇ ਹੰਝੂਆਂ ਨੂੰ ਕੰਟਰੋਲ ਕਰੇਗਾ, ਟੁੱਪੀ 'ਚ ਲੈ ਕੇ ਜਾਏਗਾ ਖੁਦਾ ਦੇ ਕੋਲ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਪਾਪ ਜਿਹੜਾ ਸਹਿਜ ਦੇ ਨਾਲ ਫਸਾ ਲੈਂਦਾ, ਪਹਿਲਾਂ ਅਸੀਂ ਕੁਝ ਨਹੀਂ ਸੀਗਾ,
ਚੰਗਾ ਭਲਾ ਦੁਆ ਪ੍ਰਾਰਥਨਾ ਚੱਲਦੀ ਸੀ, ਬਾਈਬਲ ਚੱਲਦਾ ਸੀਗਾ, ਜਦ ਦਾ ਘਰਦਿਆਂ ਨੇ ਫੋਨ ਲੈ ਕੇ ਦਿੱਤਾ ਜਾਂ ਅਸੀਂ ਜਿੱਦ ਕੀਤੀ ਫੋਨ ਲੈਣ ਦੀ, ਉਹ ਤੋਂ ਬਾਅਦ ਐਸਾ ਭੱਠਾ ਬੈਠਾ ਆਤਮਕ ਜ਼ਿੰਦਗੀ ਦਾ। ਫਿਰ ਮੁੜ ਕੇ ਮਾਮਾ ਪੀ ਵੀ ਫੋਨ ਕਰਦੇ, ਪਾਦਰੀ ਸਾਹਿਬ ਸਮਝਾਓ ਇਹਨੂੰ। ਮੈਂ ਕਿਹਾ ਲੈ ਕੇ ਦੇਣ ਤੋਂ ਪਹਿਲਾਂ ਪੁੱਛਿਆ ਸੀ ਕਿਆ ਸੀਗਾ ਪਾਦਰੀ ਸਾਹਿਬ, ਲੈ ਕੇ ਦੇਈਏ ਕਿ ਨਾ ਲੈ ਕੇ ਦੇਈਏ। ਏਦਾਂ ਉਹ ਫਸਾਉਂਦਾ ਸਹਿਜ ਦੇ ਨਾਲ, ਪਹਿਲਾਂ ਬੱਚਾ ਕਹਿਣੇ ਘਰ ਸੀਗਾ, ਹੁਣ ਦਬਕਾ ਵੀ ਮਾਰ ਦਿੰਦਾ, ਹੁਣ ਡਾਂਟ ਵੀ ਦਿੰਦਾ, ਹੁਣ ਖਿੱਚ ਵੀ ਜਾਂਦਾ, ਹੁਣ ਰੋਟੀ ਵੀ ਨੀ ਖਾਂਦਾ ਕਈ ਵਾਰੀ। ਕਿ ਮੈਂ ਸੱਚ ਬੋਲਦਾ, ਕਿ ਮੈਂ ਸੱਚ ਬੋਲਦਾ, ਬੋਲੋ ਹਾਲੇਲੂਇਆ, ਹਾਲੇਲੂਇਆ। ਕਹਿੰਦਾ ਆਤਮਾ ਦੀ ਅਗਵਾਈ ਦੇ ਨਾਲ ਚੱਲੂਗੇ, ਕਦੀ ਵੀ ਸਰੀਰ ਦੇ ਔਰ ਸੰਸਾਰ ਦੇ ਵਿਸ਼ਿਆਂ ਨੂੰ ਪੂਰਾ ਨਹੀਂ ਕਰ ਪਾਉਂਗੇ। ਕਹਿੰਦਾ ਗਵਾਹਾਂ ਦੇ ਏਡੇ ਵੱਡੇ ਬੱਦਲ ਨੇ ਸਾਨੂੰ ਘੇਰ ਲਿਆ, ਕਿੱਦਾਂ ਪਾਪ ਕਰ ਲਈਏ। ਅੱਜ ਮੰਗਦਾ ਕੋਈ ਪ੍ਰਭੂ ਆਹ ਅਭਿਸ਼ੇਕ ਦੇ ਮੈਨੂੰ, ਪ੍ਰਭੂ ਆਹ ਵਰਦਾਨ ਦੇ, ਪ੍ਰਭੂ ਪਵਿੱਤਰ ਆਤਮਾ ਦੇ, ਪਵਿੱਤਰ ਆਤਮਾ ਦੇ ਫਲਾਂ ਦੇ ਨਾਲ ਭਰ ਦੇ ਮੈਨੂੰ, ਕੀ ਕਰੂੰਗੇ ਲੈ ਕੇ, ਕੀ ਕਰੂੰਗੇ ਲੈ ਕੇ ਦੱਸੋ। ਜਿਹਦੇ ਕੋਲ ਪਵਿੱਤਰ ਆਤਮਾ ਨਹੀਂ, ਉਹ ਪਵਿੱਤਰ ਆਤਮਾ ਲੈ ਕੇ ਅੱਜ ਆਰਾਮ ਨਾਲ ਬੈਠ ਪਿਆ, ਕੀ ਫਾਇਦਾ ਹੋਇਆ। ਜਿਹਦੇ ਕੋਲ ਗੈਰ ਭਾਸ਼ਾ ਨਹੀਂ ਸੀ, ਉਹ ਗੈਰ ਭਾਸ਼ਾ ਲੈ ਕੇ ਆਰਾਮ ਨਾਲ ਬੈਠਾ ਪਿਆ, ਅੱਜ ਕੀ ਫਾਇਦਾ ਹੋਇਆ, ਕੋਈ ਫਾਇਦਾ ਹੋਇਆ, ਬੈਨੀਫਿਟ ਹੋਇਆ। ਪਵਿੱਤਰ ਆਤਮਾ ਦੇ ਵਰਦਾਨ ਮੰਗਦੇ ਆ, ਉਹ ਮਿਲਣ ਤੋਂ ਬਾਅਦ ਕੋਈ ਇੰਪਰੂਵਮੈਂਟ ਹੋਇਆ ਤੁਹਾਡੇ ਵਿੱਚ, ਖੁਦਾ ਦੇ ਨਾਮ ਨੂੰ ਪ੍ਰਸਤਿਸ਼ ਮਿਲੀ, ਖੁਦਾ ਦੇ ਨਾਮ ਨੂੰ ਵਡਿਆਈ ਮਿਲੀ, ਅੱਜ ਤੁਸੀਂ ਡਿੱਗ ਕੇ ਬੈਠੇ ਪਏ। ਕਿਉਂ? ਕਿਉਂਕਿ ਮੰਗਣਾ ਨਹੀਂ ਆਉਂਦਾ। ਕਹਿੰਦਾ ਮੰਗਦੇ ਤੁਸੀਂ ਆਪਣੇ ਲਈ ਮੰਗਦੇ, ਆਪਣੇ ਭੋਗ ਵਿਲਾਸਾ ਦੇ ਲਈ ਮੰਗਦੇ। ਅੱਜ ਥੋੜਾ ਜਿਹਾ ਮੰਗਣ ਤੇ ਮਿਲ ਜਾਂਦਾ ਤੇ ਘਮੰਡ ਦੇ ਨਾਲ ਐਡਾ ਛਾਤਾਂ ਨਾਲ ਸਿਰ ਲੱਗ ਜਾਂਦਾ ਕਿ ਮੇਰੇ ਵਰਗਾ ਕੋਈ ਗਾ ਨਹੀਂ ਸਕਦਾ, ਮੇਰੇ ਵਰਗਾ ਕੋਈ ਬਜਾ ਨਹੀਂ ਸਕਦਾ, ਔਰ ਜਿੰਨਾ ਮੇਰੇ ਤੇ ਰੂਹ ਉਤਰਦਾ ਕਿਸੇ ਤੇ ਉਤਰਦਾ ਨਹੀਂ। ਕਿਸੇ ਦਿਨ ਬੈਠੋ, ਤੁਹਾਨੂੰ ਆਤਮਕ ਬੰਦੇ ਦੀਆਂ ਬਰੀਕੀ ਵਾਲੀਆਂ ਗੱਲਾਂ ਦੱਸੂਗਾ ਮੈਂ, ਜਿਹੜੇ ਢੋਂਗ ਕਰਦੇ। ਇਹ ਨਹੀਂ ਕਿ ਜਿਹੜਾ ਗੈਰ ਭਾਸ਼ਾ ਬੋਲਦਾ ਪਰਫੈਕਟ ਆ, ਇਹਦੀ ਕੋਈ ਗਰੰਟੀ ਨਹੀਂ ਹੈ। ਗਰੰਟੀ ਵਾਲੀਆਂ ਗੱਲਾਂ ਮੈਂ ਤੁਹਾਨੂੰ ਦੱਸੂਗਾ, ਜਿਹੜਾ ਆਪਣੇ ਵੱਲੋਂ ਬੋਲਦਾ, ਜਿਹਦੇ ਕੋਲ ਦੋ ਸ਼ਬਦ ਆ ਉਹਨਾਂ ਨੂੰ ਵੀ ਉਚਾਰਦਾ ਆ, ਇਹਦਾ ਮਤਲਬ ਪਤਾ ਕੀ, ਉਹਦੇ ਦੀ ਨਿਸ਼ਾਨੀ ਕੀ ਆ, ਉਹ ਥੱਕ ਜਾਏਗਾ ਬਹੁਤ ਜਲਦੀ। ਉਹ ਪ੍ਰਾਰਥਨਾ ਕਰਦੇ ਥੱਕ ਜਾਏਗਾ, ਉਹਨੂੰ ਸਾਹ ਚੜ ਜਾਏਗਾ, ਜਿਹੜਾ ਟਾਈਮ ਪਾਸ ਕਰਦਾ, ਜਿਹੜਾ ਦਿਖਾਵੇ ਦੇ ਲਈ ਗੈਰ ਭਾਸ਼ਾ ਬੋਲਦਾ, ਔਰ ਜਿਹਦੇ ਉੱਪਰ ਸਹੀ ਰੂਹ ਉਤਰਦਾ ਆ, ਉਹਨੂੰ ਭਾਵੇਂ ਘੰਟਾ ਹੋ ਜਾਵੇ, ਭਾਵੇਂ ਡੇਢ ਘੰਟਾ ਹੋ ਜਾਵੇ, ਉਹ ਥੱਕਣ ਵਾਲਾ ਨਹੀਂ। ਬੋਲੋ ਹਾਲੇਲੂਇਆ। ਕਹਿੰਦਾ ਨਵੇਂ ਸਿਰੇ ਤੋਂ ਬਲ ਪਾਉਣਗੇ, ਬੋਲੋ ਹਾਲੇਲੂਇਆ। ਉਹ ਫਿਰ ਥੱਕਦੇ ਨਹੀਂ ਆ, ਥੱਕਣ ਵਾਲਾ ਬੰਦਾ ਤਰਪਿਆ, ਉਹ ਢੋਂਗੀ ਆ। ਤੁਸੀਂ ਮੰਗਦੇ ਆ ਖੁਦਾ ਮੈਨੂੰ ਆਹ ਵੀ ਦੇ ਦੇ, ਪ੍ਰਭੂ ਮੈਨੂੰ ਉਹ ਵੀ ਦੇ ਦੇ, ਕੀ ਫਾਇਦਾ, ਸਭ ਖੋ ਲੈਣਾ ਆ ਸ਼ੈਤਾਨ ਨੇ। ਸਭ ਤੋਂ ਪਹਿਲਾਂ ਕੀ ਮੰਗਣ ਦੀ ਜ਼ਰੂਰਤ ਹੈ ਕਿ ਪਰਮੇਸ਼ਵਰ ਮੈਨੂੰ ਇੰਨੀ ਸਮਝ ਦੇ ਕਿ ਮੈਂ ਸ਼ੈਤਾਨ ਦੀਆਂ ਚਾਲਾਂ ਨੂੰ ਸਮਝ ਸਕਾਂ, ਮੈਂ ਸ਼ੈਤਾਨ ਦੀਆਂ ਚਾਲਾਂ ਨੂੰ ਸਮਝ ਸਕਾਂ, ਕਿੱਥੇ ਖੱਡਾ ਕੱਟਦਾ ਮੇਰੇ ਲਈ, ਮੈਂ ਰਸਤਾ ਬਦਲ ਸਕਾਂ, ਮੈਂ ਆਪਣੇ ਆਪ ਨੂੰ ਡਿੱਗਣ ਤੋਂ ਬਚਾ ਸਕਾਂ। ਔਰ ਅਸੀਂ ਮੰਗਦੇ ਹਾਂ ਪ੍ਰਭੂ ਪਵਿੱਤਰ ਆਤਮਾ ਦਾ ਵਰਦਾਨ ਮਿਲ ਜਾਵੇ, ਆਹ ਅਭਿਸ਼ੇਕ ਮਿਲ ਜਾਵੇ, ਆਹ ਸਮਰਥ ਮਿਲ ਜਾਵੇ, ਔਰ ਜੋ ਮੰਗਣਾ ਚਾਹੀਦਾ ਉਹ ਮੰਗਦੇ ਨਹੀਂ। ਜਿਸ ਦਿਨ ਸ਼ੈਤਾਨ ਦੀਆਂ ਚਾਲਾਂ ਨੂੰ ਸਮਝਣਾ ਸਿੱਖ ਗਏ ਨਾ, ਮਜ਼ਾ ਲਾ ਕੇ ਤੁਹਾਨੂੰ ਗਿਰਾ ਦੇਵੇ ਸਾਰੀ ਕਲੀਸੀਆ, ਬੋਲੇ ਹਾਲੇਲੂਇਆ। ਕਹਿੰਦਾ ਪਰਮੇਸ਼ਵਰ ਦਾ ਡਰ ਜਿਹੜਾ ਨਾ, ਉਹ ਬੁੱਧ ਖੁੱਲਣ ਦਾ ਆਰੰਭ ਆ, ਸ਼ੁਰੂਆਤ ਆ, ਸਮਝ ਖੁੱਲ ਜਾਂਦੀ ਆ, ਫਿਰ ਪਤਾ ਲੱਗ ਜਾਂਦਾ ਮੈਂ ਕੀ ਕਰਨਾ ਆ ਧਰਤੀ ਤੇ, ਔਰ ਮੈਂ ਕੀ ਕਰਨਾ। ਕਹਿੰਦਾ ਜਦੋਂ ਐਡੇ ਵੱਡੇ ਗਵਾਹਾਂ ਦੇ ਬੱਦਲ ਨੇ ਸਾਨੂੰ ਘੇਰ ਲਿਆ ਆ, ਤੇ ਆਓ ਕਹਿੰਦਾ ਹੁਣ ਅਸੀਂ ਕੀ ਕਰੀਏ, ਕੀ ਕਰਨਾ ਆ ਹੁਣ। ਹਾਂਜੀ ਪੜ੍ਹੀਏ। ਪਰੇ ਸੁੱਟ ਕੇ ਉਸ ਧੋੜ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ, ਕਹਿੰਦਾ ਤਾਂ ਆਓ ਅਸੀਂ ਵੀ ਹਰੇਕ ਭਾਰ ਨੂੰ, ਜਿਹੜਾ ਬੋਝ ਅਸੀਂ ਆਪਣੇ ਸਿਰ ਦੇ ਉੱਤੇ ਰੱਖਿਆ ਹੋਇਆ, ਜਿਹੜਾ ਦੁੱਖਾਂ ਦਾ ਪਹਾੜ ਆਪਣੇ ਉੱਪਰ ਰੱਖਿਆ, ਜਿਹੜਾ ਪਰੇਸ਼ਾਨੀਆਂ ਦਾ ਬੋਝ ਆਪਣੇ ਉੱਪਰ ਰੱਖਿਆ, ਪਰੇਸ਼ਾਨੀ ਨੂੰ ਲੈ ਕੇ ਤੁਸੀਂ ਖੁਦਾ ਨੂੰ ਖੁਸ਼ ਨਹੀਂ ਕਰ ਸਕਦੇ, ਯਾਦ ਰੱਖਣਾ। ਬਾਈਬਲ ਕਹਿੰਦਾ ਕੋਈ ਵੀ ਬੰਦਾ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਇੱਕ ਪਲ ਵੀ ਵੱਧ ਨਹੀਂ ਕਰਦਾ, ਕੋਈ ਵੀ ਪ੍ਰਾਣੀ ਚਿੰਤਾ ਕਰਕੇ ਆਪਣੀ ਉਮਰ ਦੇ ਵਿੱਚ ਵਾਧਾ ਨਹੀਂ ਕਰ ਸਕਦਾ। ਕਹਿੰਦਾ ਚਿੜੀਆਂ ਵੱਲ ਦੇਖੋ, ਕਾਵਾਂ ਵੱਲ ਦੇਖੋ, ਮੈਂ ਤੁਹਾਡਾ ਪਰਮੇਸ਼ਰ ਉਹਨਾਂ ਦੀ ਠੀਕ ਕੇਅਰ ਕਰਦਾ, ਤੇ ਤੁਸੀਂ ਕਹਿੰਦਾ ਉਹ ਤੋਂ ਉੱਤਮ,
ਤੁਸੀਂ ਕਹਿੰਦਾ ਉਹਨਾਂ ਤੋਂ ਪੁੱਤ ਮੈਂ ਤਾਂ ਮੈਂ ਤੁਹਾਡੀ ਕੇਅਰ ਨਹੀਂ ਕਰਾਂਗਾ, ਤੁਹਾਨੂੰ ਦਵਾਂਗਾ ਨਹੀਂ, ਤੁਹਾਡੀਆਂ ਜ਼ਰੂਰਤਾਂ ਨਹੀਂ ਪੂਰਾ ਕਰਾਂਗਾ। ਬਾਈਬਲ ਕਹਿੰਦਾ ਉਹ ਸਾਡੇ ਮੰਗਣ ਤੋਂ ਪਹਿਲਾਂ ਜਾਣਦਾ ਕਿ ਸਾਨੂੰ ਕਿੰਨਾ ਵਚਨ ਸਮਝਣ ਦੀ ਜ਼ਰੂਰਤ ਹੈ। ਵਚਨ ਨੂੰ ਸਿਰਫ ਕਿਤਾਬ ਦੀ ਤਰ੍ਹਾਂ ਨਾ ਪੜੋ, ਇਹਦੀ ਗਹਿਰਾਈ ਤੇ ਜਾਣ ਦੀ ਕੋਸ਼ਿਸ਼ ਕਰੋ। ਇੱਕ ਤਾਂ ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਇੱਕ ਤਾਂ ਕਹਿੰਦਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿੰਨਾ ਵਚਨਾਂ ਦੀ ਜ਼ਰੂਰਤ ਹੈ। ਕੀ ਸਮਝੋਗੇ? ਕਹਿੰਦਾ ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ। ਫਿਰ ਕਹਿੰਦਾ ਆ ਤੁਹਾਡੇ ਬਿਨਾਂ ਮੰਗਣ ਤੋਂ ਮੈਂ ਜਾਣਦਾ ਹਾਂ ਤੁਹਾਨੂੰ ਕੀ ਚਾਹੀਦਾ, ਮੈਂ ਮੁਹੱਈਆ ਕਰਾਉਂਦਾ। ਸਮਝਣ ਦੀ ਜ਼ਰੂਰਤ ਹੈ। ਤੁਸੀਂ ਖੁਦਾਵੰਦ ਦੀ ਰਜ਼ਾ ਦੇ ਵਿੱਚ ਚੱਲੋ, ਜੋ ਕਹਿੰਦਾ ਉਦਾਂ ਚੱਲੋ। ਸਪਿਰਚੁਅਲਿਟੀ ਦੇ ਵਿੱਚ ਬਿਲਕੁਲ ਨੰਬਰ 1 ਤੇ ਰਹੋ, ਖੁਦਾ ਨੂੰ ਆਪਣੀ ਜ਼ਿੰਦਗੀ 'ਚ ਪਹਿਲਾ ਸਥਾਨ ਦਿਵੋ। ਔਰ ਜਿਹੜਾ ਪਰਸਨ ਇੱਦਾਂ ਕਰਦਾ ਆ ਉਹਦੇ ਮੰਗਣ ਤੋਂ ਪਹਿਲਾਂ ਜਾਣਦਾ ਉਹਨੂੰ ਕੀ ਚਾਹੀਦਾ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਆ? ਜਿਹੜੇ ਇੱਕ ਇੱਕ ਕਦਮ ਖੁਦਾ ਦੇ ਡਰ ਦੇ ਨਾਲ ਰੱਖਦੇ ਆ ਔਰ ਇੱਕ ਇੱਕ ਕਦਮ ਖੁਦਾ ਦੇ ਪਿਆਰ ਦੇ ਵਿੱਚ ਰੱਖਦੇ ਆ, ਉਹਨਾਂ ਦੇ ਮੰਗਣ ਤੋਂ ਪਹਿਲਾਂ ਉਹਨਾਂ ਦੀਆਂ ਜ਼ਰੂਰਤਾਂ ਉਹਨਾਂ ਦੇ ਸਾਹਮਣੇ ਪੂਰੀਆਂ ਹੁੰਦੀਆਂ। ਸਾਰੀ ਕਲੀਸਿਯਾ ਬੋਲੋ ਹਾਲੇਲੂਇਆ। ਮੰਗਣਾ ਕਿਹਨਾਂ ਨੂੰ ਪੈਂਦਾ ਆ? ਜਿਹੜੇ ਚੱਲ ਨਹੀਂ ਪਾਉਂਦੇ ਖੁਦਾ 'ਚ ਸਹੀ ਰੀਤੀ ਦੇ ਨਾਲ, ਆਤਮਾ ਦੇ ਵਿੱਚ ਸਥਿਰਤਾ ਦੇ ਵਿੱਚ ਨਹੀਂ ਆ ਪਾਉਂਦੇ ਆ, ਆਤਮਾ 'ਚ ਸਰਗਰਮ ਨਹੀਂ ਹੁੰਦੇ ਆ। ਕਦੀ ਠੰਡੇ ਹੋ ਗਏ, ਕਦੀ ਗਰਮ ਹੋ ਗਏ, ਕਦੀ ਠੰਡੇ ਹੋ ਗਏ, ਕਦੀ ਗਰਮ ਹੋ ਗਏ। ਬਾਈਬਲ ਕਹਿੰਦਾ ਸਰਗਰਮ ਰਹੋ, ਫਿਰ ਤੁਹਾਡੇ ਮੰਗਣ ਤੋਂ ਪਹਿਲਾਂ ਕੰਪਲੀਟ ਕਰ ਦੇਗਾ। ਸਾਰੀ ਕਲੀਸਿਯਾ ਬੋਲੇ ਹਾਲੇਲੂਇਆ। ਮੰਗਣਾ ਬਾਰ ਬਾਰ ਉਹਨਾਂ ਨੂੰ ਪੈਂਦਾ ਆ ਜਿਹੜੇ ਸਹੀ ਰੀਤੀ ਦੇ ਨਾਲ ਖੁਦਾ 'ਚ ਚੱਲ ਨਹੀਂ ਪਾਉਂਦੇ, ਬਣ ਨਹੀਂ ਪਾਉਂਦੇ, ਖੜੇ ਨਹੀਂ ਹੋ ਪਾਉਂਦੇ। ਉਹਨਾਂ ਨੂੰ ਬਾਰ ਬਾਰ ਮੰਗਣ ਦੀ ਜ਼ਰੂਰਤ ਹੈ। ਔਰ ਜਿਹੜੇ ਸਪਿਰਚੁਅਲਿਟੀ ਦੇ ਵਿੱਚ ਨੰਬਰ 1 ਤੇ ਆ ਜਾਂਦੇ ਉਹਨਾਂ ਨੂੰ ਮੰਗਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਸਿਰਫ ਥੈਂਕਸ ਕਰਨ ਦੀ ਜ਼ਰੂਰਤ ਹੈ। ਬੋਲੋ ਹਾਲੇਲੂਇਆ। ਪ੍ਰਭੂ ਆ ਵੀ ਦੇਤਾ ਤੇਰਾ ਧੰਨਵਾਦ, ਪ੍ਰਭੂ ਉਹ ਵੀ ਦੇਤਾ ਤੇਰਾ ਧੰਨਵਾਦ, ਖੁਦਾ ਆ ਵੀ ਦੇਤਾ ਤੇਰਾ ਧੰਨਵਾਦ। ਹਾਂ, ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਬੋਲੋ ਹਾਲੇਲੂਇਆ। ਬੋਝ ਲੈ ਕੇ ਤੁਸੀਂ ਖੁਦਾ ਨੂੰ ਖੁਸ਼ ਨਹੀਂ ਕਰ ਸਕਦੇ, ਬੋਝ ਨੂੰ ਹਟਾ ਦਿਓ। ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਪਵਿੱਤਰ ਸ਼ਬਦ ਆ, ਕਹਿੰਦਾ ਤੁਸੀਂ ਆਪਣਾ ਬੋਝ ਮੈਨੂੰ ਦੇ ਦਿਓ ਤੇ ਕਹਿੰਦਾ ਮੇਰਾ ਬੋਝ ਤੁਸੀਂ ਲੈ ਲਓ। ਕਹਿੰਦਾ ਮੇਰਾ ਝੂਲਾ ਜਿਹੜਾ ਹੌਲਾ ਆ, ਤੁਹਾਡੇ ਬੋਝ ਨਾਲੋਂ ਮੇਰਾ ਬੋਝ ਕੁਝ ਵੀ ਨਹੀਂ ਆ। ਕਹਿੰਦਾ ਫੀਲ ਹੀ ਨਹੀਂ ਹੋਣਾ। ਉਹਦਾ ਬੋਝ ਕੀ ਆ? ਪ੍ਰਾਰਥਨਾ ਕਰਨਾ। ਉਹਦਾ ਬੋਝ ਕੀ ਆ? ਬਾਈਬਲ ਪੜ੍ਹਨਾ। ਉਹਦਾ ਬੋਝ ਕੀ ਆ? ਬਾਈਬਲ ਅਨੁਸਾਰ ਚੱਲਣਾ। ਉਹਦਾ ਬੋਝ ਕੀ ਆ? ਵਚਨ ਨੂੰ ਸਾਂਝਾ ਕਰਨਾ ਲੋਕਾਂ ਦੇ ਨਾਲ, ਆਪਣੀ ਗਵਾਹੀ ਨੂੰ ਸਾਂਝਾ ਕਰਨਾ ਲੋਕਾਂ ਦੇ ਨਾਲ, ਇਹ ਉਹਦਾ ਬੋਝ ਆ। ਤੇ ਤੁਹਾਡਾ ਬੋਝ ਕੀ ਆ? ਕਾਰ ਹੈ ਨੀ, ਗੱਡੀ ਹੈ ਨੀ, ਰਾਸ਼ਨ ਹੈ ਨੀ, ਭਾਂਡੇ ਟੀਕਰੇ ਹੈ ਨੀ, ਜਾਂ ਇਹ ਉਹ। ਹਾਂ, ਉਹ ਕਹਿੰਦਾ ਮੈਨੂੰ ਦੇ ਦਿਓ ਆਪਣਾ ਬੋਝ, ਮੈਨੂੰ ਦੇ ਦਿਓ। ਕਰਜ਼ਾ ਆ, ਲੋਨ ਨਹੀਂ ਪਾਸ ਹੋ ਰਿਹਾ, ਲੋਨ ਵਾਲੇ ਤੰਗ ਕਰਦੇ, ਕਿਸ਼ਤਾਂ ਵਾਲੇ ਤੰਗ ਕਰਦੇ, ਇਹ ਬੋਝ ਕਹਿੰਦਾ ਤੁਸੀਂ ਮੈਨੂੰ ਦੇ ਦਿਓ, ਮੈਂ ਆਪਣੇ ਆਪ ਤੁਹਾਨੂੰ ਫਰੀ ਕਰ ਦਾਂਗਾ, ਆਪਣੇ ਆਪ ਮੈਂ ਇੰਤਜ਼ਾਮ ਦਵਾਂਗਾ, ਆਪਣੇ ਆਪ ਡਿਵਾਈਨ ਹੈਲਪਰ ਭੇਜਾਂਗਾ, ਤੁਹਾਨੂੰ ਫਰੀ ਕਰ ਦਵਾਂਗਾ। ਤੇ ਕਹਿੰਦਾ ਆਓ ਹੁਣ, ਕਹਿੰਦਾ ਜਦ ਏਡੇ ਵੱਡੇ ਬੱਦਲ ਦੇ ਸਾਨੂੰ ਘੇਰ ਲੈ ਆਇਆ ਤੇ ਕਹਿੰਦਾ ਹੁਣ ਆਓ, ਅਸੀਂ ਆਪਣਾ ਸਾਰਾ ਭਾਰ ਤੇ ਪਾਪ ਉਹਨੂੰ ਪਰੇ ਸੁੱਟ ਦੇਈਏ ਹੁਣ। ਹਾਂਜੀ, ਪਰੇ ਸੁੱਟ ਕੇ ਹੁਣ ਉਸ ਦੌੜ ਦੇ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ, ਜੋ ਸਾਡੇ ਸਾਹਮਣੇ ਪਈ ਹੋਈ ਆ, ਸਬਰ ਨਾਲ ਦੌੜੀਏ। ਕਿੱਦਾਂ ਦੌੜੀਏ? ਕਿੱਦਾਂ ਦੌੜੀਏ? ਮੈਨੂੰ ਹੁਣੀ ਮਿਲ ਜਾਵੇ, ਹਾਂ ਅੱਜ ਹੀ ਦੇ, ਹੁਣੀ ਦੇ, ਉਹਨੂੰ ਮਿਲਿਆ ਮੈਨੂੰ ਦੇ। ਸਬਰ ਦੇ ਨਾਲ, ਕਹਿੰਦਾ ਸਬਰ ਦੇ ਨਾਲ ਮੈਂ ਆਸ ਰੱਖ ਕੇ ਯਹੋਵਾ ਨੂੰ ਉਡੀਕਦਾ। ਸਬਰ ਦੇ ਨਾਲ ਉਹਨੂੰ, ਜਿਹੜੇ ਸਬਰ ਦੇ ਨਾਲ ਉਡੀਕਦੇ ਉਹਨੂੰ ਮਿਸਰ ਤੋਂ ਬਲ ਪਾਉਂਦੇ ਆ, ਅਭਿਸ਼ੇਕ ਪਾਉਂਦੇ ਆ, ਸਾਮਰਥ ਨੂੰ ਪਾਉਂਦੇ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਪੜ੍ਹੀਏ ਜਰਾ ਅੱਗੇ ਮੇਰੇ ਨਾਲ, ਇਹਨਾਂ ਸਮਝ ਲੱਗ ਗਿਆ? ਪਾਪ ਜਿਹੜਾ ਤੁਹਾਨੂੰ ਸਹਿਜ ਦੇ ਨਾਲ ਫਸਾ ਲੈਂਦਾ, ਬਾਈਬਲ ਕਹਿੰਦਾ ਉਹਨੂੰ ਪਰੇ ਸੁੱਟ ਦਿਓ। ਅੱਜ ਵੇਲਾ ਆ ਪਰੇ ਸੁੱਟਣ ਦਾ, ਅੱਜ ਵੇਲਾ ਆਪਣੀ ਜ਼ਿੰਦਗੀ ਤੋਂ ਦੂਰ ਕਰਨ ਦਾ, ਅੱਜ ਵੇਲਾ ਆਪਣੇ ਆਪ ਨੂੰ ਖੁਦਾ ਦੇ ਨਜ਼ਦੀਕ ਲੈ ਕੇ ਆਉਣ ਦਾ। ਬੋਲੋ ਹਾਲੇਲੂਇਆ, ਹਾਲੇਲੂਇਆ। ਚੰਗਾ ਭਲਾ ਦੌੜ ਦੇ ਵਿੱਚ ਦੌੜਦੇ ਪਏ ਸੀ, ਕਹਿੰਦੇ ਕਹਿੰਦੇ ਡੱਕ ਪਿਆ, ਆਹੀ ਪਾਪ ਨੇ, ਆਹੀ ਸੰਸਾਰਕ ਪਿਆਰ ਨੇ, ਆਹੀ ਸੰਸਾਰਕ ਔਰ ਸਰੀਰਕ ਅਭਿਲਾਸ਼ਾਵਾਂ ਨੇ, ਸਾਨੂੰ ਗਲਵਕੜੀ ਲੈ ਲਈ, ਸਾਨੂੰ ਗਲਵਕੜੀ 'ਚ ਪਾ ਲਿਆ। ਔਰ ਕਹਿੰਦਾ ਹੁਣ ਤੁਸੀਂ ਕੀ ਕਰਨਾ? ਕਹਿੰਦਾ ਉਸ ਭਾਰ ਨੂੰ ਔਰ ਇਸ ਪਾਪ ਨੂੰ ਆਪਣੇ ਤੋਂ ਦੂਰ ਕਰ ਦੇਣਾ, ਡਿਲੀਟ ਕਰ ਦੇਣਾ ਆਪਣੀ ਜ਼ਿੰਦਗੀ ਤੋਂ। ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਤੇ ਕਹਿੰਦਾ ਫਿਰ ਦੌੜਨਾ, ਜਿਹੜੀ ਦੌੜ ਤੁਹਾਡੇ ਮੇਰੇ ਸਾਹਮਣੇ ਪਈ ਆ, ਕਹਿੰਦਾ ਫਿਰ ਦੌੜਨਾ ਆ ਤੁਸੀਂ। ਔਰ ਕਹਿੰਦਾ ਮੈਂ ਮਦਦ ਕਰਾਂਗਾ ਤੁਹਾਡੀ, ਸਹਾਇਤਾ ਕਰਾਂਗਾ ਤੁਹਾਡੀ, ਤੁਹਾਨੂੰ ਡਿੱਗਣ ਨਹੀਂ ਦੇਗਾ, ਤੁਹਾਨੂੰ ਕਮਜ਼ੋਰ ਨਹੀਂ ਪੈਣ ਦਊਗਾ, ਤੁਹਾਨੂੰ ਨਿਰਾਸ਼ ਨਹੀਂ ਹੋਣ ਦਊਗਾ, ਤੁਹਾਨੂੰ ਉਦਾਸ ਨਹੀਂ ਹੋਣ ਦੇਗਾ। ਜਿਹੜੇ ਪਾਪ ਨੂੰ ਪਰੇ ਸੁੱਟ ਕੇ ਉਸ ਦੌੜ ਦੇ ਵਿੱਚ ਦੌੜਦੇ ਜੋ ਤੁਹਾਡੇ ਮੇਰੇ ਸਾਹਮਣੇ ਪਈ ਗਈ,
बोलो हालेलुया हालेलुया। ਹੁਣ ਆਪਣੀ ਜ਼ਿੰਦਗੀ ਦੇ ਵੱਲ ਧਿਆਨ ਦੇਣ ਦੀ ਜ਼ਰੂਰਤ ਆ ਕਿ ਕਿਹੜਾ ਉਹ ਸ਼ੈਤਾਨ ਦਾ ਅੰਗ ਸੀਗਾ ਜਿਹਨੇ ਸਹਿਜ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਹਿਲਚੁਲ ਕਰ ਦਿੱਤੀ, ਜਿਹੜਾ ਪਾਪ ਬੜੇ ਪਿਆਰ ਦੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਔਰ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਔਰ ਅੱਜ ਪਤਾ ਲੱਗਦਾ ਪਿਆ। ਕਹਿੰਦਾ ਉਹਨੂੰ ਹੁਣ ਸੁੱਟ ਦੇਣਾ, ਆਪਣੇ ਤੋਂ ਦੂਰ ਕਰ ਦੇਣਾ ਆ ਕਹਿੰਦਾ, ਤੇ ਉਹ ਦੌੜ ਜਿਹੜੀ ਤੁਹਾਡੇ ਸਾਹਮਣੇ ਪਈ ਹੋਈ ਆ ਉਹਦੇ ਵਿੱਚ ਅੱਛੀ ਰੀਤੀ ਦੇ ਨਾਲ ਦੌੜਨਾ। ਕਿੰਨੇ ਸਮਝ ਪਾਏ? ਸਮਝ ਆ ਰਹੀ ਹੈ? ਹਾਂਜੀ, ਕੰਟੀਨਿਊ ਕਰੀਏ। ਅਗਲਾ ਵਰਸ ਮੈਂ ਤੁਹਾਨੂੰ ਪੜਾਉਣਾ ਚਾਹੁੰਦਾ, ਹੁਣ ਕੁਝ ਮੈਂ ਤੁਹਾਡੇ ਸਾਹਮਣੇ ਰੈਫਰੈਂਸ ਰੱਖਣੇ। ਪਾਪ ਕਿੱਦਾਂ ਫਸਾਉਂਦਾ, ਨਿਆਂਇਆਂ ਦੀ ਪੁਸਤਕ, ਨਿਆਂਇਆਂ ਦੀ ਪੁਸਤਕ ਖੋਲੀਏ ਮੇਰੇ ਨਾਲ। ਜਿਹੜੇ ਕਦੀ ਕਦੀ ਬਾਈਬਲ ਪੜ੍ਹਦੇ ਉਹਨਾਂ ਦੇ ਨਵੇਂ ਨਿਯਮ ਚ ਹੋਣਾ ਹੈ। ਨਿਆਂਇਆਂ ਦਾ ਪੁਸਤਕ ਨਿਆਂਇਆਂ ਦਾ ਪੁਸਤਕ ਉਹਦਾ 16 ਨੰਬਰ ਅਧਿਆਇ, ਇਹ ਉਸ ਟਾਈਮ ਦੀ ਗੱਲ ਹੈ ਜਦੋਂ ਫਿਲਿਸਤੀ ਲੋਕ ਖੁਦਾ ਦੇ ਲੋਕਾਂ ਦੀ ਵਰਖਲਾਫਤ ਦੇ ਵਿੱਚ ਸੀਗੇ, ਉਹਨਾਂ ਦਾ ਖਾਤਮਾ ਕਰਨ ਦੇ ਵਿੱਚ ਸੀਗੇ, ਉਹਨਾਂ ਨੂੰ ਖਤਮ ਕਰਨ ਦੇ ਵਿੱਚ ਸੀਗੇ, ਤੇ ਖੁਦਾ ਨੇ ਕਿਸੇ ਨਾ ਕਿਸੇ ਨੂੰ ਇਸਤੇਮਾਲ ਕੀਤਾ। ਖੁਦਾ ਨੇ ਕਿਸੇ ਨਾ ਕਿਸੇ ਨੂੰ ਇਸਤੇਮਾਲ ਕੀਤਾ ਆਪਣੀ ਕੌਮ ਨੂੰ ਬਚਾਉਣ ਦੇ ਲਈ, ਆਪਣੇ ਲੋਕਾਂ ਨੂੰ ਬਚਾਉਣ ਦੇ ਲਈ, ਆਪਣੇ ਲੋਕਾਂ ਦੇ ਵਿਸ਼ਵਾਸ ਦੇ ਵਿੱਚ ਵਾਧਾ ਕਰਨ ਦੇ ਲਈ ਔਰ ਆਪਣੇ ਆਪ ਨੂੰ ਪ੍ਰਗਟ ਕਰਨ ਦੇ ਲਈ ਉਹਨੇ ਕਿਸੇ ਨਾ ਕਿਸੇ ਨੂੰ ਇਸਤੇਮਾਲ ਕੀਤਾ। ਬੋਲੋ ਹਾਲੇਲੂਇਆ। ਇਹ ਉਸ ਟਾਈਮ ਦੀ ਗੱਲ ਹੈ। ਅਸੀਂ ਬਹੁਤ ਜ਼ਿਆਦਾ ਸਪਿਰਚੁਅਲ ਹੋ ਜਾਈਏ ਲੇਕਿਨ ਅਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਸਮਝਣ ਦਾ ਬਲ ਨਾ ਪਾਈਏ, ਤੁਹਾਡਾ ਉਹ ਸਪਿਰਚੁਅਲ ਹੋਣਾ ਕਿਸੇ ਕੰਮ ਦਾ ਨਹੀਂ ਆ। ਤੁਸੀਂ 2 ਮਹੀਨੇ ਬਾਅਦ ਵੀ ਡਿੱਗੇ ਤੇ ਸਾਲ ਬਾਅਦ ਵੀ ਡਿੱਗੇ। ਜਦ ਤੱਕ ਤੁਸੀਂ ਸ਼ੈਤਾਨ ਦੀਆਂ ਚਾਲਾਂ ਨੂੰ ਸਮਝਣਾ ਨਹੀਂ ਸਿੱਖਦੇ, ਮੀਆਂ ਬੀਬੀ ਦੇ ਵਿੱਚ ਲੜਾਈ ਕਿੱਦਾਂ ਹੋ ਜਾਂਦੀ ਆ, ਕਿਉਂਕਿ ਜਦ ਤੱਕ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਨਹੀਂ ਕਰਦੇ, ਜਦ ਤੱਕ ਵਾਈਫ ਸਮਝਦੀ ਨਹੀਂ ਆ ਕਿ ਮੇਰੇ ਹਸਬੈਂਡ ਨੂੰ ਕਿਹੜੀ ਗੱਲ ਨਹੀਂ ਪਸੰਦ ਉਹ ਮੈਂ ਨਾ ਕਰਾਂ, ਕਿਉਂਕਿ ਜੇ ਵਾਈਫ ਨੇ ਉਹੀ ਗੱਲ ਕਰਨੀ ਹੈ ਤੇ ਲੜਾਈ ਹੋਣੀ ਹੋਣੀ। ਇਸੇ ਰੀਤੀ ਦੇ ਨਾਲ ਜਦ ਤੱਕ ਸ਼ੈਤਾਨ ਦੀਆਂ ਚਾਲਾਂ ਨੂੰ ਸਮਝਣਾ ਨਹੀਂ ਨਾ ਸਿੱਖੋਗੇ, ਉਹ ਚਾਲ ਕਿੱਥੇ ਜਾਂਦਾ ਆ, ਇਸ ਗੱਲ ਦੇ ਉੱਪਰ ਗੌਰ ਨਹੀਂ ਕਰੋਗੇ, ਤੁਹਾਡਾ ਸਪਿਰਚੁਅਲਿਟੀ ਦੇ ਵਿੱਚ ਵਧਣਾ ਕਿਸੇ ਕੰਮ ਦਾ ਨਹੀਂ ਹੈ। ਤੁਹਾਨੂੰ ਕਦੀ ਵੀ ਗਿਰਾ ਸਕਦਾ ਹੋ ਕਿਉਂਕਿ ਉਹਨੇ ਚਾਲ ਚੱਲਣੀ ਚੱਲਣੀ ਆ, ਉਹਨੇ ਓਪਰਚੁਨਿਟੀ ਤੁਹਾਡੇ ਸਾਹਮਣੇ ਲੈ ਕੇ ਆਉਣੀ ਹੈ ਜਦ ਤੱਕ ਤੁਹਾਡੇ ਅੰਦਰ ਸਾਹ ਇੱਕ ਲੈਵਲ ਆਉਂਦਾ, ਇੱਕ ਲੈਵਲ ਆਉਂਦਾ ਹੈ ਆਤਮਾ ਦੇ ਵਿੱਚ, ਸਪਿਰਚੁਅਲਿਟੀ ਦੇ ਵਿੱਚ ਇੱਕ ਲੈਵਲ ਆਉਂਦਾ, ਕੁਝ ਲੈਵਲ ਇੱਥੇ ਤੱਕ ਹੁੰਦਾ, ਕੋਈ ਇੱਥੇ ਤੱਕ ਹੁੰਦਾ, ਕੋਈ ਇੱਥੇ ਤੱਕ ਹੁੰਦਾ, ਆ ਨੀਚੇ ਵਾਲੇ ਜਿਹੜੇ ਲੈਵਲ ਆ ਇੱਥੇ ਤੱਕ ਸ਼ੈਤਾਨ ਕਦੋਂ ਵੀ ਤੁਹਾਨੂੰ ਛੂ ਸਕਦਾ, ਤੁਹਾਨੂੰ ਗੁੰਮਰਾਹ ਕਰ ਸਕਦਾ ਹੈ। ਪਰ ਜਿਹੜਾ ਹਾਈ ਲੈਵਲ ਆ ਨਾ ਇਹਦੇ ਤੇ ਪਰਮਿਸ਼ਨ ਲੈਣੀ ਪੈਂਦੀ ਆ, ਉਹਨੂੰ ਖੁਦਾ ਦੇ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਕਿ ਤੇਰੇ ਬੰਦੇ ਨੂੰ ਮੈਂ ਛੇੜ ਲਵਾਂ, ਉਹਦੇ ਵਿਸ਼ਵਾਸ ਨੂੰ ਪਰਖ ਲਵਾਂ, ਉਹਦੀ ਨਿਸ਼ਚਾ ਨੂੰ ਪਰਖ ਲਵਾਂ, ਇੱਕ ਲੈਵਲ ਹਾਈ ਲੈਵਲ ਜਿੱਦਾਂ ਕਿ ਅਯੂਬ ਦਾ ਸੀਗਾ, ਬਹੁਤ ਹਾਈ ਲੈਵਲ ਦਾ ਵਿਸ਼ਵਾਸ ਸੀਗਾ ਉਹਦਾ, ਬਹੁਤ ਹਾਈ ਲੈਵਲ ਦੀ ਨਿਸ਼ਚਾ ਸੀਗੀ ਔਰ ਖੁਦਾ ਦੇ ਨਾਲ ਪਿਆਰ ਸੀਗਾ। ਪੁੱਛਿਆ ਕਿ ਨਹੀਂ ਪੁੱਛਿਆ ਸ਼ੈਤਾਨ ਨੇ, ਤੇ ਸਿੱਧਾ ਹੀ ਉਹਨੂੰ ਬਣ ਲਿਆ, ਉਹਨੇ ਪਰਮਿਸ਼ਨ ਲਈ ਖੁਦਾ ਤੋਂ ਕਿ ਨਹੀਂ ਲਈ, ਉਸ ਲੈਵਲ ਤੇ ਜਦੋਂ ਪਹੁੰਚੋਗੇ ਤਾਂ ਫਿਰ ਤੁਸੀਂ ਮਤ ਤਰੱਕੀਆਂ। ਪਰ ਹਰ ਕੋਈ ਨਹੀਂ ਅਯੂਬ ਬਣ ਪਾਉਂਦਾ, ਹਾਂ ਕਿੰਨੇ ਦੁੱਖਾਂ ਚੋਂ ਲੰਘਿਆ, ਹਾਂ ਹੁਣ ਕਹੋ ਅਯੂਬ ਦੀ ਤਰ੍ਹਾਂ ਵਿਸ਼ਵਾਸ ਤਾਂ ਚਾਹੀਦਾ, ਫਿਰ ਦੁੱਖਾਂ ਚੋਂ ਵੀ ਲੰਘਣਾ ਪੈਂਦਾ ਨਾ, ਜਨਾਨੀ ਦੀ ਨਹੀਂ ਸੁਣਦਾ ਫਿਰ, ਕਹਿੰਦਾ ਤੂੰ ਏਦਾਂ ਗੱਲਾਂ ਕਰਦੀਆਂ ਜਿੱਦਾਂ ਝੱਲੀਆਂ ਜਨਾਨੀਆਂ ਗੱਲਾਂ ਕਰਦੀਆਂ, ਕਹਿੰਦਾ ਚੰਗਾ ਚੰਗਾ ਪਰਮੇਸ਼ੁਰ ਨੇ ਦੇ ਦਿੱਤਾ ਤੇ ਉਹਨੂੰ ਮੁਬਾਰਕ ਕਹੀਏ, ਜਦ ਮਾੜਾ ਦੇਦਾ ਤੇ ਉਹਨੂੰ ਫਟਕਾਰੀਏ, ਕਦੀ ਵੀ ਨਹੀਂ ਕਹਿੰਦਾ। ਬਾਈਬਲ ਕਹਿੰਦਾ ਏਦਾਂ ਬੋਲ ਕੇ ਅਯੂਬ ਨੇ ਆਪਣੇ ਮੂੰਹ ਤੋਂ ਪਾਪ ਨਹੀਂ ਕੀਤਾ। ਬੋਲੋ ਹਾਲੇਲੂਇਆ। ਇੱਥੇ ਗੱਲ ਹੋ ਰਹੀ ਆ ਜਿਹੜਾ ਪਾਪ ਸਹਿਜ ਦੇ ਨਾਲ ਸਾਨੂੰ ਫਸਾ ਲੈਂਦਾ, ਕਿੱਦਾਂ ਉਹ ਓਪਰਚੁਨਿਟੀ ਸਾਡੇ ਸਾਹਮਣੇ ਲੈ ਕੇ ਆਉਂਦਾ, ਕਿੱਦਾਂ ਸਾਨੂੰ ਫਸਾਉਂਦਾ ਪਤਾ। ਇੱਕ ਬੰਦਾ ਜਿਹਦਾ ਨਾਮ ਸਮਸੂਨ ਹੈ, ਜਦੋਂ ਜਨਮ ਹੋਇਆ ਖੁਦਾ ਨੇ ਉਹਦੀ ਮਾਂ ਦਰਸ਼ਨ ਦੇ ਦੁਆਰਾ ਆਵਾਜ਼ ਦੇ ਦੁਆਰਾ ਗੱਲਬਾਤ ਕਰਕੇ ਦੱਸਿਆ ਕਿ ਇਹ ਜਿਹੜਾ ਬੱਚਾ ਆ ਤੇਰੀ ਕੁੱਖ 'ਚ ਹੀ ਨਿਆਰਾ ਆ,
ਬਲੈਸ ਕੀਤਾ ਹੋਇਆ ਇਹਦੇ ਸਿਰ ਤੇ ਕਦੀ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ, ਇਹਦੇ ਸਿਰ ਤੇ ਕਦੀ ਉਸ ਤਰ੍ਹਾਂ ਨਾ ਲੱਗੇ। ਔਰ ਬਾਈਬਲ ਕਹਿੰਦਾ ਉਹਦੇ ਮਾਂ ਬਾਪ ਨੇ ਖੁਦਾ ਦੀ ਗੱਲ ਨੂੰ ਮੰਨਿਆ, ਉਹ ਜਿੱਦਾਂ ਸਿਆਣਾ ਹੋਇਆ ਜਵਾਨ ਹੋਇਆ ਉਹਦੇ ਸਿਰ ਤੇ ਵਾਲ ਕਦੀ ਨਹੀਂ ਕੱਟੇ ਗਏ, ਉਹਦੇ ਸਿਰ ਤੇ ਉਸ ਤਰ੍ਹਾਂ ਨਹੀਂ ਲੱਗਾ, ਵਾਲ ਵੱਡੇ ਹੋ ਗਏ ਕਟਾਂ ਹੋ ਗਈਆਂ। ਪਵਿੱਤਰ ਆਤਮਾ ਦਾ ਸਾਮਰਥ ਉਤਰਦਾ ਸੀਗਾ, ਉਹ ਬਾਲ ਕਰਕੇ ਉਤਰਦਾ ਸੀਗਾ, ਇੱਕ ਹੁਕਮ ਮਿਲਿਆ ਕਿ ਬਾਲ ਨਹੀਂ ਕਟਾਣਾ, ਉਸ ਤਰ੍ਹਾਂ ਨਹੀਂ ਲਵਾਉਣਾ ਸਿਰ ਦੇ ਉੱਪਰ, ਇਹ ਖੁਦਾ ਦੇ ਵੱਲੋਂ ਹੁਕਮ ਸੀਗਾ। ਜਦ ਤੱਕ ਬਾਲ ਉਹਦੇ ਸਿਰ ਦੇ ਉੱਪਰ ਸੀਗੇ, ਖੁਦਾ ਉਹਦੇ ਅੰਗ ਸੰਗ ਸੀਗਾ, ਉਹ ਕੱਲਾ ਬੰਦਾ ਹਜ਼ਾਰਾਂ ਨੂੰ ਮਾਰ ਦਿੰਦਾ ਸੀਗਾ, ਇੰਨਾ ਯੋਧਾ ਬਣਿਆ ਆਪਣੇ ਜ਼ੋਰ ਦੇ ਨਾਲ ਨਹੀਂ, ਖੁਦਾ ਦੇ ਅਭਿਸ਼ੇਕ ਦੇ ਨਾਲ, ਖੁਦਾ ਦੇ ਸਾਮਰਥ ਦੇ ਨਾਲ, ਖੁਦਾ ਦੀ ਸ਼ਕਤੀ ਦੇ ਨਾਲ ਗੋਡੇ ਟੇਕਦਾ ਸੀਗਾ ਤੇ ਕਹਿੰਦਾ ਸੀ ਲਾਰਡ ਗਿਵ ਮੀ ਸਟਰੈਂਥ, ਔਰ ਫਿਰ ਅਭਿਸ਼ੇਕ ਉਹਦੇ ਉੱਪਰ ਉਤਰਦਾ ਸੀਗਾ ਔਰ ਹਜ਼ਾਰਾਂ ਨੂੰ ਮਾਰ ਦਿੰਦਾ, ਕਦੇ ਦੀ ਖੋਪੜੀ ਦੀ ਹੱਡੀ ਲੈ ਕੇ ਹਾਂ ਹਜ਼ਾਰਾਂ ਹੀ ਹਜ਼ਾਰਾਂ ਨੂੰ ਮਾਰ ਦਿੰਦਾ ਸੀਗਾ। ਔਰ ਫਿਰ ਕੀ ਹੋਇਆ, ਸ਼ੈਤਾਨ ਨੇ ਦੇਖਿਆ ਵੀ ਇਹ ਬੰਦਾ ਫਸ ਨਹੀਂ ਰਿਹਾ, ਬੜੇ ਚਾਲ ਚੱਲੀਆਂ ਬੜੀਆਂ ਚਾਲ ਚੱਲੀਆਂ, ਫਿਰ ਇੱਕ ਔਰਤ ਨੂੰ ਉਹਨੇ ਇਸਤੇਮਾਲ ਕੀਤਾ, ਇੱਕ ਕੁੱਕ ਨੂੰ ਇਸਤੇਮਾਲ ਕੀਤਾ, ਹੇਠ ਪੰਜਾਬੀ ਚ ਮੈਂ ਦੱਸਦਾ, ਉਹ ਬੰਦਾ ਡਿੱਗਣ ਵਾਲਾ ਨਹੀਂ ਸੀਗਾ, ਜ਼ੋਰ ਉਹਦੇ ਅੰਦਰ ਬਹੁਤ ਸੀਗਾ, ਖੁਦਾ ਦੇ ਕੰਮ ਕਰਨ ਦਾ ਜਜ਼ਬਾ ਉਹਦੇ ਅੰਦਰ ਬਹੁਤ ਸੀਗਾ। ਇਹ ਦੋ ਵਾਕ ਤੁਹਾਡੇ ਮੇਰੇ ਅੱਗੇ, ਅਸੀਂ ਪੜ੍ਹੀਏ ਇਹਨੂੰ ਸਮਝੀਏ ਤੇ ਆਪਣੀ ਜ਼ਿੰਦਗੀ ਚ ਇੱਦਾਂ ਨਾ ਹੋਣ ਦੇਈਏ। ਫਲਿਸਤੀਆਂ ਨੂੰ ਉਹਦੀ ਸ਼ਕਤੀ ਦਾ ਰਾਜ ਨਹੀਂ ਪਤਾ ਸੀਗਾ ਕਿ ਕਿੱਥੋਂ ਤਾਕਤ ਆਉਂਦੀ ਹੈ ਇਹਦੇ ਅੰਦਰ, ਕੀ ਕਾਰਨ ਆ, ਕੀ ਖਾਂਦਾ ਆ, ਕਿੱਦਾਂ ਇਹ ਕਿੱਦਾਂ ਇਕੱਲੇ ਬੰਦਾ ਹਜ਼ਾਰਾਂ ਨੂੰ ਮਾਰ ਦਿੰਦਾ, ਇਹ ਕਹਿੰਦਾ ਲੜਦਾ ਔਰ ਜਿੱਤ ਪ੍ਰਾਪਤ ਕਰਦਾ, ਇਹ ਕਿੱਦਾਂ ਸਾਨੂੰ ਸ਼ਰਮਿੰਦ ਕਰਦਾ ਆ। ਫਲਿਸਤੀਆਂ ਨੂੰ ਉਹਦੇ ਵਿਰੋਧੀਆਂ ਨੂੰ ਪਤਾ ਨਹੀਂ ਆ, ਅੱਜ ਵਿਰੋਧੀ ਕੌਣ ਆ ਸਾਡਾ, ਗੁਆਂਢੀ, ਤੁਸੀਂ ਮੇਰੇ ਵਿਰੋਧੀ ਆ, ਤੁਸੀਂ ਆ, ਬਾਈਬਲ ਕਹਿੰਦਾ ਸ਼ੈਤਾਨ ਤੁਹਾਡਾ ਵਿਰੋਧੀ ਆ, ਤੁਹਾਡੀ ਲੜਾਈ ਲਹੂ ਦੇ ਮਾਸ ਦੇ ਨਾਲ ਨਹੀਂ ਆ, ਮਾਸ ਵੀ ਇੱਧਰ ਆ ਲਹੂ ਵੀ ਅੰਦਰ ਹੀ ਆ, ਇਹਨਾਂ ਦੇ ਨਾਲ ਲੜਾਈ ਨਹੀਂ ਆ, ਮੇਰੀ ਮੇਰੀ ਲੜਾਈ ਇਹਦੇ ਨਾਲ ਆ ਸ਼ੈਤਾਨ ਦੇ ਨਾਲ। ਕਿੰਨੇ ਸਮਝ ਮਾਰੇ, ਔਰ ਉਹ ਜਿਹੜੇ ਫਲਿਸਤੀ ਲੋਕ ਸੀਗੇ ਤੇ ਵਿਰੋਧੀ ਲੋਕ ਸੀਗੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿੱਦਾਂ ਗਿਰਾਇਆ ਜਾਵੇ, ਕਿੱਦਾਂ ਇਹਨੂੰ ਬੰਦੀ ਬਣਾਇਆ ਜਾਵੇ। ਉਹ ਸੰਗਲ ਤੱਕ ਤੋੜ ਦਿੰਦਾ ਸੀਗਾ, ਉਹ ਲੋਹੇ ਦੇ ਸੰਗਲ ਤੱਕ ਤੋੜ ਦਿੰਦਾ ਸੀਗਾ ਜਦੋਂ ਖੁਦਾ ਦਾ ਅਭਿਸ਼ੇਕ ਉਹਦੇ ਉੱਪਰ ਆਉਂਦਾ ਸੀਗਾ, ਖੁਦਾ ਵੱਲੋਂ ਜ਼ੋਰ ਉਹਦੇ ਉੱਪਰ ਆਉਂਦਾ ਸੀਗਾ। ਅੱਜ ਅਸੀਂ ਖੁਦ ਬੰਧਨਾਂ ਤੇ ਔਰ ਲੋਕਾਂ ਦੇ ਬੰਧਨ ਤੋੜਨ ਨੂੰ ਫਿਰਦੇ ਹਾਂ, ਹੈਂ ਦੁਆ ਸਾਡੀ ਹੈ ਨਹੀਂ ਆ, ਮੈਂ ਤੇਰੇ ਲਈ ਦੁਆ ਕਰੂੰਗਾ, ਹੈਂ ਕਿੰਨੇ ਸਮਝ ਪਾ ਰਹੇ ਮੇਰੀ ਗੱਲ, ਏਦਾਂ ਦੇ ਵੀ ਮਸੀਹ ਲੋਕ ਹੈਗੇ, ਖੁਦ ਦੀ ਦੁਆ ਨਹੀਂ ਆ, ਖੁਦ ਦਾ ਬਾਈਬਲ ਨਹੀਂ ਆ, ਖੁਦ ਦਾ ਖੁਦਾ ਨਾਲ ਰਿਸ਼ਤਾ ਸਟਰੋਂਗ ਨਹੀਂ ਆ, ਔਰ ਕਿਸੇ ਨੂੰ ਦੁਖੀ ਦੇਖਦਾ ਮੈਂ ਤੇਰੇ ਲਈ ਦੁਆ ਕਰੂੰਗਾ, ਆਪ ਇਹਨਾਂ ਖੁਦ ਬੰਧਨ ਤੋਂ ਛੁੱਟ ਫਿਰ ਕਿਸੇ ਨੂੰ ਛੁੱਟਾ। ਬਾਈਬਲ ਕਹਿੰਦਾ ਤੂੰ ਜਲਦੀ ਕਿਸੇ ਦੇ ਸਿਰ ਤੇ ਹੱਥ ਹੀ ਨਾ ਰੱਖ, ਕਹਿੰਦਾ ਮਦਦ ਉਹਦੇ ਪਾਪ ਦਾ ਭਾਗੀ ਹੋ ਜਾਵਾਂ। ਕਿੰਨੇ ਸਮਝ ਪਾ ਰਹੇ, ਮੈਂ ਜਦੋਂ ਆਰਾਧਨਾ ਕਰ ਰਹੀ ਸੀ ਨਾ, ਆਰਾਧਨਾ ਕਰ ਰਹੀ ਸੀ, ਮੇਰੀ ਮੇਰੀ ਗੱਲਬਾਤ ਚੱਲਦੀ ਪਈ ਸੀ, ਕਰ ਲਈ ਸੀ ਵਾਰਤਾਲਾਪ ਚੱਲਦੀ ਪਈ ਸੀ, ਮੈਨੂੰ ਵਾਰ ਵਾਰ ਇੱਕ ਨਿਸ਼ਾਨ ਮਿਲਦਾ ਸੀ, ਇੱਧਰ ਦੁਆ ਕਰ, ਵਾਰ ਵਾਰ ਇੱਧਰ ਇੱਧਰ ਦੁਆ ਕਰ। ਹੁਣ ਮੇਰੇ ਹਿਸਾਬ ਦੇ ਨਾਲ ਇੱਥੇ ਢੋਲਕੀ ਵਾਲਾ ਲੜਕਾ ਬੈਠਾ ਸੀ ਤਬਲੇ ਵਾਲਾ, ਵਾਰ ਵਾਰ ਇੱਧਰ ਨੂੰ ਹੋ ਰਿਹਾ ਸੀਗਾ ਵਾਰ ਵਾਰ, ਤੇ ਮੈਂ ਜਦੋਂ ਅੱਖਾਂ ਖੋਲੀਆਂ ਤੇ ਮੈਂ ਇੱਧਰ ਗਿਆ ਤੇ ਬੰਦਾ ਆਵੇ, ਕਿੰਨੇ ਸਮਝ ਪਾਤੀ, ਉਹ ਭਰੇ ਨੂੰ ਭਰਦਾ, ਕਹਿੰਦਾ ਜਿਹਦੇ ਕੋਲ ਥੋੜਾ ਹੈਗਾ ਨਾ ਥੋੜਾ, ਉਹ ਕਦਰ ਨਹੀਂ ਕਰਦਾ, ਉਹ ਵੀ ਲੈ ਲਿਆ ਜਾਣਾ, ਜਿਹਦੇ ਕੋਲ ਹੈਗਾ ਉਹਨੂੰ ਹੋਰ ਦਿੱਤਾ ਜਾਣਾ। ਕਿੰਨੇ ਮੇਰੀ ਗੱਲ ਸਮਝ ਪਾ ਰਹੇ, ਬੋਲੋ ਹਾਲੇਲੂਇਆ ਹਾਲੇਲੂਇਆ। ਆਤਮਕ ਲੋਕ ਇਹਨਾਂ ਗੱਲਾਂ ਨੂੰ ਸਮਝ ਸਕਦੇ, ਸਰੀਰਕ ਬੰਦੇ ਦੇ ਪਾਣੇ ਮਖੌਲੀ ਆ, ਕਹਿੰਦਾ ਸਰੀਰਕ ਬੰਦਾ ਜਿਹੜਾ ਮੂਰਖ ਆ ਉਹਦੇ ਪਾਣੇ ਇੱਕ ਕਥਾ ਹੀ ਆ ਸਲੀਬ ਦੀ, ਔਰ ਜਿਹੜੇ ਵਿਸ਼ਵਾਸ ਕਰਦੇ ਆ ਯਿਸੂ ਦੇ ਲਹੂ ਤੇ ਉਹਦੇ ਸਲੀਬ ਦੇ ਉੱਤੇ ਉਹਨਾਂ ਦੇ ਲਈ ਜ਼ਿੰਦਗੀ ਆ ਕਹਿੰਦਾ। ਹਾਲੇਲੂਇਆ। ਉਹ ਫਲਿਸਤੀ ਲੋਕ ਲੱਭ ਰਹੇ ਸੀਗੇ, ਚਾਲਾਂ ਚੱਲਦੇ ਪਏ ਸੀਗੇ ਕਿ ਕਿੱਦਾਂ ਇਹਨੂੰ ਫਸਾਇਆ ਜਾਏ, ਕਿੱਦਾਂ ਇਹਨੂੰ ਬੰਦੀ ਬਣਾਇਆ ਜਾਏ, ਇਹਦੀ ਸ਼ਕਤੀ ਦਾ ਰਾਜ ਕੀ ਆ, ਨਹੀਂ ਪਤਾ ਲੱਗਾ। ਫਿਰ ਇੱਕ ਔਰਤ ਨੂੰ ਇਸਤੇਮਾਲ ਕੀਤਾ ਉਹਨਾਂ ਫਲਿਸਤੀਆਂ ਨੇ, ਕਹਿੰਦੇ ਪਤਾ ਨਹੀਂ ਕਿੰਨੇ ਜਾਣੇ, ਗਿਣਤੀ ਤਾਂ ਨਹੀਂ ਦੱਸੀ ਆ, 10 ਜਾਣੇ ਹੋ ਗਏ, 12 ਜਾਣੇ ਹੋ ਗਏ, ਫਲਿਸਤੀ ਲੋਕ ਦਲੀਲਾਂ ਦੇ ਕੋਲ ਆਏ, ਲੜਕੀ ਦਾ ਨਾਮ ਦਲੀਲਾਂ ਸੀਗਾ, ਉਹਦੇ ਕੋਲ ਆਏ ਔਰ ਉਹਨੂੰ ਕਹਿੰਦੇ ਸਾਡੇ ਵਿੱਚੋਂ ਹਰ ਇੱਕ ਬੰਦਾ ਤੈਨੂੰ 1100 ਰੁਪਇਆ ਦਊਗਾ। ਉਸ ਸਮੇਂ
और पता नहीं कितने जाने सी 10 12 20 पता नहीं कितने जाने लालच जेड़ा हो फसा लिया नहीं फसा लिया कुड़ी हां कहंदे तन्नू 11 1100 रुपया साडे चो हर एक बंदा दोगा पर तू दसना ओदी शक्ति दा राज की है क्योंकि ओही क्लोज से की थी समसून दे होर किसे दा दसना नहीं सी शैतान कितना फसाउंदा समझ आ रही है समझ आ रही है शैतान कितना फसाउंदा पहला चंगा भला रात ਜੀ ਬਾਈਬਲ ਹੁੰਦੀ ਸੀ ਹੁਣ ਤੇ ਨਹੀਂ ਮੰਮੀ ਪੁੱਛਦੀ ਕੀ ਕਹਿੰਦਾ ਮੋਬਾਈਲ 'ਚ ਬਾਈਬਲ ਪੜ੍ਹਦਾ ਹਾਂ ਓ ਯੈਸ ਹਾਲੇਲੂਇਆ ਕਿੰਨੇ ਸਮਝ ਪਾ ਰਹੇ ਆ ਗੱਲਾਂ ਥੋੜੀਆਂ ਸੱਚੀਆਂ ਹੁੰਦੀਆਂ ਆ ਪਰ ਹੁਣ ਕੀ ਕਰੀਏ ਦੱਸਣੇ ਪੈਂਦੀਆਂ ਤਾਂ ਜੋ ਬਾਕੀ ਨਾ ਡਿੱਗ ਜਾਣ ਹਾਂ ਮਾਮਾ ਨੂੰ ਵੀ ਪਤਾ ਲੱਗ ਜਾਏ ਚੈਟਿੰਗ ਹੋ ਰਹੀ ਆ ਤੇ ਬਾਈਬਲ ਪੜ੍ਹ ਹੋ ਰਹੀ ਆ ਹਾਂ ਕਹਿੰਦਾ ਤੂੰ ਦੱਸਣ ਆਇਆ ਸਾਨੂੰ ਉਹਦੀ ਸ਼ਕਤੀ ਦਾ ਰਾਜ ਕੀ ਆ ਲਓ ਜੀ ਆ ਗਿਆ ਵੇਲਾ ਸਮਸੂਨ ਨੇ ਮਿਲਿਆ ਦਲੀਲਾਂ ਨੂੰ ਪਿਆਰ ਦੇ ਨਾਲ ਪੁੱਛਦੇ ਤੇਰੀ ਸ਼ਕਤੀ ਦਾ ਰਾਜ ਕੀ ਆ ਤਿੰਨ ਚਾਰ ਵਾਰ ਪੁੱਛਦੀ ਆ ਸਮਾਂ ਨਹੀਂ ਆ ਕਿ ਸਾਰਾ ਪੜਾਵਾਂ ਉਹ ਕਹਿੰਦਾ ਜਦੋਂ ਉਹਦੇ ਜ਼ੋਰ ਪਾਇਆ ਉਹਨੇ ਜ਼ਿਆਦਾ ਕਹਿੰਦਾ ਅਗਰ ਕੋਈ ਮੈਨੂੰ ਹਰੀਆਂ ਸ਼ਮਕਾਂ ਦੇ ਨਾਲ ਹਰੀ ਤੇਲ ਦੇ ਨਾਲ ਕਹਿੰਦਾ ਕੋਈ ਮੈਨੂੰ ਬੰਨ ਦੂਗਾ ਤੇ ਕਹਿੰਦਾ ਫਿਰ ਮੈਂ ਬੰਧਨ ਦੇ ਵਿੱਚ ਆ ਜਾਊਂਗਾ ਫਿਰ ਮੈਂ ਕਹਿੰਦਾ ਮੇਰੀ ਸ਼ਕਤੀ ਜਾਂਦੀ ਰਹਿੰਦੀ ਆ ਹਰੀਆਂ ਜੜੀਆਂ ਬੇਲ ਦੇ ਟਾਣੀਆਂ ਦੇ ਨਾਲ ਕਹਿੰਦਾ ਮੈਨੂੰ ਬੰਨ ਦੂਗਾ ਕੋਈ ਤੇ ਫਿਰ ਮੈਂ ਬੰਧਨ ਦੇ ਵਿੱਚ ਆ ਸਕਦਾ ਉਹ ਬੰਨ ਦਿੰਦੀ ਆ ਉਹਦੀ ਅੱਖ ਲੱਗ ਜਾਂਦੀ ਕਿਉਂਕਿ ਪਿੱਠ ਤੇ ਸਿਰ ਰੱਖ ਕੇ ਸੌਂਦਾ ਆ ਬਾਈਬਲ ਇਦਾਂ ਕਰਦਾ ਦਲੀਲਾਂ ਨਾਲ ਇੰਨਾ ਪਿਆਰ ਕਰਦਾ ਉਹਨੂੰ ਔਰ ਉਹੀ ਪਿਆਰ ਦੇ ਵਿੱਚ ਉਹ ਫਸ ਜਾਂਦਾ ਔਰ ਜਦੋਂ ਅੱਖ ਲੱਗਦੀ ਆ ਤੇ ਨਾਲ ਹੀ ਫਿਰ ਦਲੀਲਾਂ ਨੂੰ ਉਠਾਉਂਦੀ ਆ ਕਹਿੰਦੀ ਸਮਸੂਨ ਉੱਠ ਫਲਿਸਤੀ ਤੇਰੇ ਉੱਤੇ ਚੜਾ ਆ ਬਾਈਬਲ ਕਹਿੰਦਾ ਇਦਾਂ ਤੋੜਦਾ ਉਹਨਾਂ ਸ਼ਮਕਾਂ ਨੂੰ ਜਿੱਦਾਂ ਕਿਤੇ ਚਲੀ ਹੋਈ ਰੱਸੀ ਨੂੰ ਬੰਦਾ ਐ ਤੋੜ ਦਿੰਦਾ ਕਹਿੰਦੇ ਤੂੰ ਮੈਨਾਂ ਮਖੌਲ ਕੀਤਾ ਕਹਿੰਦੇ ਤੂੰ ਮੈਨਾਂ ਕਾਮੇਡੀ ਕੀਤੀ ਆ ਇਦਾਂ ਨਹੀਂ ਝੂਠ ਬੋਲਿਆ ਆ ਫਿਰ ਉਹਦੇ ਖੇੜੇ ਪਈ ਤੇ ਫਿਰ ਉਹਨੇ ਕੀ ਦੱਸਿਆ ਕਹਿੰਦਾ ਜੇ ਕੋਈ ਮੈਨੂੰ ਨਵੀਆਂ ਲੱਜਾਂ ਦੇ ਨਾਲ ਜੋ ਕਦੀ ਵਰਤਨ ਦੇ ਵਿੱਚ ਨਾ ਆਈਆਂ ਹੋਣ ਘੁੱਟ ਕੇ ਮੈਨੂੰ ਬੰਨ ਦੇਵੇ ਤਾਂ ਮੈਂ ਨਿਰਬਲ ਹੋ ਜਾਊਂਗਾ ਮੇਰੀ ਸ਼ਕਤੀ ਜਾਂਦੀ ਰਹੂਗੀ ਉਹਨੇ ਫਿਰ ਉਹਦੇ ਕੀਤਾ ਉਹ ਫਿਰ ਉਹਦੀ ਅੱਖ ਲੱਗੀ ਫਿਰ ਉਹਨੇ ਕਿਹਾ ਸਮਸੂਨ ਫਲਿਸਤੀ ਚਾੜਾ ਆ ਬਾਈਬਲ ਕਹਿੰਦਾ ਉਹਨੇ ਖੋਲਿਆ ਕਹਿੰਦੀ ਫਿਰ ਕਾਮੇਡੀ ਹਾਂ ਕਹਿੰਦੀ ਫਿਰ ਤੂੰ ਮਜ਼ਾਕ ਕੀਤਾ ਮੇਰੇ ਨਾਲ ਕਹਿੰਦੀ ਲੱਗਦਾ ਤੂੰ ਮੈਨੂੰ ਪਿਆਰ ਨਹੀਂ ਕਰਦਾ ਆਹੀ ਡਾਇਲੋਗ ਹੁੰਦੇ ਨੇ ਹਾਂ ਤੇਰਾ ਪਿਆਰ ਸੱਚਾ ਨਹੀਂ ਕਹਿੰਦੀ ਤੇਰੇ ਪਿਆਰ ਚ ਕਪਟ ਆ ਸੱਚਾ ਨਹੀਂ ਫਿਰ ਤੀਸਰੀ ਵਾਰੀ ਮੌਕਾ ਮਿਲਦਾ ਕਹਿੰਦਾ ਹੁਣ ਦੱਸਦਾ ਕਹਿੰਦਾ ਹੁਣ ਦੱਸਦਾ ਆ ਮੈਂ ਔਰ ਅੱਗੇ ਲਿਖਿਆ ਕਹਿੰਦਾ ਤਦ ਦਲੀਲਾ ਨੇ ਕੋਰੀਆਂ ਲੱਜਾਂ ਲੈ ਕੇ ਉਹਨੂੰ ਬੰਨ ਦਿੱਤਾ ਉਹਨੇ ਖੋਲ ਦਿੱਤਾ ਔਰ ਉਸ ਤੋਂ ਬਾਅਦ ਕਹਿੰਦਾ ਐਤਕੀ ਵੀ ਤੂੰ ਮੇਰੇ ਨਾਲ ਝੂਠ ਬੋਲਿਆ ਮਖੌਲ ਕੀਤਾ ਹੈ ਦੱਸ ਤੈਨੂੰ ਕਿੱਦਾਂ ਬੰਨਿਆ ਜਾਵੇ ਔਰ ਅੱਕ ਤਾਂ ਕਹਿੰਦਾ ਜੇ ਮੇਰੀਆਂ 7 ਲੱਟਾਂ ਤਾਣੇ ਦੇ ਵਿੱਚ ਆਉਣ ਦੇਵੇ ਤਾਂ ਉਸ ਨੇ ਕਿੱਲੀ ਦੇ ਨਾਲ ਉਹਨੂੰ ਕੱਸ ਕੇ ਆਖਿਆ ਇਹ ਸਮਸੂਨ ਫਲਿਸਤੀ ਤੇਰੇ ਉੱਤੇ ਚੜ ਆਇਆ ਉਹਨੇ ਨਿੰਦਰ ਤੋਂ ਜਾਗ ਕੇ ਕਿੱਲੀ ਨੂੰ ਤਾਣੇ ਸਣੇ ਪੁੱਟ ਛੱਡਿਆ ਕਹਿੰਦੀ ਫਿਰ ਕਾਮੇਡੀ ਤੀਸਰੀ ਵਾਰੀ ਵੀ ਹਾਂ ਫਿਰ ਮਜ਼ਾਕ ਫਿਰ ਮਖੌਲ ਫਿਰ ਹੁਣ ਇੱਥੇ ਜਦੋਂ ਬੰਦਾ ਇਦਾਂ ਨਹੀਂ ਫਸਦਾ ਫਿਰ ਇਮੋਸ਼ਨਲੀ ਬਲੈਕਮੇਲ ਹੁੰਦਾ ਹਾਂ ਫਿਰ ਇਮੋਸ਼ਨਲੀ ਬਲੈਕਮੇਲ ਇਹਨੂੰ ਪੜੂੰਗੇ ਤੁਹਾਨੂੰ ਫਿਰ ਪਤਾ ਲੱਗਣਾ ਸਮੇਂ ਨਹੀਂ ਹੈ ਪਰ ਮੈਂ ਤੁਹਾਨੂੰ ਕਿਨ ਪੜਾਉਣਾ ਇਹ ਮੈਂ ਤੁਹਾਨੂੰ ਤਾਂ ਦੱਸਦਾ ਤੁਹਾਨੂੰ ਸਮਝ ਆ ਜਾਵੇ ਕਿਦਾਂ ਉਹ ਪਾਪ ਸਹਿਜ ਨਾਲ ਫਸਾ ਲੈ ਕਹਿੰਦੇ ਤੂੰ ਮੈਨੂੰ ਸੱਚਾ ਪਿਆਰ ਨਹੀਂ ਕਰਦਾ ਤੂੰ ਮੈਨੂੰ ਮਖੌਲ ਕਰਦਾ ਤੂੰ ਮੇਰੇ ਨਾਲ ਟਾਈਮ ਪਾਸ ਕਰਦਾ ਮੇਰੇ ਵੱਲੋਂ ਪਿਆਰ ਆ ਪਰ ਤੇਰੇ ਵੱਲੋਂ ਪਿਆਰ ਫਿਰ ਹਾਰ ਕੇ ਮੈਂ ਹੁਣ ਕੀ ਕਰੇ ਮਰਦ ਆ ਕੀ ਕਰੇ ਵਿਚਾਰਾ ਫਸ ਗਿਆ ਸੱਚਾਈ ਦੱਸ ਦੇ ਕਹਿੰਦਾ ਮੇਰੀਆਂ ਜਿਹੜੀਆਂ ਲੱਡਾਂ ਆ ਨਾ ਮੇਰੇ ਜਿਹੜੇ ਵਾਲ ਆ ਜਦੋਂ ਇਹਨਾਂ ਨੂੰ ਕੱਟਿਆ ਜਾਣਾ ਨਾ ਫਿਰ ਮੈਂ ਨਿਰਬਲ ਹੋ ਜਾਣਾ ਫਿਰ ਕਹਿੰਦਾ ਮੈਂ ਮੇਰੇ ਅੰਦਰੋਂ ਜ਼ੋਰ ਖਤਮ ਹੋ ਜਾਣਾ ਕੀ ਹੋਇਆ ਉਹਨੇ ਆਪਣੇ ਪੱਟ ਤੇ ਉਹਦਾ ਸਿਰ ਰੱਖਿਆ ਦਲੀਲਾਂ ਨੇ ਕਹਿੰਦੀ ਸੋ ਜਾ ਰੈਸਟ ਕਰ ਰੈਸਟ ਕਰ ਕੇ
और बाइबल के सुतना ओदे सिर पट ते सिर रख के और उन्हें की कीता फिलिस्तीनियां दे विचों एक बंदे नु आवाज लगाई या इशारा मारिया ओ आया उन्हें उन्हें कैंची दीती या छुरी दीती जो भी उस समय सेगा उन्हें ओदियां लड्डा कट देतियां सुते पे बाल कट देते समसूर नु कुछ नहीं पता चोरी हो गई जड़ा सुता रहंदा ना बंदा ओदी एदा चोरी हुंदी है हां इस करके बाइबल कहंदा जागदे रहो और जिदा ही सुता ओदिया लड्डा कटिया उन्हें फिर आवाज लगाई कहती समझू ने उठ फलिस्ती चढ़ आया तेरे उपर बाइबल कहता उसी जोर जिदा पहला उठता सगा उन्हें दो बंदे पड़े हला भी नहीं पाया जिते हजारे मार दिता सगा हला भी नहीं पाया कहते उन्होंने बंदी बनाया बनिया पहला तो अखा फोड़िया ये न्यारा किया होया बंदा खुदा दा अखा फोड़िया पहला अन्ना किया फिर उन्होंने कैद खाने च पाया अपने लिए आटा पिसवाया बाइबल ऐसा कहता चक्की पींदा हुंदा सीगा कैद खाने दे विच पर की हुंदा समय आ ओ कहंदा ना छड्डदा ते ना कदी त्यागदा कहंदा इक दुध पिलाउण वाली मां अपने बच्चे नूं छड्ड सकदी आ पर मैं तेरा परमेश्वर तैनूं कदी छड्डदा नहीं बहुत साल निकल गए तू बस कैद दे विचों चक्की पींदा हुंदा सीगा किसी ने ध्यान नहीं मारिया क्योंकि साल बहुत हो गए सीगे ना बाइबल कहंदा ओ चक्की पींदे फिर अन्ना अखां ही फोड़ दित्तियां हैना पट्टी बन्नी होवे तां खुल जांदियां हैना पौड़ी दिते डेले तां किद्दां फिर अग्गे अखां आ जांदियां की होया चक्की पींदे 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 ना ओदे पाल वधने शुरू हो गए वधने जे कट्टणे नहीं तां वधने ही आ फिर जोर ओदे अंदर आ गया फिर जोर ओदे अंदर आ गया पर गल चल गई आ वचन दा टॉपिक ही आ कि पाप जिहड़ा आ सहज दे नाल तुहानूं फसा लैंदा लालच तुहाडे अग्गे रख दिंदा संसार तो वस्तुआं तो अड़े अगे रख दें फिर वह तुम फसाउंदा आ और ऐसा फसाउंदा नुकसान हुंदा ही चाहे दोबारा अभिषेक मिल जाए पर नुकसान हुंदा ही असि आत्मा च डिगदे आ ठीक है डिगना खड़ना बनिया है आत्मक तौर पर कहिंदा धर्मी बंदा सत्त बार भी डिगूगा तो उन्हें मैं चुक लूंगा कि नहीं चुक लूंगा पर डिगी जाना बार बार है ना ये तो फिर आदत ही बन गई नीचे डिगना कहता हादसा है सुनना बड़े ध्यान कहता नीचे डिगना एक हादसा है ते डिगे रहना कहता मर्जी डिगे रहना मर्जी एक बार डिग गया ये हादसा है चलो कोई अपॉर्चुनिटी ऐसा दी आगे शैतान बोलो बंदा डिग गया ठीक है तो बार बार डिगे रहना कहता ये फिर तो अपनी मर्जी है किन्ने समझ पाई मेरी गल बोलो हालेलुया हालेलुया ओ देखदा आ तुहाडी कमजोरी की आ समसून दी कमजोरी फिर उन्होंने देखी फिलिस्तीनियां ने कहंदा कमजोरी की है दी ताकत कित्थे जोर कित्थे है इहदा किद्दां पता लगूगा असीं मरदे आ सानूं तां दसदा नहीं असीं इहदे विरोधी आ तां वी नहीं दसदा फिर ते नजदीक जाया जांदा हां फिर ओह औरत जिहड़ी आ इस्तेमाल कीती गई किन्ने समझ पाए समझ आ गया सेकंड रेफरेंस देना तुहानू मेरे नाल ओपन करो दूसरा राजा दा पुस्तक दूसरा राजा दा पुस्तक ओदा पंच नंबर अध्याय जेड़ा यीशु मसीह दा चेला सीगा इक हां ओदा नाम सीगा यहूदा इस्करियोती तुहानूं पता उत्थे ग्रंथी ते फरीसियां नूं किद्दां पता लग गया कि इह तीर्वे च वेख सकदा है पता क्योंकि चंदे वाली जिहड़ी थैली सीगी ना ओदे कोल सी और ओह तों चोरी करदा हुंदा सी ਕਿੰਨੇ ਸਮਝ ਪਾਏ ਮੈਂ ਇਸ ਲਈ ਦੱਸਦਾ ਕਿ ਮੇਰਾ ਟੌਪਿਕ ਆ ਪਾਪ ਜਿਹੜਾ ਸਹਿਜ ਨਾਲ ਫਸਾ ਲੈਂਦਾ ਜੇ ਗ੍ਰੰਥੀ ਤੇ ਫਰੀਸੀ ਪੌਲਸ ਪਤਰਸ ਨੂੰ ਕਹਿੰਦੇ ਅੰਦਰੀਆਸ ਨੂੰ ਕਹਿੰਦੇ
ਫਿਲਿਪਸ ਨੂੰ ਕਹਿੰਦੇ ਕਿ ਤੂੰ 30 ਰੁਪਏ ਲੈ ਲਾ ਤੇ ਯਿਸੂ ਦਾ ਦੱਸ ਦੇ ਕਿੱਥੇ ਆ। ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਉਹ ਦੱਸਦਾ ਨਾ ਹੀ ਉਹ ਵਿਕਦੇ, ਪਰ ਉਹਨਾਂ ਨੇ ਕਮਜ਼ੋਰ ਬੰਦਾ ਦੇਖਿਆ ਜਿਹੜਾ ਜੇਬਾਂ ਭਰਦਾ, ਗੁਥਲੀ ਖਾਲੀ ਕਰਦਾ ਤੇ ਜੇਬਾਂ ਭਰਦਾ ਲਾਲਚ ਪੈਸੇ ਦਾ। ਯਿਸੂ ਮਸੀਹ ਨੇ ਉਹਨੂੰ ਫੜਾਈ ਹੋਈ ਸੀ ਥੈਲੀ ਚੰਦੇ ਵਾਲੀ, ਫੜ ਤਾਂ ਲਈ ਉਹਨੇ, ਸਾਂਭੀ ਨਹੀਂ ਗਈ, ਕਹਿੰਦਾ ਭਾਰੀ ਲੱਗਦੀ ਆ, ਕੱਢਿਆ ਉਹਦੇ ਵਿੱਚੋਂ ਪੈਸੇ ਤੇ ਸਿੱਕੇ ਤੇ ਜੇਬਾਂ ਚ ਪਾਉਂਦਾ ਰਿਹਾ, ਚੋਰੀ ਕਰਦਾ ਰਿਹਾ। ਕੀ ਹੋਇਆ ਜਦੋਂ ਪਤਾ ਤਾਂ ਲੱਗਾ ਹੀ ਹੋਣਾ, ਗਰੰਟੀਆਂ ਤੇ ਫਰੀਸੀਆ ਦੇ। ਹਾਂ ਉਹਨਾਂ ਨੇ ਦੇਖਿਆ ਕਿ ਆਹ ਬੰਦਾ ਫਸ ਸਕਦਾ, ਇਹਨੂੰ ਪਿਆਰ ਨਾਲ ਫਸਾਈਏ, ਬੁਲਾਇਆ ਉਹਨੂੰ, ਕਹਿੰਦੇ ਅਗਰ ਤੂੰ ਸਾਨੂੰ ਦੱਸ ਦੂੰਗਾ ਯਿਸੂ ਕਿੱਥੇ ਆ, ਕਹਿੰਦਾ 30 ਸਿੱਕੇ ਤੈਨੂੰ ਚਾਂਦੀ ਦੇ ਦਿੱਤੇ ਜਾਣ। ਮੰਨ ਗਿਆ, ਨਾ ਨੁਕਰ ਹੋਈ ਨੀ ਉਹ ਤੋਂ, ਭੋਰਾ ਵੀ ਨੀ ਡਰ ਲੱਗਾ ਕਿ ਮੈਂ ਕੀ ਕਰਨ ਲੱਗਾ। ਹਲੇ ਕਿ ਇਹ ਲਿਖਤ ਦੇ ਅਨੁਸਾਰ ਸੀਗਾ, ਯਿਸੂ ਮਸੀਹ ਦੇ ਬਾਰੇ ਇਦਾਂ ਹੋਣਾ ਸੀਗਾ, ਲਿਖਿਆ ਹੋਇਆ ਸੀਗਾ ਪਹਿਲਾਂ ਇਹ ਕੰਪਲੀਟ ਹੋਣਾ। ਯਿਸੂ ਮਸੀਹ ਨੇ ਕੀ ਕਿਹਾ ਸੀਗਾ, ਕਹਿੰਦੇ ਮਨੁੱਖ ਦੇ ਪੁੱਤਰ ਦਾ ਜਾਣਾ ਜ਼ਰੂਰੀ ਆ, ਪਰ ਹਾਏ ਉਸ ਮਨੁੱਖ ਉੱਤੇ ਜਿਹਦੇ ਕਰਕੇ ਉਹ ਜਾਂਦਾ, ਜਿਹੜਾ ਕਾਰਨ ਬਣਦਾ। ਠੋਕਰ ਦਾ ਲੱਗਣਾ ਵੀ ਜ਼ਰੂਰੀ ਆ, ਪਰ ਕਹਿੰਦਾ ਹਾਏ ਉਸ ਮਨੁੱਖ ਉੱਤੇ ਜਿਹਦੇ ਕਰਕੇ ਲੱਗਦੀ ਆ, ਚੰਗਾ ਹੁੰਦਾ ਕਹਿੰਦਾ ਉਹ ਜੰਮਦਾ ਹੀ ਨਹੀਂ ਜਿਹਦੇ ਕਰਕੇ ਠੋਕਰ ਲੱਗਦੀ। ਮਤਲਬ ਕਰਪਟ ਕ੍ਰਿਸਚਨ, ਦੁਆਵਾਂ ਵੀ ਕਰਨੀਆਂ, ਪਾਪ ਵੀ ਕਰ, ਬਾਈਬਲ ਵੀ ਪੜ੍ਹਨੀ ਆ, ਚਿੱਟੇ ਕੱਪੜੇ ਵੀ ਪਾਉਣੇ ਆ, ਔਰ ਦੱਸਣਾ ਵੀ ਆ ਕਿ ਮੈਂ ਧਾਰਮਿਕ ਆ, ਮੇਰੇ ਵਰਗਾ ਕੋਈ ਨਹੀਂ। ਹਾਂ ਪਿਆਰ ਦੇ ਨਾਲ ਉਹਨੂੰ ਫਸਾ ਲਿਆ ਇਸ ਕਰੋਧੀ ਨੇ, ਯਹੂਦਾ ਨੇ ਦੇਖਿਆ ਉਹਨਾਂ ਨੇ ਕਮੀ ਕੀ ਆ। ਅੱਜ ਵੀ ਸ਼ੈਤਾਨ ਦੇਖਦਾ ਕਮੀ, ਉੱਥੇ ਵਾਰ 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 ਕਰਦਾ, ਉਹਨੂੰ ਪਤਾ ਲੱਗ ਜਾਂਦਾ ਨਾ। ਕਈ ਵਾਰ ਤੁਸੀਂ ਦੱਸਦੇ ਕਿ ਮੇਰੀ ਆਹ ਕਮੀ, ਕਿਉਂਕਿ ਤੁਹਾਡੀ ਪ੍ਰਾਰਥਨਾ ਦਾ ਜਿਹੜਾ ਮੇਨ ਮੈਟਰ ਇਹੀ ਹੁੰਦਾ, ਜੇ ਅੱਧੇ ਘੰਟੇ ਦੀ ਪ੍ਰਾਰਥਨਾ ਤੇ 25 ਮਿੰਟ ਤਾਂ ਉਹੀ ਮੈਟਰ ਹੁੰਦਾ ਹੈ। ਸ਼ੈਤਾਨ ਸਮਝਦਾ ਤੁਹਾਡੀ ਆਵਾਜ਼ ਨੂੰ, ਅਗਰ ਤੁਸੀਂ ਗੈਰ ਭਾਸ਼ਾ ਚ ਪ੍ਰਾਰਥਨਾ ਕਰੋਗੇ ਤਾਂ ਉਹ ਸਮਝ ਨਹੀਂ ਪਾਏਗਾ, ਉਹ ਸਿਰਫ ਖੁਦਾ ਤੱਕ ਪਹੁੰਚੂ ਕਿ ਤੁਹਾਡੀਆਂ ਕਮੀਆਂ ਖੁਦਾ ਤੱਕ ਰਹਿ ਜਾਣੀਆਂ, ਉਹ ਪੂਰੀਆਂ ਕਰ ਦੇਵੇ। ਬੋਲੋ ਹਾਲੇਲੂਇਆ, ਹਾਲੇਲੂਇਆ। ਜਿਹੜੀ ਆਹ ਭਾਸ਼ਾ ਚ ਪ੍ਰਾਰਥਨਾ ਕਰੋਗੇ ਤੁਹਾਡਾ ਗਵਾਂਢੀ ਵੀ ਸੁਣਦਾ, ਸ਼ੈਤਾਨ ਵੀ ਸੁਣਦਾ ਹੈ, ਉਹ ਕਿੱਦਾਂ ਪੂਰੀ ਹੋਣਾ। ਬਾਈਬਲ ਕਹਿੰਦਾ ਆਤਮਾ ਹੋਕੇ ਮਾਰ ਕੇ ਖੁਦਾ ਦੇ ਕੇ ਸਿਫਾਰਿਸ਼ ਕਰਦਾ, ਇਸ ਬੰਦੇ ਨੂੰ ਕੀ ਚਾਹੀਦਾ ਜਦੋਂ ਗੈਰ ਭਾਸ਼ਾ ਚ ਪ੍ਰਾਰਥਨਾ ਕਰਦਾ। ਔਰ ਅਸੀਂ ਕਰਦੇ ਹਾਂ ਨੋਰਮਲ ਭਾਸ਼ਾ ਦੇ ਵਿੱਚ ਪ੍ਰਾਰਥਨਾ, ਪ੍ਰਭੂ ਆਹ ਕਮੀ ਆ ਦੂਰ ਕਰ, ਤੇ ਨਾਲ ਬੈਠਾ ਉਹ ਵੀ ਸੁਣਦਾ ਪਿਆ ਜਿਹਨੇ ਹੋਣ ਨਹੀਂ ਦੇਣੀ ਕਮੀ ਦੂਰ। ਇਸੇ ਲਈ ਜ਼ਿਆਦਾਤਰ ਲੋਕ ਉਤਾਹ ਨਹੀਂ ਆ ਪਾਉਂਦੇ, ਤਰੱਕੀ ਨਹੀਂ ਕਰ ਪਾਉਂਦੇ। ਸਭ ਤੋਂ ਵੱਡਾ ਕਾਰਨ ਇਹ ਆ ਤੁਹਾਡਾ ਤਰੱਕੀ ਨਾ ਕਰਨ ਦਾ, ਕਿਉਂਕਿ ਤੁਹਾਡੇ ਕੋਲੋਂ ਗੈਰ ਭਾਸ਼ਾ ਨਹੀਂ ਹੈ। ਸਵਰਗ ਜਾਣਾ ਔਰ ਸਵਰਗ ਦੀ ਭਾਸ਼ਾ ਹੈ ਨਹੀਂ, ਉੱਥੇ ਜਾ ਕੇ ਗੱਲ ਕਿੱਦਾਂ ਕਰੂੰਗੇ। ਇੰਗਲੈਂਡ ਜਾਣਾ, ਅਮੈਰੀਕਾ ਜਾਣਾ, ਕੈਨੇਡਾ ਜਾਣਾ, ਇੰਗਲਿਸ਼ ਨਹੀਂ ਆਉਂਦੀ ਤਾਂ ਕਿੱਦਾਂ ਪਹੁੰਚੋਗੇ ਉੱਥੇ। ਹਾਂ ਤੇ ਸਵਰਗ ਜਾਣਾ, ਸਵਰਗ ਦੀ ਭਾਸ਼ਾ ਆਉਂਦੀ ਨਹੀਂ ਤਾਂ ਨਾ ਹੀ ਪ੍ਰਾਪਤ ਕੀਤੀ, ਕਿੱਦਾਂ ਪਹੁੰਚੋਗੇ ਉੱਥੇ, ਕਿਹਦੇ ਨਾਲ ਗੱਲ ਕਰੋਗੇ। ਜ਼ਿਆਦਾਤਰ ਜਿਹੜੀ ਪਰਸਨਲ ਪ੍ਰੇਰਨਾ ਤੁਹਾਡੀ ਗੈਰ ਭਾਸ਼ਾ ਦੇ ਵਿੱਚ ਹੋਣੀ ਚਾਹੀਦੀ ਹੈ। ਪੌਲਸ ਕਹਿੰਦਾ ਜ਼ਿਆਦਾਤਰ ਨਹੀਂ, ਕਹਿੰਦਾ ਘੱਟੋ ਘੱਟ ਮੈਂ ਲਗਭਗ 5000 ਸ਼ਬਦ ਕਹਿੰਦਾ ਮੈਂ ਬੋਲਦਾ, ਪਰ ਕਹਿੰਦਾ ਜ਼ਰੂਰੀ ਸਮਝਦਾ ਹੈ ਕਿ 5000 ਸ਼ਬਦ ਗੈਰ ਭਾਸ਼ਾ ਦੇ ਬੋਲਣ ਨਾਲੋਂ 5 ਸ਼ਬਦ ਕਹਿੰਦਾ ਮੈਂ ਨੋਰਮਲ ਭਾਸ਼ਾ 'ਚ ਪ੍ਰਾਰਥਨਾ ਕਰਾਂ ਕਿ ਜਿਹੜਾ ਨਾਲ ਬੈਠਾ ਉਹ ਤਰੱਕੀ ਪਾਵੇ। ਕਲੀਸਿਆ 'ਚ ਇੰਨੀ ਜ਼ਿਆਦਾ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਤੁਹਾਨੂੰ ਗੈਰ ਭਾਸ਼ਾ ਦੇ ਵਿੱਚ, ਕਰੋ 19 ਕੁ ਕਰੋ ਜਿੰਨੀ ਕੁ ਚਾਹੀਦੀ, ਪਰ ਪਰਸਨਲ ਪ੍ਰੇਅਰ ਭਾਵਾਂ ਤੁਸੀਂ ਸਾਰੀ ਗੈਰ ਭਾਸ਼ਾ ਦੇ ਵਿੱਚ ਕਰ ਦਿਓ, ਕਿਉਂਕਿ ਤੁਹਾਡਾ ਆਤਮਾ ਜਾਣਦਾ ਕੀ ਤੁਸੀਂ ਮੰਗ ਰਹੇ ਹੋ, ਔਰ ਉਹ ਆਤਮਾ ਕਿਆ ਤੇ ਉਹ ਸਮਝਦਾ ਸਾਡੇ ਆਤਮਾ ਨੂੰ ਕੀ ਚਾਹੀਦਾ। ਕਿੰਨੇ ਸਮਝ ਪਾਏ, ਕਿੰਨੇ ਸਮਝ ਪਾਏ, ਬੋਲੋ ਹਾਲੇਲੂਇਆ, ਹਾਲੇਲੂਇਆ। ਯਹੂਦਾ ਨੂੰ ਬੜੇ ਪਿਆਰ ਦੇ ਨਾਲ ਉਹਨੇ ਫਸਾ ਲਿਆ, ਯਹੂਦਾ ਇਸਕਰੋਤੀ ਨੂੰ ਬੜੇ ਪਿਆਰ ਦੇ ਨਾਲ ਉਹਨੇ ਫਸਾ ਲਿਆ। ਹੁਣ ਅੱਗੇ ਮੈਂ ਤੁਹਾਨੂੰ ਦੱਸਦਾ ਆ ਕਿੱਦਾਂ ਉਹ ਫਸਾਉਂਦਾ ਆ, ਪਾਪ ਸਹਿਜ ਨਾਲ ਫਸਾ ਲੈਂਦਾ, ਦੂਰ ਕੱਢਣਾ ਆ। ਇਹ ਤੁਸੀਂ ਜਿਹੜੀਆਂ ਐਗਜ਼ਾਮਪਲਾਂ ਸਿੱਖ ਰਹੇ ਹੋ ਨਾ, ਸੁਣਦੇ ਪਏ ਆ, ਆਪਣੀ ਜ਼ਿੰਦਗੀ ਦੇ ਵੱਲ ਵੀ ਗੌਰ ਕਰਦਾ ਆ, ਪਾਪ ਨੇ ਕਿੱਦਾਂ ਤੁਹਾਨੂੰ ਫਸਾਇਆ ਔਰ ਕਿੱਦਾਂ ਤੁਸੀਂ ਉਹਨੂੰ ਦੂਰ ਕਰਦਾ। ਆਉਣ ਨੂੰ ਉਹਨੇ ਟਾਈਮ ਲਾਇਆ, ਪਰ ਤੁਸੀਂ ਕੱਢਣ ਦਾ ਟਾਈਮ ਨਹੀਂ ਲਾਉਣਾ, ਅੱਜ ਦਾ ਅੱਜ ਹੀ ਤੁਸੀਂ ਬਾਹਰ ਕੱਢਣਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ, ਯਿਸੂ ਮਸੀਹ ਦੇ ਨਾਮ 'ਚ ਸਾਰੀ ਕਲੀਸਿਆ ਬੋਲੋ ਹਾਲੇਲੂਇਆ। ਪੜ੍ਹੀਏ ਮੇਰੇ ਨਾਲ ਦੂਸਰਾ ਰਾਜਾ ਦਾ ਪੁਸਤਕ, ਉਹਦਾ 5 ਨੰਬਰ ਅਧਿਆਇ, ਉਹਦਾ 22 ਨੰਬਰ ਪੰਕਤੀ ਤੋਂ 27 ਨੰਬਰ ਪੰਕਤੀ ਤੱਕ। ਮੈਂ ਦੱਸ ਦਵਾਂ ਇੱਥੇ 3 ਬੰਦਿਆਂ ਦਾ ਜ਼ਿਕਰ ਆਉਣਾ, 3 ਬੰਦੇ, ਇੱਕ ਨਮਾਨ ਕੋੜੀ, ਇੱਕ ਅਲੀਸ਼ਾ ਔਰ ਇੱਕ
कौन? गहे जी, राइट, गॉड ब्लेस गहे जी। तीन बंदियां दा जिक्र हो रहा एओ रब दा बंदा आ अलीशा जिदे ऊपर दुगना मसा उतरया जिन्हें मंगिया उन्होंने मिले दुगना और काम भी दुगने हुए चमत्कार भी दुगने हुए उधारी किसे दे कोलो एदे नाल दे बंदे थोड़ी लेके आए या कस्ती जो की कहंदे उन्हों कई ना लो या कुछ भी ना लो पारी पारा हा थोड़ा लेके आए मंग के हो वो पानी च डिग गया कितना पता लगो नदी च डिग गया कितना पता लगो किथे डिग गया हां ते बाइबल कहंदा अलीशा नु जदों उन्हां दे चेलियां ने आके दस्या कि एदा दा सी मंगमी लेके आए वो पानी च गिर गया उहदा वो लकड़ जी रह गई हाथ च साडे कहंदा मंगमी सी की बाइबल कहंदा अलीशा ने ते खड़े होके दुआ कीती ते वो लोहे दा पीस जिहड़ा उपर आ गया हालेलुया ये उस समय दी गल है पाप किदा फसाउंदा नमान जिहड़ा बंदा बहुत मीरा रुतबे वाला बंदा वो कोट दे नाल भरिया कादे नाल कादे नाल कोट दे नाल भरिया एक बहुत लंबा प्रीच है दे किसे दिन खुदा ने चाहिया दसूंगा एक लड़की अलीशा दे शहर चो गुलाम बना के नमान दे शहर दे विच लेके गए उन्हों और नमान दे घर काम करन लाता उन्हों खुदा दी प्लानिंग हुंदी है फिर जदों उस लड़की नू पता लगा कि जड़ा नमान आ वो कोड़ी आ बड़ा ट्रीटमेंट कराया होगा अमीर है ना पैसे वाला फिर की होगा ओ लड़की जड़ी आ गवाही दिंदी कहिंदी जे तू कहिंदा उत्थे हुंदा अलीशा दे शहर पिंड दे विच कहते तू चंगा हो जाता फिर स्टोरी पता लगती भी कितों लिया फिर तैयारी पढ़ता अपनी खिंचता अलीशा के नाल मिलन दे ले और बड़ा उपहार भी लेके आता की होता जो पता लगता मैसेज पहुंचता अलीशा अपने प्रेयर रूम के और मैसेज पहुंचता कि नमान कोड़ी आया तेन मिलन दे ले अपने कमरे चो बाहर नहीं निकलता प्रेयर के रहता और सिर्फ एक मैसेज करता कहता यर्दन के चुप्पिया लाइनिया किनिया सात चुप्पिया ला क्या मैं सोचा कि मैं दूरों पेंडा करके आया भी रब का बंदा बाहर आऊगा मैनु जफी पाऊगा मैनु मिलूगा मेरे हाथ रखूगा मैनु प्यार दूगा उन्हें तो मैनु देखा तक नहीं मैं नहीं कहता चुप्पिया मारनिया ना वापस चलना अपने शहर पिंड फिर की होता फिर ओदा ही नौकर उन्हों कहता कहता जे तेनों रब का बंदा कुछ औखा काम करने को कह देता तो वह ना करता जे तेनों मिल के कह देता भी तू आ कर दे की ना करता कहता उन्हें चुप्पिया मारन को क्या मारते सत चुप्पिया बाइबल कहता एक मारी दो मारी तीन मारी या जो सतवीं चुप्पी मारी वो कोड़ उड़ा जाता रहा बोलो हालेलुया हालेलुया ਕਹਿੰਦਾ ਉਹਦੀ ਸਕਿਨ ਇਦਾਂ ਸੌਫਟ ਹੋ ਗਈ ਜਿੱਦਾਂ ਇੱਕ ਛੋਟੇ ਬੱਚੇ ਦੀ ਹੁੰਦੀ ਨਵੇਂ ਜਨਮੇ ਬੱਚੇ ਦੀ ਸਕਿਨ ਹੁੰਦੀ ਆ ਉਦਾਂ ਉਹਦੀ ਸਕਿਨ ਹੋ ਗਈ ਕੋੜ ਜਾਂਦਾ ਰਿਹਾ ਉਹਦਾ ਹੀਲਡ ਹੋ ਗਿਆ ਕੰਪਲੀਟਲੀ ਹੀਲ ਹੋ ਗਿਆ ਫਿਰ ਕੀ ਹੁੰਦਾ ਦੇਖਦਾ ਆਪਣੇ ਆਪ ਖੁਦਾ ਦਾ ਸ਼ੁਕਰ ਕਰਦਾ ਫਿਰ ਅੱਗੇ ਗਵਾਹੀ ਪਤਾ ਕੀ ਸਮਾਂ ਨਹੀਂ ਆ ਪੜਾਉਂਦਾ ਮੈਂ ਤੁਹਾਨੂੰ ਦੱਸ ਦਿੰਦਾ ਕਹਿੰਦਾ ਹੁਣ ਨਹੀਂ ਮੈਂ ਬਲੀਆਂ ਚੜਾਉਣੀਆਂ ਕਿਸੇ ਹੋਰ ਦੇ ਅੱਗੇ ਕਹਿੰਦਾ ਹੁਣ ਮੈਂ ਹੋਮ ਦੀਆਂ ਭੇਟਾਂ ਚੜਾਉਣੀਆਂ ਯਹੋਵਾ ਦੇ ਅੱਗੇ ਬੋਲੋ ਹਾਲੇਲੂਇਆ ਹਾਲੇਲੂਇਆ फिर की होता है आंदा अलीशा दे अगे बैंदा कहंदा उन्हों कहंदा मैं उपहार लेके आया तेरे लिए पिंटा लेके आया बोरे भर भर के सोने चांदी दे जो भी सिक्कियां दे लो कुछ अलीशा कहंदा मैनू आग्या नहीं है तेरे को कुछ लेने दे बस तो मिलना ही मिल गया जाओ रवाना हो बड़ा वो खेड़े पिया अलीशा कहंदा नहीं मैं कुछ नहीं लेना फिर की होता पाप कितना सुनना ध्यान और किनू फसाउंदा जिहड़ा मौका दिंदा जा रहे आ वो वापस जा रहे आ गधियां दे उत्ते उन्होंने सारियां बोरियां बोरियां रख लईयां वापस जा रहे फिर की हुंदा गहेजी दा मन बदलदा जिहड़ा गहेजी अलीशा दा चेला सी असिस्टेंट सीगा जिहड़ा उहदा उहदे मन दे विच थोड़ा लालच की लालच की मालक ने तां मना कर दित्ता हुण
ਜੇ ਲੈਂਦਾ ਤਾਂ ਥੋੜਾ ਥੋੜਾ ਮੈਨੂੰ ਵੀ ਮਿਲਦਾ ਹਾਂ, ਇਹ ਲਾਲਚ ਆ ਗਿਆ। ਫਿਰ ਦੌੜ ਕੇ ਗਿਆ ਉਹਨਾਂ ਦੇ ਪਿੱਛੇ, ਉਹਨਾਂ ਨੂੰ ਝੂਠ ਬੋਲਦਾ, ਕਹਿੰਦਾ ਮੇਰੇ ਮਾਲਕ ਨੇ ਮੈਨੂੰ ਹੁਣੇ ਭੇਜਿਆ ਤੇਰੇ ਕੋਲ, ਵੀ ਉਦੋਂ ਦੂਰ ਦੂਰ ਦੇਸ਼ ਤੋਂ ਲੋਕ ਉਹਦੇ ਕੋਲ ਆ ਗਏ ਆ ਤੇ ਉਹ ਤੇਰੇ ਕੋਲੋਂ ਆ ਉਪਹਾਰ ਮੰਗਦੇ ਆ। ਉਹਨੇ ਖੁਸ਼ੀ ਦੇ ਨਾਲ ਉਹਨੂੰ ਦਿੱਤਾ ਔਰ ਆਪਣੇ ਦੋ ਨੌਕਰ ਵੀ ਦਿੱਤੇ, ਕਹਿੰਦਾ ਇਹਨੂੰ ਘਰ ਤੱਕ ਛੱਡ ਕੇ ਆਓ, ਇਹ ਬੋਰੇ ਇਹਨੇ ਘਰ ਤੱਕ ਛੱਡ ਕੇ ਤੁਸੀਂ ਫਿਰ ਵਾਪਸ ਆਉਣਾ। ਅਲੀਸ਼ਾ ਨੂੰ ਕੋਈ ਖਿਆਲੋ ਖਬਰ ਨਹੀਂ। ਫਿਰ ਕੀ ਹੁੰਦਾ, ਅਲੀਸ਼ਾ ਦੇ ਸਾਹਮਣੇ ਆਉਂਦਾ ਗਹਿਜ, ਜਦੋਂ ਸਾਰੇ ਬੋਰੇ ਬੋਰੇ ਸਮੇਟ ਕੇ ਆਉਂਦਾ ਨਾ ਘਰ ਚ ਆਪਣੇ, ਲੁਕੋ ਕੇ ਆਉਂਦਾ, ਸਾਂਭ ਕੇ ਆਉਂਦਾ, ਫਿਰ ਆਉਂਦਾ। ਅਲੀਸ਼ਾ ਕਹਿੰਦਾ ਹਾਂ ਕਿੱਥੋਂ ਆਇਆ, ਕਹਿੰਦਾ ਉਦਾਂ ਹੀ ਵੇਲਾ ਘੁੰਮ ਰਿਹਾ ਸੀ, ਕਹਿੰਦਾ ਤੇ ਕਹਿੰਦਾ ਲਾਲਚ ਤੇਰੇ ਮਨ ਚ ਕਿੱਦਾਂ ਆ ਗਿਆ, ਕਹਿੰਦਾ ਨਮਾਨ ਦਾ ਕੋੜ ਤੇਰੇ ਉੱਪਰ ਤੇ ਤੇਰੀ ਔਲਾਦ ਦੇ ਉੱਪਰ ਹੋਵੇਗਾ। ਕਿੰਨੇ ਸਮਝ ਪਾਏ, ਜਦੋਂ ਪਾਪ ਫਸਾਉਂਦਾ ਨਾ ਤੇ ਉਹਦਾ ਰਿਜ਼ਲਟ ਵੀ ਦਿੰਦਾ। ਜੇ ਉਹਨੂੰ ਪਤਾ ਹੁੰਦਾ ਕਿ ਮੇਰੇ ਮਾਲਕ ਨੇ ਮਨਾ ਕੀਤਾ ਇਹਦਾ ਕੋਈ ਰੀਜ਼ਨ ਹੈ, ਤੇ ਉਹ ਸਮਝਦਾ ਔਰ ਖੁਦ ਵੀ ਨਾ ਇਸ ਗੱਲ ਦੇ ਵਿੱਚ ਪੈਂਦਾ ਜਾਂ ਇਸਦਾ ਲਾਲਚ ਦੇ ਵਿੱਚ ਫਸਦਾ। ਅਲੀਸ਼ਾ ਨੇ ਫਿਰ ਉਹਨੂੰ ਕਿਹਾ, ਕਹਿੰਦਾ ਨਮਾਨ ਦਾ ਕੋੜ ਤੇਰੇ ਉੱਪਰ ਤੇ ਤੇਰੀ ਔਲਾਦ ਦੇ ਉੱਪਰ ਹੋਵੇ। ਬਾਈਬਲ ਕਹਿੰਦਾ ਉਸੇ ਸਮੇਂ ਲੂਣ ਦੀ ਤਰ੍ਹਾਂ ਕਹਿੰਦਾ ਉਹ ਚਿੱਟਾ ਹੋ ਗਿਆ, ਕੋੜ ਦੇ ਨਾਲ ਭਰ ਗਿਆ। ਪਾਪ ਏਦਾਂ ਫਸਾਉਂਦਾ ਲਾਲਚ ਦੇ ਨਾਲ, ਸਹਿਜ ਦੇ ਨਾਲ, ਸਬਰ ਦੇ ਨਾਲ। ਤੁਸੀਂ ਤਦ ਤੱਕ ਖੁਦਾ ਦੇ ਕੰਮ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਕਿਸੇ ਦੇ ਅਧੀਨ ਕੰਮ ਨਾ ਕੀਤਾ ਹੋਵੇ। ਤੁਸੀਂ ਤਦ ਤੱਕ ਖੁਦਾ ਦੇ ਵਚਨ ਨੂੰ ਫੈਲਾ ਨਹੀਂ ਸਕਦੇ, ਵਚਨ ਨੂੰ ਐਕਸਪਲੇਨ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਅਧੀਨਗੀ ਚ ਕੰਮ ਨਾ ਕੀਤਾ ਹੋਵੇ ਕਿਸੇ ਪਾਸਟਰ ਦੇ ਐਜ਼ ਏ ਅਸਿਸਟੈਂਟ। ਕਿੰਨੇ ਸਮਝ ਮਾਰੇ ਮੇਰੀ ਗੱਲ, ਸਮਝ ਆ ਰਹੀ ਹੈ? ਥਰਡ ਖੋਲੋ ਮੇਰੇ ਨਾਲ, ਪਹਿਲਾ ਸੈਂਬੂਲ ਦਾ ਪੁਸਤਕ ਉਹਦਾ 15 ਨੰਬਰ ਆਉਂਦਾ ਹੈ ਅਧਿਆਇ। ਤੁਹਾਨੂੰ ਪਤਾ ਜਿਹਨੇ ਨਸ਼ਾ ਛੱਡਿਆ ਹੁੰਦਾ ਜਾਂ ਦਾਰੂ ਪੀਣੀ ਜਾਂ ਬੀੜੀ ਪੀਣਾ ਜਾਂ ਸਿਗਰਟ ਪੀਣਾ ਜਾਂ ਚੈਨੀ ਖੈਨੀ ਤੰਬਾਕੂ ਜੋ ਵੀ ਆ, ਜਦੋਂ ਉਹਨੇ ਛੱਡਿਆ ਹੁੰਦਾ ਨਾ ਖੁਦਾ ਦੇ ਵਿੱਚ ਵੱਧਦਾ ਜਦੋਂ ਹੋ, ਸੁਣਨਾ ਬੜੇ ਧਿਆਨ ਨਾਲ, ਸ਼ੈਤਾਨ ਨੇ ਉਦੋਂ ਉਹਦੇ ਅੱਗੇ ਨਹੀਂ ਲੈ ਕੇ ਆਉਣੀਆਂ ਇਹ ਚੀਜ਼ਾਂ, ਉਹਨੇ ਇੱਕ ਦਿਨ ਲੈ ਕੇ ਆਉਣੀਆਂ ਆ ਅੱਗੇ। ਯਾਦ ਰੱਖਣਾ ਜਿੱਥੋਂ ਖੁਦਾ ਨੇ ਤੁਹਾਨੂੰ ਆਜ਼ਾਦ ਕੀਤਾ ਨਾ, ਸ਼ੈਤਾਨ ਨੇ ਉਹ ਚੀਜ਼ਾਂ ਤੁਹਾਡੇ ਅੱਗੇ ਇੱਕ ਦਿਨ ਲੈ ਕੇ ਆਉਣੀਆਂ ਆ, ਪਰ ਉਦੋਂ ਨਹੀਂ ਲੈ ਕੇ ਆਉਣੀਆਂ ਜਦੋਂ ਤੁਸੀਂ ਸਹੀ ਚੱਲਦੇ ਪਏ ਖੁਦਾ ਨਾਲ, ਖੁਸ਼ੀ ਦੇ ਵਿੱਚ, ਆਨੰਦ ਦੇ ਵਿੱਚ, ਮਗਨ ਉਹਦੀ ਹਜ਼ੂਰੀ ਸੀ। ਉਹਨੇ ਕਦੋਂ ਲੈ ਕੇ ਆਉਣਾ ਪਤਾ, ਜਦੋਂ ਤੁਸੀਂ ਖਿਜੇ ਹੋਵੋਗੇ, ਜਦੋਂ ਤੁਸੀਂ ਲੜੇ ਹੋਵੋਗੇ, ਜਦੋਂ ਤੁਸੀਂ ਦੁਖੀ ਹੋਵੋਗੇ, ਉਹਨੇ ਉਦੋਂ ਦਾਰੂ ਤੁਹਾਡੇ ਸਾਹਮਣੇ ਲੈ ਕੇ ਆਉਣਾ, ਉਦੋਂ ਤੁਹਾਡੇ ਸਾਹਮਣੇ ਨਸ਼ਾ ਲੈ ਕੇ ਆਉਣਾ। ਕਿੰਨੇ ਸਮਝ ਪਾ ਰਹੇ, ਫਿਰ ਪੀ ਪੂ ਕੇ ਬੰਦਾ ਕਹਿੰਦਾ ਮੈਨੂੰ ਹੋਰ ਸਹਾਰਾ ਨਹੀਂ ਲੱਗਦਾ, ਜਿੰਨਾ ਦੁੱਖ ਕੱਟਿਆ ਜਾਵੇ ਅੱਗੇ ਆ ਗਈ ਤਾਂ ਮੈਂ ਪੀ ਲਈ, ਯਾਰਾਂ ਦੋਸਤਾਂ ਨੇ ਧੱਕੇ ਨਾ ਬਣਾ ਲਈ, ਮੇਰਾ ਜਨਮ ਦਿਨ ਆ, ਚੱਲ ਇੱਕ ਇੱਕ ਅੱਧਾ ਸਹੀ ਅੱਧਾ। ਕਿੰਨੇ ਸਮਝ ਪਾ ਰਹੇ ਮੇਰੀ ਗੱਲ, ਯਾਰੀ ਨਿਭਾਉਣੀ ਨਹੀਂ ਹਾਂ ਤੇ ਮੁੜ ਕੇ ਭਾਂਡੇ ਵੇਚ ਕੇ ਸ਼ਰਾਬ ਖਰੀਦਦਾ। ਕਿੰਨੇ ਸਮਝ ਪਾ ਰਹੇ, ਪਾਪ ਸਹਿਜ ਦੇ ਨਾਲ ਫਸਾ, ਮੌਕਾ ਦੇਖਦਾ, ਤੁਸੀਂ ਖੁਸ਼ੀਆਂ, ਤੁਸੀਂ ਆਨੰਦਿਤ ਆ, ਤੁਸੀਂ ਖੁਦਾ ਦੇ ਨਾਲ ਬਿਲਕੁਲ ਪਰਫੈਕਸ਼ਨ ਦੇ ਵਿੱਚ ਚੱਲਦੇ ਆ, ਸ਼ੈਤਾਨ ਕਦੀ ਵੀ ਤੁਹਾਨੂੰ ਦੁੱਖ ਨਹੀਂ ਕਰ ਪਾਊਗਾ। ਉਹਨੇ ਮੌਕਾ ਦੇਖਣਾ ਕਦੋਂ ਤੁਸੀਂ ਉਦਾਸ ਹੁੰਦੇ ਆ, ਕਦੋਂ ਤੁਸੀਂ ਨਿਰਾਸ਼ ਹੁੰਦੇ ਆ, ਕਦੋਂ ਤੁਹਾਡੀ ਜ਼ਿੰਦਗੀ 'ਚ ਹਲਚਲ ਹੁੰਦੀ ਆ, ਦੁੱਖ ਵਾਲੀ, ਤਕਲੀਫ ਵਾਲੀ, ਪਰੇਸ਼ਾਨੀ ਵਾਲੀ, ਉਦੋਂ ਇਹ ਚੀਜ਼ਾਂ ਤੁਹਾਡੇ ਸਾਹਮਣੇ ਆਉਣੀਆਂ, ਉਦੋਂ ਤੁਹਾਡੇ ਸਾਹਮਣੇ ਆਉਣੀਆਂ। ਜਦ ਤੱਕ ਖੁਦਾ ਦੇ ਨਾਲ ਪਿਆਰ ਆ ਤਾਂ ਤੁਹਾਡਾ, ਚਾਹੇ ਲੜਕੀਆਂ ਆ ਚਾਹੇ ਲੜਕੇ ਆ, ਖੁਦਾ ਦੇ ਨਾਲ ਪਿਆਰ ਆ, ਤੁਹਾਨੂੰ ਸੰਸਾਰਕ ਪਿਆਰ ਦੀ ਲੋੜ ਨਹੀਂ ਮਹਿਸੂਸ ਹੋਣੀ, ਤੁਹਾਨੂੰ ਕਦੀ ਇਕੱਲਾਪਨ ਮਹਿਸੂਸ ਨਹੀਂ ਹੋਣਾ। ਇਹ ਕਦੋਂ ਹੋਣਾ ਹੈ, ਕਦੋਂ ਹੋਣਾ ਹੈ, ਜਦੋਂ ਅਸੀਂ ਖੁਦਾ ਤੋਂ ਆਪਣੇ ਆਪ ਨੂੰ ਅਲੱਗ ਕਰ ਲਿਆ, ਜਦੋਂ ਅਸੀਂ ਖੁਦਾ ਤੋਂ ਆਪਣੇ ਆਪ ਨੂੰ ਦੂਰ ਕਰ ਲਿਆ, ਉਦੋਂ ਇਹ ਚੀਜ਼ ਤੁਹਾਨੂੰ ਮਹਿਸੂਸ ਹੋਣੀ ਆ। ਕਿੰਨੇ ਇੱਕ ਹੋਣਾ ਚਾਹੀਦਾ ਦੁੱਖ ਦੁੱਖ ਸਾਂਝੇ ਕਰਨ ਵਾਲਾ, ਜਿਹਦੇ ਨਾਲ ਉਹ ਗੱਲਾਂ ਕੀਤੀਆਂ ਜਾਣ ਜਿਹੜੀਆਂ ਮਾਤਾ ਪਿਤਾ ਦੇ ਨਾਲ ਨਹੀਂ ਕਰ ਪਾਉਂਦਾ ਬੰਦਾ, ਇੱਕ ਬੰਦਾ ਏਦਾਂ ਹੋਣਾ। ਕਿੰਨੇ ਮੇਰੀ ਗੱਲ ਸਮਝ ਪਾ ਰਹੇ, ਕਿੰਨੇ ਸਮਝ ਪਾ ਰਹੇ, ਸਹੀ ਕਿੰਨੇ ਸਮਝ ਪਾ ਰਹੇ,
समझ आ रही है? बोलो हालेलुया। इजराइल का पहला राजा मेनू लगता कि शाऊल सीगा जिन्हों खुदा ने चुनिया सीगा। और की होंदा परमेश्वर उन्हें हुक्म दिंदा कहिंदा मैदानी जिहड़े लोग आ ना मैं दसदा तुहानू अमालेक दे विच जिहड़े लोग सीगे ਉਹ ਲੋਕ ਜਿਹੜੇ ਖੁਦਾ ਦੇ ਲੋਕਾਂ ਨੂੰ ਤੰਗ ਕਰਦੇ ਹੁੰਦੇ ਸੀ। ਜਿੱਦਾਂ ਹੁਣ ਆਪਾਂ ਕਹਿੰਦੇ ਨੀਗਰੋ ਲੋਕ, ਉਦੋਂ ਅਮਾਲੇਕੀ ਲੋਕ ਸੀ, ਉਹ ਤੰਗ ਕਰਦੇ ਹੁੰਦੇ ਸੀ ਖੁਦਾ ਦੇ ਲੋਕਾਂ ਨੂੰ। ਕਦੋਂ? ਜਦੋਂ ਉਹ ਮਿਸਰ ਤੋਂ ਆਜ਼ਾਦ ਕੀਤੇ ਗਏ ਔਰ ਕਨਾਨ ਦੇਸ਼ ਵੱਲ ਨੂੰ ਜਾ ਰਹੇ ਆ, ਰਸਤੇ 'ਚ ਬੜਾ ਤੰਗ ਕੀਤਾ। ਖੁਦਾ ਕਹਿੰਦਾ ਮੈਂ ਜਾਣਦਾ ਇਹਨਾਂ ਨੇ ਮੈਨੂੰ ਤੇ ਮੇਰੇ ਲੋਕਾਂ ਨੂੰ ਕਿੱਦਾਂ ਤੰਗ ਕੀਤਾ। ਉਹ ਭੁੱਲਦਾ ਨਹੀਂ ਹੈ, ਉਹ ਅਣਖੀ ਪਰਮੇਸ਼ਵਰ ਆ। ਤੁਸੀਂ ਭੁੱਲ ਸਕਦੇ ਆ, ਉਹ ਨਹੀਂ ਭੁੱਲਦਾ। ਕਹਿੰਦਾ ਮੈਨੂੰ ਯਾਦ ਆ, ਕਹਿੰਦਾ ਯਹੋਵਾ ਪਰਮੇਸ਼ਵਰ ਕਹਿੰਦਾ ਮੈਨੂੰ ਯਾਦ ਆ ਇਹਨਾਂ ਨੇ ਕਿੱਦਾਂ ਮੇਰੇ ਲੋਕਾਂ ਨੂੰ ਤੰਗ ਕੀਤਾ, ਕਿੱਦਾਂ ਉਹਨਾਂ ਦੇ 40 ਦਿਨ ਦੇ ਸਫ਼ਰ ਨੂੰ 40 ਸਾਲਾਂ 'ਚ ਕਨਵਰਟ ਕੀਤਾ, ਤੁਹਾਨੂੰ ਰੋਕ ਰੋਕ ਕੇ ਤੁਹਾਡੇ ਕੋਲ ਗੁਨਾਹ ਕਰਾ ਕੇ। ਕਹਿੰਦਾ ਮੈਂ ਇਹਨਾਂ ਨੂੰ, ਕਹਿੰਦਾ ਸ਼ਾਊਲ ਇਹਨਾਂ ਦੇ ਉੱਤੇ ਚੜ੍ਹਾਈ ਕਰ, ਪਰ ਮੈਂ ਤੈਨੂੰ ਹੁਕਮ ਦਿੰਦਾ ਇੱਕ 2 ਔਰ 3 ਨੰਬਰ ਪੰਕਤੀ ਪੜ੍ਹੋ ਸਰ, 15 ਨੰਬਰ ਅਧਿਆਇ ਪਹਿਲਾ ਸਾਮੂਅਲ ਉਹਦਾ 2 ਔਰ 3 ਨੰਬਰ ਪੰਕਤੀ ਪੜ੍ਹੋ ਪਹਿਲਾਂ। ਸ਼ਾਊਲ ਤੂੰ ਜਾ ਅਤੇ ਅਮਾਲੇਕ ਨੂੰ ਮਾਰ, ਅਮਾਲੇਕ ਨੂੰ ਮਾਰ ਅਤੇ ਸਭ ਕੁਝ ਜੋ ਉਹਨਾਂ ਦਾ ਹੈ, ਸਭ ਕੁਝ ਜੋ ਉਹਨਾਂ ਦਾ ਹੈਗਾ ਆ ਮੂਲੋ ਨਾਸ ਕਰ, ਜੜੋ ਖਤਮ ਕਰ ਦੇ, ਕਹਿੰਦਾ ਟੋਟਲੀ ਫਿਨਿਸ਼ ਕਰ ਦੇ, ਕਹਿੰਦਾ ਹਾਂਜੀ। ਔਰ ਉਹਨਾਂ ਉੱਤੇ ਤਰਸ ਨਾ ਖਾ, ਉਹਨਾਂ ਦੀ ਕਿਸੇ ਵਸਤੂ ਦੇ ਉੱਪਰ ਕਿਸੇ ਚੀਜ਼ ਦੇ ਉੱਪਰ ਤੂੰ ਤਰਸ ਨਾ ਖਾਵੀਂ, ਸਗੋਂ ਪੁਰਸ਼ ਅਤੇ ਇਸਤਰੀ ਹਾਂਜੀ ਕੁਛਲੇ ਪਾਰ ਹਾਂਜੀ ਅਤੇ ਦੁੱਧ ਚੁੰਗਦੇ ਵੀ। ਕਹਿੰਦੇ ਪੁਰਸ਼ ਔਰ ਇਸਤਰੀ ਜਿਹੜੇ ਕੁਛੜ ਚੱਕੇ ਹੋਏ ਬਾਲ ਆ ਬੱਚੇ ਆ ਜਾਂ ਜਿਹੜੇ ਦੁੱਧ ਚੁੰਗਦੇ ਆ ਹਾਂਜੀ, ਅਤੇ ਬਲਦ ਭੇਡ ਅਤੇ ਊਂਠ ਖੋਤੇ ਹਾਂ ਤੋੜੀ ਸਭਨਾਂ ਨੂੰ ਵੱਢ ਸੁੱਟ, ਸਾਰਿਆਂ ਨੂੰ ਕਹਿੰਦਾ ਟੋਟਲੀ ਫਿਨਿਸ਼ ਕਰ ਦੇ। ਕਹਿੰਦਾ ਇੱਕ ਜਾਨਵਰ ਤੱਕ ਨਹੀਂ ਇਤਨਾ ਚਾਹੀਦਾ ਉਹਨਾਂ ਦਾ, ਉਹ ਭਸਮ ਕਰਨ ਵਾਲੀ ਆ ਗਿਆ। ਜੇ ਉਹ ਪਿਆਰ ਦਾ ਸਰੋਤ ਹੈ ਤੇ ਭਸਮ ਕਰਨ ਵਾਲੀ ਅੱਗ ਵੀ ਹੈ। ਬੋਲੋ ਹਾਲੇਲੂਯਾ। ਕਹਿੰਦਾ ਨਾਮੋ ਨਿਸ਼ਾਨ ਖਤਮ ਕਰ ਦਿੱਤਾ ਧਰਤੀ ਦੇ ਉੱਤੇ, ਤਾਂ ਮੈਂ ਤੈਨੂੰ ਇਹ ਉਹਨਾਂ ਨੂੰ ਤੇਰੇ ਅਧੀਨ ਕਰ ਦਿੱਤਾ ਹੈ। ਫਿਰ ਕੀ ਹੁੰਦਾ? ਪਾਪ ਸਹਿਜ ਨਾਲ ਫਸਾ ਲੈਂਦਾ। ਹਾਂ, ਪਾਪ ਸਹਿਜ ਨਾਲ ਫਸਾ ਲੈਂਦਾ। ਕੀ ਕਰ ਕੀ ਹੁੰਦਾ ਜਦੋਂ ਅਸੀਂ ਪੜ੍ਹਦੇ 8 ਔਰ 9 ਨੰਬਰ ਪੰਕਤੀ ਦੀ, ਕੀ ਹੁੰਦਾ? ਮੈਂ ਦੱਸਦਾ ਪਹਿਲਾਂ ਤੁਹਾਨੂੰ, ਫਿਰ ਪੜ੍ਹਦੇ। ਜਦੋਂ ਜਾਂਦਾ ਅਮਾਲੇਕ ਦੇ ਲੋਕਾਂ ਦੇ ਰਾਜੇ ਨੂੰ ਮਾਰਦਾ, ਸਾਰਿਆਂ ਨੂੰ ਮਾਰ ਦਿੰਦਾ, ਜਿਹੜਾ ਮਾੜਾ ਮਾੜਾ ਹੁੰਦਾ ਸਾਰਾ ਹੀ ਤਬਾਹ ਕਰ ਦਿੰਦਾ, ਔਰ ਚੰਗਾ ਚੰਗਾ ਹੁੰਦਾ ਉਹਨਾਂ ਨੂੰ ਬਚਾ ਲੈਂਦਾ, ਬਚਾ ਲੈਂਦਾ ਉਹਨਾਂ ਨੂੰ ਆਪਣੇ ਨਾਲ ਲੈ ਆਉਂਦਾ। ਕਿਉਂ ਕਿਉਂ ਖੁਦਾ ਨੇ ਉਹਨੂੰ ਮਨਾ ਕੀਤਾ ਸੀ ਕਿ ਸਾਰਾ ਖਤਮ ਕਰ ਦੇ? ਕਿਉਂਕਿ ਉੱਥੋਂ ਦੀ ਹਰ ਇੱਕ ਵਸਤੂ ਸ਼ਰਾਪਿਤ ਸੀਗੀ, ਹਰ ਇੱਕ ਚੀਜ਼ ਸ਼ਰਾਪਿਤ ਸੀਗੀ, ਔਰ ਖੁਦਾ ਕਹਿੰਦੇ ਉਹਨੂੰ ਤੂੰ ਜੜੋਂ ਖਤਮ ਕਰ ਦੇਣਾ ਆ, ਆਪਣੇ ਨਾਲ ਨਹੀਂ ਕੁਝ ਲੈ ਕੇ ਆਣਾ, ਇਨਸਾਨ ਬੱਚੇ ਜਾਨਵਰ ਚੀਜ਼ਾਂ ਸੋਨਾ ਚਾਂਦੀ ਸਭ ਖਤਮ, ਕਿਉਂਕਿ ਉਹ ਕਰਪਟ ਆ, ਕਿਉਂਕਿ ਉਹ ਸ਼ਰਾਪਿਤ ਆ। ਫਿਰ ਕੀ ਹੋਇਆ? ਪਾਪ ਸਹਿਜ ਨਾਲ ਜੋ ਫਸਾ ਲੈਂਦਾ। 8 ਔਰ 9 ਨੰਬਰ ਪੰਕਤੀ ਸੁਣੋ, ਅਤੇ ਅਮਾਲੇਕੀਆਂ ਦੇ ਰਾਜਾ ਆਗਾਗ ਨੂੰ ਜਿਉਂਦਾ ਫੜ ਲਿਆ, ਜਿਉਂਦਾ ਫੜ ਲਿਆ ਰਾਜੇ ਨੂੰ, ਅਤੇ ਸਭਨਾਂ ਲੋਕਾਂ ਨੂੰ ਤਲਵਾਰ ਦੀ ਧਾਰ ਨਾਲ ਨਾਸ਼ ਕਰ ਦਿੱਤਾ। ਹਾਂਜੀ, ਪਰ ਸ਼ਾਊਲ ਅਤੇ ਲੋਕਾਂ ਨੇ ਆਗਾਗ ਨੂੰ ਅੱਗੇ ਚੰਗੀਆਂ ਭੇਡਾਂ ਤੇ ਬਲਦਾਂ ਅਤੇ ਮੋਟੇ ਮੋਟੇ ਵਛਿਆਂ ਅਤੇ ਭੇਡਾਂ ਨੂੰ ਬਲਦਾਂ ਨੂੰ ਤੇ ਮੋਟੇ ਮੋਟੇ ਵਛਿਆਂ ਨੂੰ ਮੇੜਿਆਂ ਦੀਆਂ ਬੱਚਿਆਂ ਨੂੰ ਔਰ ਸਭ ਕੁਝ ਜੋ ਚੰਗਾ ਸੀਗਾ ਬਚਾ ਰੱਖਿਆ। ਹਾਂਜੀ, ਅਤੇ ਉਹਨਾਂ ਦਾ ਨਾਸ ਕਰਨ ਵਿੱਚ ਰਾਜੀ ਨਾ ਹੋਇਆ, ਪਰ ਸਾਰੀਆਂ ਵਸਤਾਂ ਜੋ ਮਾੜੀਆਂ ਤੇ ਨਿਕੰਮੀਆਂ ਸਨ ਉਹਨਾਂ ਦਾ ਸੱਤਿਆ ਨਾਸ ਕਰ ਦਿੱਤਾ। ਹਾਲੇਲੂਯਾ। ਕਿੰਨੇ ਸਮਝ ਪਾਏ ਖੁਦਾ ਨੇ ਕੀ ਕਿਹਾ ਔਰ ਕੀ ਕਰ ਦਿੱਤਾ? ਕਈ ਵਾਰ ਸਾਨੂੰ ਲੱਗਦਾ ਕਿ ਆਹ ਚੀਜ਼ ਸਾਡੇ ਬੈਨੀਫਿਸ਼ ਲਈ, ਸਾਡੇ ਲਈ ਲਾਹੇਵੰਦ ਆ, ਆਹ ਇਨਸਾਨ ਸਾਡੇ ਲਈ ਤਰੱਕੀ ਦਾ ਕਾਰਨ ਹੈ, ਪਰ ਤੁਹਾਨੂੰ ਲੱਗਦਾ ਕਦੀ ਪਰਮੇਸ਼ਵਰ ਨੂੰ ਪੁੱਛਿਆ? ਦਾਊਦ ਦੇ ਜਿੱਤਣ ਦਾ ਕਾਰਨ, ਖੁਦਾ ਨੂੰ ਖੁਸ਼ ਕਰਨ ਦਾ ਕਾਰਨ ਇਹੀ ਸੀਗਾ ਕਿ ਉਹ ਹਰ ਕੰਮ ਕਰਨ ਤੋਂ ਪਹਿਲਾਂ ਖੁਦਾ ਨੂੰ ਪੁੱਛਦਾ ਸੀਗਾ, ਬਸ ਉਰੀਆ ਨੂੰ ਮਰਵਾਉਣ ਤੋਂ ਪਹਿਲਾਂ ਨਹੀਂ ਪੁੱਛਿਆ।
ਉਹੀ ਪਾਪ ਹੋ ਗਿਆ। ਛੱਤ ਤੇ ਚੜ੍ਹਨ ਤੋਂ ਪਹਿਲਾਂ ਨਹੀਂ ਪੁੱਛਿਆ, ਔਰਤ ਨੂੰ ਨਹਾਉਂਦੇ ਹੋਏ ਦੇਖਣ ਤੋਂ ਪਹਿਲਾਂ ਨਹੀਂ ਪੁੱਛਿਆ, ਬਾਕੀ ਸਾਰੇ ਕੰਮਾਂ ਚ ਉਹਨੇ ਪੁੱਛਿਆ ਔਰ ਜਿੱਤਿਆ, ਰੁਤਬਾ ਹੋਇਆ ਉਹਦਾ। ਕਿੰਨੇ ਮੇਰੀ ਸਮਝ ਸਮਝ ਦੇ ਵਿੱਚ ਆ ਰਿਹਾ, ਮਤਲਬ ਖੁਦਾ ਤੋਂ ਬਿਨਾਂ ਪੁੱਛੇ ਜੋ ਕਰਦੇ ਆ ਸਮਝ ਲਓ ਪਾਪ ਨੂੰ ਇਨਵੀਟੇਸ਼ਨ ਦੇ ਰਹੇ ਆ, ਸ਼ੈਤਾਨ ਨੂੰ ਇਨਵੀਟੇਸ਼ਨ ਦੇ ਰਹੇ। ਆ ਆਂਦਾ ਮੇਰੀ ਲਾਈਫ 'ਚ ਬਹੁਤ ਵਧੀਆ, ਆ ਆਇਆ ਤੇ ਤਰੱਕੀ, ਆ ਆਈ ਤੇ ਮੇਰਾ ਸਪਿਰਚੁਅਲ ਲੈਵਲ ਵੱਧ ਗਿਆ। ਜਦੋਂ ਉਹਨੇ ਸ਼ੈਤਾਨ ਨੇ ਪਰ ਮਾਰਨਾ ਨਾ, ਉਹਨੇ ਆਂਦੇ ਥੋੜੀ ਕੰਮ ਕਰ ਦੇਣਾ, ਕਹਿੰਦਾ ਸਹਿਜ ਨਾਲ ਫਸਾਉਂਦਾ ਆ, ਪਹਿਲਾਂ ਗੁਲਾਮ ਬਣਾਉਂਦਾ, ਹਾਂ ਗੁਲਾਮ ਬਣਾਉਂਦਾ ਆ। ਇੱਕ ਲੜਕਾ ਮੈਨੂੰ ਅੱਜ ਵੀ ਯਾਦ ਆ ਹੈਗਾ, ਉਹਦੀ ਕਿਸੇ ਰਿਸ਼ਤੇਦਾਰੀ ਲੜਕੀ ਦੇ ਨਾਲ ਹੀ ਗੱਲਬਾਤ ਹੋ ਗਈ, ਠੀਕ ਹੈ ਜੀ, ਜੋ ਅੱਜ ਕੱਲ੍ਹ ਰਹਿਣ ਦਿਆ। ਚਲੋ ਸੰਪਰਕ ਦੇ ਵਿੱਚ ਆਏ ਇੱਕ ਦੂਸਰੇ ਦੇ, ਉਹ ਲੜਕੀ ਸ਼ਾਦੀ ਸ਼ੁਦਾ ਆਇਆ ਔਰ ਲੜਕਾ ਅਨਮੈਰਿਡ ਆ, ਕੀ ਹੁੰਦਾ? ਰਿਸ਼ਤਾ ਸਟਰੋਂਗ ਹੋ ਗਿਆ, ਫਿਜ਼ੀਕਲ ਹੋ ਗਿਆ। ਹੁਣ ਉਹ ਮੁੰਡਾ ਕਹਿੰਦਾ ਪਾਦਰੀ ਸਾਹਿਬ ਮੇਰਾ ਛੁਟਕਾਰਾ ਕਰ। ਉਹ ਕਹਿੰਦੀ ਜੇ ਤੂੰ ਮੈਸੇਜ ਨਾ ਕੀਤਾ ਤਾਂ ਮੈਂ ਗੋਲੀਆਂ ਖਾ ਲੈਣਾ। ਮੇਰੀ ਗੱਲ ਨੂੰ ਸਮਝ ਪਾ ਰਹੇ? ਉਹ ਕਿੱਦਾਂ ਫਸਾਉਂਦਾ ਸਹਿਜ ਨਾਲ, ਕਿੱਦਾਂ ਉਹ ਸਹਿਜ ਨਾਲ ਫਸਾਉਂਦਾ, ਕਿੱਦਾਂ ਫਸਾਇਆ ਉਹਨੇ? ਨਾ ਹੁਣ ਚੈਟ ਬੰਦ ਕਰ ਸਕਦਾ ਤੇ ਨਾ ਗੱਲ ਕਰਨੀ ਬੰਦ ਕਰ ਸਕਦਾ। ਕਿੰਨੇ ਸਮਝ ਪਾ ਰਹੇ? ਸਿਚੁਏਸ਼ਨ ਏਦਾਂ ਕ੍ਰੀਏਟ ਕਰ ਦਿੰਦਾ ਨਾ, ਉਹ ਏਦਾਂ ਫਸਾਉਂਦਾ ਜਿਹੜਾ ਫਸਣ ਦਾ ਚਾਹਵੰਦ ਹੁੰਦਾ ਹਰ ਕੋਈ ਨਹੀਂ। ਨਿਕਲਣ ਦੇ ਲਈ ਰਾਹ ਨਹੀਂ ਦਿੰਦਾ, ਕੀ ਕਰੇ ਹੁਣ? ਕਿੰਨੇ ਸਮਝ ਪਾ ਰਹੇ? ਜਦੋਂ ਸ਼ਾਉਲ ਨੇ ਆਹ ਕੰਮ ਕੀਤਾ, ਅਮਾਲੇਕੀਆਂ ਦੇ ਸੋਹਣੇ ਸੋਹਣੇ ਭੇਡਾਂ ਬੱਕਰੀਆਂ ਜੋ ਵੀ ਉਹਨੂੰ ਅੱਛੇ ਲੱਗੇ ਉਹਨੇ ਰੱਖ ਲਿਆ, ਸਾਂਭ ਲਿਆ। ਕਿਉਂ? ਕਿਉਂਕਿ ਸ਼ਰਾਬੀ ਸੀਗਾ, ਉਹਨੂੰ ਪਤਾ ਨਹੀਂ ਕਿ ਖੁਦਾ ਨੇ ਮੈਨੂੰ ਕਿਉਂ ਮਨਾ ਕੀਤਾ। ਅੱਜ ਅਗਰ ਉਹ ਤੁਹਾਨੂੰ ਨਸ਼ਾ ਕਰਨ ਤੋਂ ਮਨਾ ਕਰਦਾ, ਪਾਪ ਤੋਂ ਮਨਾ ਕਰਦਾ, ਬੁਰਾ ਸੋਚਣ ਤੋਂ, ਚੁਗਲੀਆਂ ਕਰਨ ਤੋਂ ਮਨਾ ਕਰਦਾ, ਤੁਸੀਂ ਇਹਦੇ ਪਿੱਛੇ ਰੀਜ਼ਨ ਦੇਖੋ ਕੀ ਆ। ਗਵਾਹਾਂ ਦੇ ਇੱਡੇ ਵੱਡੇ ਬੱਦਲ ਨੇ ਘੇਰਿਆ ਹੋਇਆ, ਦੇਖੋ ਚੁਗਲੀ ਕਰਨ ਵਾਲਿਆਂ ਦੇ ਨਾਲ ਕੀ ਹੋਇਆ, ਪਾਪ ਕਰਨ ਵਾਲਿਆਂ ਦੇ ਨਾਲ ਕੀ ਹੋਇਆ, ਵਚਨ ਦੀ ਉਲੰਘਣਾ ਕਰਨ ਵਾਲਿਆਂ ਦੇ ਨਾਲ ਕੀ ਹੋਇਆ। ਲੱਭੋ ਗਵਾਹੀਆਂ ਦੇ ਵਿੱਚ ਉਹਦਾ ਰਿਜ਼ਲਟ ਦੇਖੋ। ਕਹਿੰਦਾ ਜਿਹੜਾ ਅਣਆਗਿਆਕਾਰੀ ਕਰਦਾ ਉਹਦੇ ਹੱਥਾਂ ਦੇ ਕੰਮਾਂ ਤੇ ਬਰਕਤ ਨਹੀਂ, ਉਹਦੀ ਕਮਾਈ ਤੇ ਬਰਕਤ ਨਹੀਂ ਆ, ਉਹਦੇ ਨਾਲ ਜੋ ਕੁਛ ਜੁੜਿਆ ਸ਼ਰਾਬੀ ਤੇ ਆ। ਜਿਹੜਾ ਅਣਆਗਿਆਕਾਰੀ ਕਰਦਾ ਜਿੱਦਾਂ ਸ਼ਾਉਲ ਨੇ ਕੀਤੀ, ਔਰ ਜਿਹੜਾ ਆਗਿਆਕਾਰੀ ਕਰਦਾ ਕਹਿੰਦਾ ਮੁਬਾਰਕ ਹੋਣਗੇ ਉਹਦੇ ਹੱਥਾਂ ਦੇ ਕੰਮ, ਕਹਿੰਦਾ ਮੁਬਾਰਕ ਹੋਊਗਾ ਉਹਦਾ ਅੰਦਰ ਹੋਣਾ, ਬਾਹਰ ਜਾਣਾ ਉਹਦਾ ਬੜਾ ਤਰ੍ਹਾਂ, ਉਹਦੇ ਬੱਚੇ, ਉਹਦੇ ਨੌਕਰ, ਉਹਦੇ ਨੌਕਰਾਣੀਆਂ, ਉਹਦਾ ਅੰਦਰ ਹੋਣਾ, ਬਾਹਰ ਜਾਣਾ, ਜੋ ਕੁਛ ਨਾਲ ਜੁੜਿਆ ਕਹਿੰਦਾ ਸਭ ਬਲੈਸ ਹੋਏਗਾ, ਸਾਰੀ ਕਲੀਸੀਆ ਬੋਲੇ ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਜਦੋਂ ਪਾਪ ਸਹਿਜ ਨਾਲ ਫਸ ਗਿਆ ਪਾਪ ਦੇ ਵਿੱਚ, ਸ਼ਾਉਲ ਕੀ ਹੋਇਆ? ਉਸ ਤੋਂ ਬਾਅਦ ਰਾਜੇ ਦੀ ਪਦਵੀ ਤੋਂ ਰੱਦ ਕਰ ਦਿੱਤਾ ਗਿਆ, ਰਾਜੇ ਦੀ ਪਦਵੀ ਤੋਂ ਹਟਾ ਦਿੱਤਾ ਗਿਆ। ਫਿਰ ਦਾਊਦ ਨੂੰ ਚੁਣਿਆ ਗਿਆ, ਫਿਰ ਦਾਊਦ ਨੂੰ ਖੁਦਾ ਨੇ ਬਲੈਸ ਕੀਤਾ, ਉਹਦੇ ਦਿਲ ਨੂੰ ਦੇਖਿਆ, ਉਹਦੀ ਜ਼ਿੰਦਗੀ ਨੂੰ ਦੇਖਿਆ। ਫਿਰ ਸ਼ਾਉਲ ਡਾਊਨ ਜਾਂਦਾ ਗਿਆ ਔਰ ਦਾਊਦ ਅਪ ਜਾਂਦਾ ਗਿਆ, ਸਾਰੀ ਕਲੀਸਿਆ ਬੋਲੇ। ਸ਼ਾਉਲ ਵੀ ਅਪ ਜਾਂਦਾ ਰਿਹਾ ਕਦੋਂ? ਜਦੋਂ ਖੁਦਾ ਦੀ ਰਜ਼ਾ ਦੇ ਵਿੱਚ ਸੀਗਾ, ਉਹ ਸੈਮੂਅਲ ਨੂੰ ਪੁੱਛ ਕੇ ਕੰਮ ਕਰਦਾ ਹੁੰਦਾ ਸੀਗਾ, ਆ ਆਪਣੀ ਮਰਜ਼ੀ ਨਾਲ ਕੀਤਾ, ਆ ਉਹਦੀ ਆਪਣੀ ਉਪਜ ਸੀਗੀ। ਪਹਿਲਾਂ ਲੜਾਈ ਲੜਦਾ ਸੀ, ਕੁਛ ਕਰਦਾ ਸੀਗਾ ਸ਼ਾਉਲ, ਨਬੀਆਂ ਦਾ ਸਭ ਤੋਂ ਵੱਡਾ ਨਬੀ ਸੈਮੂਅਲ, ਉਹਨੂੰ ਪੁੱਛਦਾ ਹੁੰਦਾ ਸੀਗਾ ਕਿ ਮੈਂ ਚਾਹਾਂ ਲੜਨ ਦੇ ਲਈ, ਕਿ ਖੁਦਾ ਨੇ ਉਹਨੂੰ ਮੇਰੇ ਹੱਥ 'ਚ ਦੇ ਦਿੱਤਾ, ਮੇਰੇ ਅਧੀਨ ਕਰ ਦਿੱਤਾ, ਮੈਂ ਜਿੱਤੂੰਗਾ। ਸੈਮੂਅਲ ਦੱਸਦਾ ਹੁੰਦਾ ਸੀ ਕਿ ਹਾਂ ਖੁਦਾ ਨੇ ਤੇਰੇ ਹੱਥਾਂ 'ਚ ਦਿੱਤਾ, ਜਾ ਫਤਿਹ ਪਾ। ਔਰ ਆਹ ਕੰਮ ਬਿਨਾਂ ਪੁੱਛੇ ਕੀਤਾ, ਜਦੋਂ ਦਾਊਦ ਨੇ ਬਿਨਾਂ ਪੁੱਛੇ ਕੀਤਾ, ਹਾਂ ਛੱਤ ਤੇ ਚੜ ਗਿਆ। ਕਿੰਨੇ ਮੇਰੀ ਗੱਲ ਸਮਝ ਪਾ ਰਹੇ? ਅਸੀਂ ਆਪਣੀ ਜ਼ਿੰਦਗੀ 'ਚ ਬਿਜ਼ਨਸ ਪਲੱਸ ਕਰਦੇ ਹਾਂ, ਜੌਬ ਪਲੱਸ ਕਰਦੇ ਹਾਂ, ਕਿਸੇ ਪਰਸਨ ਨੂੰ ਪਲੱਸ ਕਰਦੇ ਹਾਂ, ਖੁਦਾ ਨੂੰ ਪੁੱਛਣ ਦੀ ਜ਼ਰੂਰਤ ਹੈ, ਖੁਦਾ ਨੂੰ ਪੁੱਛਣ ਦੀ ਜ਼ਰੂਰਤ, ਨਿਸ਼ਾਨੀਆਂ ਮੰਗਣ ਦੀ ਜ਼ਰੂਰਤ ਆ, ਕਿਤੇ ਸ਼ੈਤਾਨ ਦੇ ਵੱਲੋਂ ਓਪਰਚੁਨਿਟੀ ਨਾ ਹੋਵੇ, ਕਿਤੇ ਉਹ ਪਾਪ ਨਾ ਹੋਵੇ ਜਿਹੜਾ ਸਹਿਜ ਨਾਲ ਸਾਨੂੰ ਫਸਾ ਲੈਂਦਾ ਔਰ ਪਾਪ ਨਿਕਲਣ ਦਾ ਸਾਨੂੰ ਰਾਹ ਵੀ ਨਹੀਂ ਦਿੰਦਾ। ਕਿੰਨੇ ਸਮਝ ਪਾ ਰਹੇ? ਕਹਿੰਦਾ ਗਵਾਹਾਂ ਦੇ ਏਡੇ ਵੱਡੇ ਬੱਦਲ ਨੇ ਸਾਨੂੰ ਘੇਰ ਲਿਆ। ਆ ਜੋ ਬਾਈਬਲ ਆ ਇਹ ਗਵਾਹਾਂ ਦਾ ਬੱਦਲ ਆ, ਇਹਨੂੰ ਪੜੂੰਗੇ ਤੇ ਇਹਨੇ ਤੁਹਾਨੂੰ ਘੇਰ ਲੈਣਾ, ਤੁਹਾਨੂੰ ਸੁਰੱਖਿਆ ਪ੍ਰਦਾਨ ਕਰਨੀ ਆ, ਸਾਰੀ ਕਲੀਸਿਆ ਬੋਲੇ ਹਾਲੇਲੂਇਆ ਹਾਲੇਲੂਇਆ। ਕਿੰਨੇ ਸਮਝ ਪਾ ਰਹੇ? ਸਮਾਂ ਬੜਾ ਦੌੜਦਾ ਪਿਆ। ਓਹ
आइए अपनी अखां नूं बंद करिए। सब अपने घुटनियां ते आइए। सब अपने घुटनियां ते आओ। जो वचन सुनिया इहदा अंगीकार करो। खुदावंद दे अगे प्रार्थना करो कि परमेश्वर ओ पाप जिन्हें मैनु सहज नाल फसा लिया, ओ भार जिन्हें मैनु तेरे तो दूर किया, अज ही मैं उन्हों अपनी जिंदगी तो दूर करता है, ला के परे सुटना है यीशु दे नाम दे विच। अंगीकार करो, प्रार्थना करो। सब अपने मुहां नू खोलो। सब खुदा दे नाल गलबात करो। बोलो परमेश्वर नू कि खुदा वो पाप जिन्हें मैनु सहज नाल फसा लिया और तेरे तो दूर कर दिता, अज ही मैं उस भार नू उस पाप नू अपने तो ला के परे सुटना यीशु दे नाम दे विच। देखना तुहानू फ्री करन जा रहा हूं। बलीव करो, अपने विश्वास के बढ़ोतरी करो, तो फ्री कर रहा। परमेश्वर धन्यवाद, मेरे परमेश्वर। यस लॉर्ड जीसस, खुदा बाप, खुदा बेटे, खुदा पाक रूह दे, जिंदा नाम छ मेरे परमेश्वर, तेरे लोग खुदा बाप, मेरे परमेश्वर, तू फ्री करने वाला परमेश्वर, तू आजाद करने वाला परमेश्वर, शूने मेरे परमेश्वर, शूने मेरे खुदा, फ्री कर मेरे परमेश्वर, शू और ब्लेस कर, शू और ब्लेस कर, शू और ब्लेस कर मेरे परमेश्वर। से बे थे बे रे बे का बारा बाबा, ले मैं से मैंने बे के बे रे बे का बारा नबा। पाप तो आजाद हो मेरे परमेश्वर, बुराई तो आजाद हो मेरे परमेश्वर, मसीह ने आजाद कर देता सदो मेरे खुदा, मन को लंबी ने जुए ना चाहिए मेरे खुदा। ईसा का निवेशा बारा बसे मेरे बिगड़े मेरे 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 स्पर्श स्पर्श शू 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 ले बुद्धिदार स्पर्श दे मेरे परमेश्वर। धन्यवाद परमेश्वर, पाप सहज नाल फसांदा यीशु दे नाम चों दूर कर दे तेरे लोगां तों मेरे प्रभु। धन्यवाद मेरे परमेश्वर, धन्यवाद मेरे परमेश्वर, धन्यवाद मेरे खुदा बाप। पिता सी तुहाडा धन्नवाद करदे सादर योग समय दे लई जो साडे सबना दी जिंदगियां च बख्शिया, धन्नवाद दे पात्र आ मेरे प्रभु। ए साह जो असीं लै रहे तुहाडी दित्ते आ मेरे प्रभु, क्योंकि बाइबल कहिंदा जो तुसीं आदम नूं बणाया उहदी नासां च अपने साह फूक दित्ते मेरे प्रभु, ते आदम जिउंदी जान हो गया प्रभु। अज तू पवित्र आत्मा साडी जिंदगी च उतारदा आ ते बंदा आत्मक तौर ते जिउंदी जान हो जांदा मेरे प्रभु जी। धन्नवाद करदे आ सानूं जिउंदा करन दे लई, धन्नवाद करदे आ अज दी आराधना दे दौरान छूण दे लई, बरकत देण दे लई, धन्नवाद करते हैं अज दे पवित्र कलाम दे लई प्रभु। अज दे वचन दा बीज साडे दिलां दी चंगी जमीन ते जाके डिगे ते 100 गुणा फलदायक होवे प्रभु, 30 गुणा नहीं, 60 गुणा भी नहीं, बल्कि 100 गुणा फलदायक होवे प्रभु। जिंदगियां च बहुत वड्डा बदलाव आवे, जद गवाहां दे एडे वड्डे बदल ने सानू घेर लिया प्रभु, ते हुण असीं हां ते आमीन दे नाल स्वीकारदे आं प्रभु कि उस भार नूं और पाप नूं जो सानू प्यार दे नाल जिन्हें सानू फसा लिया और फसाउणा चाहुंदा, अज ही उहनूं अपनियां जिंदगियां तों दूर कर दे आं मेरे प्रभु, ला के परे सुट दिंदे आं मेरे परमेश्वर। तुहाडा धन्नवाद अदा करदे आं मेरे खुदा, जिंदगियां नूं बहाल करन वाले परमेश्वर, चंगा करन वाले, फ्री करन वाले, आनंदित करन वाले प्रभु, तुहाडा धन्नवाद करदे आं। आई हुई संगत दे लई मेरी प्रार्थना, बरकत ते आशीष मिले प्रभु। जिस तरह दूरों दूरों लैके आया रस्ते मुबारक करके वापस जाने भी तो दूत इन्होंने हिफाजत कर मेरी प्रार्थना है। जब तो लोग अपनी नेक कमाई के दान दसवंत लेके आए कबूल करना, आशीष और बरकत पाना, हाथों के कमों से बरकत पाना, शरीर को ब्लैस करना मेरे प्रभु, और तमाम जरूरतों को पूरा करना, बेरोजगारों को रोजगार देना, बेकरिया घर देना, बेउलादा औलाद देना, बेशांता शांति देना मेरे परमेश्वर। थोड़ा धन्यवाद अदा कर, मैं थोड़ा दास हूं तेना तो लोगों को आशीष और बरकत देना है मेरे प्रभु। अज के दिन की बरकत लोगों की जिंदगी के उपर रिलीज हो जाए मेरे प्रभु।
ਧੰਨਵਾਦ ਕਰਦੇ ਸਾਰੀ ਗੱਲ ਬਾਤ ਮੰਗਦੇ ਪ੍ਰਾਰਥਨਾ ਨੂੰ ਯੇਸੂ ਦੇ ਨਾਮ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ ਸਾਡੇ ਪਿਤਾ ਦਾ ਪਿਆਰ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਔਰ ਪਵਿੱਤਰ ਆਤਮਾ ਦੀ ਸੰਗਤ ਸਾਡੇ ਸਾਰਿਆਂ ਦੇ ਨਾਲ ਪ੍ਰਭੂ ਦੇ ਤਮਾਮ ਮਸੀਹ ਮੁਕੱਦਸ ਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਖੁਦਾਬੰਦੀ ਦੂਸਰੀ ਆਮਦ ਤੱਕ ਹੁੰਦੀ ਰਹੇ ਹਾਲੇਲੂਯਾ ਪ੍ਰਭੂ ਯਿਸੂ ਮਸੀਹ ਦੇ ਸੱਚਾ ਸੰਤਾਂ ਦੇ ਸ਼ਕਤੀਸ਼ਾਲੀ ਨਾਮ ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਬਰਕਤ